शिमारू के नए वीडियोस के लिए सब्सक्राइब कीजिए और बेल आइकन को दबाना न भूलें। उन तरह की सब लड़ गया, मैं तो कहनी बैठे तेरा बेड़ा, तू सुत्ता ही रह जाए, देख बेशर्म कि मैं साड़ी आलिया नाल गुलशन उड़ाता फिरदा। ओ तेरा बेड़ा बह जाए पुठे पैर आलिए, क्यों मेरा नजारा खराब करता, गाना भी नहीं पूरा होया। हाय वे खसमा, कदे मेरे कोल बैठ के भी नजारे ले लिया कर ना, मैं तेरे नजारे अच की मिर्चा पौनी है कि तेरा तत्ता खुरचना दिनी है। ओ तेरी शक्ल देख ता मूड खराब हो जांदा है, नजारा की आऊ मू तो तेरा ऐ जमे चढ़ेल नु भूख लगी होवे। चढ़ेल नु भूख लगी होवे, जे मैं चढ़ेल हुंदी ना तो सब तो पहला तैनू ही चपदी। आपदे प्यो नु खा नी, आपदे भाइयां नु खा जेड़े मेरे कणक दे परे होए ढोल खा गए। ना तेरा फुकड़ा फुकदे रहे ने तेरा, नाल मेरी एक गल दसी तेरा नंग दा की खा गए। मैं ता रज्जे पुज्जे खानदान दी है, कोई भुखे खानदान दी नहीं, मैं जेलदारां दी धी है, जेलदारां दी। ओ मैं जानदा थोनू, तू ता मेरे घर दिया कंधा खा के भी नहीं रज्जने, जा मेरी अखा तो दफा हो जा, परे हो जा, तू जा मेनू नजारे लैण दे। तेरे नजारियां नु ता एक दिन चुल्ले च फूकू, देखी तू। आपदे खानदान नु फूक, आपदे पेक्यां नु फूक, आपदी मां नु फूक, जा चली जा, नी करंट ना लग जा, तू मर फिर नजारे आउणगे, नजारे जानगे, नजारे तो फिर आउणगे आउणगे, जानते किते नहीं आए नजारे। मक्खण सिंह ने अपनी जिंदगी एक पूंड तो शुरू कीती सी पोंपू वजा के, ते अज एने पूंड पूंडा दे खखर च नहीं होने, जिन्ने आ मक्खन दे वेड़े च घूमदे ने, अठ पूंड पोंपू वजा के। बलदेव सिंह जी कोले 10 टेंपू ने, ओ बह जाओ चुप करके। ओ 10 टेंपू का दे ओए, ओ दो ता इन्ने पुराने ने भावे चलण तो पहले ही खड़ जाण, ओ दो दे चलान कटे होए ने ते इक दे क्लच प्लेटां टुटियां ने ते इक दे किस्तां, नाले चारां च इंजणियां नी खाली बाडियां ने। बाडियां कहा दिया, डेड बॉडियां, ओना दे विच ते पोंपू भी नहीं वजदा, पोंपू वजा के। पुत्रा तू मक्खण सिंह दे इस बैग दे काबल नहीं, इस बैग दे काबल है पिंदा पेंचला वाला। ताड़ियां। शुक्रिया जी। सोनिया। हां जी। आप पिंदे नू सन्मानित करिए। पिंदिया, पेंचर लाई जा, पटाके पाई जा। ताड़ियां। ते मेरे भ्राओ, अज दा ए बैग वंड समारोह इत्थे खत्म हुंदा है। पोंपू वजा के। ਸਾਰੇ ਸਾਫ ਸੁਥਰੇ ਰੱਖਿਆ ਕਰ। ਸਤਿ ਸ਼੍ਰੀ ਅਕਾਲ ਅੰਕਲ। ਹਾਂ ਸਤਿ ਸ਼੍ਰੀ ਅਕਾਲ। ਹਾਂ ਉਹ ਮੈਂ ਜੀ ਸ਼ੈਰੀ ਆ ਜੀ, ਪ੍ਰੀਤੀ ਨੇ ਦੱਸਿਆ ਹੀ ਹੋਊ ਤੁਹਾਨੂੰ। ਅੱਛਾ। ਹਾਂਜੀ ਪ੍ਰੀਤੀ ਨੇ ਮੇਰੇ ਨਾਲ ਗੱਲ ਤਾਂ ਕੀਤੀ ਸੀ, ਤੂੰ ਕੰਮ ਕੀ ਕਰਦਾ? ਮੈਂ ਜੀ ਗਾਉਣਾ। ਓਏ ਗਾਉਂਦੇ ਤੇ ਅੱਜ ਕੱਲ ਸਾਰੇ ਹੀ ਨੇ, ਇਹ ਦੱਸ ਭਈ ਕੰਮ ਕੀ ਕਰਦਾ? ਉਹ ਮੇਰਾ ਮਤਲਬ ਅੰਕਲ ਮੈਂ ਲਿਖਦਾ। ਲਿਖਦਾ? ਹਾਂਜੀ। ਸੋਹਣਿਆ। ਹਾਂਜੀ। ਆਪਣੇ ਨਵੇਂ ਟੈਂਪੂ ਦਾ ਨੰਬਰ ਐਸੇ ਮੁੰਡੇ ਕੋਲੋਂ ਲਿਖਵਾ ਲਿਆ ਪੋਂਪੂ ਵਜਾ ਕੇ? ਨਹੀਂ 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 ਅੰਕਲ, ਤੁਸੀਂ ਸਮਝੇ ਨਹੀਂ ਗਏ ਜੀ, ਮੈਂ ਜੀ ਸ਼ਾਇਰੀ ਲਿਖਦਾ। ਤੇ ਆਪਾਂ ਸ਼ੇਰ ਲਿਖਵਾ ਲੈਂਦੇ ਆ। ਤੂੰ 35 ਦਸ ਭੂੰਡ ਤੇ ਨਵਾਂ ਸ਼ੇਰ ਲਿਖਵਾ। ਐ 35 ਕੇ ਫੂਲ 10 ਕੀ ਮਾਲਾ, ਸ਼ਹਿਰ ਚ ਸਭ ਨਾਲੋਂ ਟੌਪ ਤੇ ਮੱਖਣ ਭੂੰਡਾ ਵਾਲਾ ਪੋਂਪੂ ਵਜਾ ਕੇ। ਪੁੱਤਰਾ ਜਾਗਦੇ ਰਹੋ। ਕੁੜੀਆਂ ਦਾ ਤੇ ਪਤਾ ਨਹੀਂ ਕਿਤੇ ਭੂਤਰੀਆਂ ਹੀ ਨਾ ਜਾਗ ਜਾਣ। ਬੂੰਦੀ ਮੈਂ ਸ਼ੈਰੀ। ਤੇਰਾ ਨਾਂ ਹੀ ਸ਼ੈਰੀ ਆ, ਹਰਕਤਾਂ ਤੇਰੀਆਂ ਸਾਰੀਆਂ ਪਿੰਡੀਆਂ ਵਾਲੀਆਂ ਸ਼ੈਰੀ। ਸਾਲਾ ਤੈਨੂੰ ਚੌਕੀਦਾਰ ਕਿਹਨੇ ਬਣਾਤਾ ਓਏ? ਸਾਲਾ ਮਾੜੀ ਮਾੜੀ ਗੱਲ ਤੇ ਡਰ ਜਾਂਦਾ, ਵੱਡਾ ਸ਼ਕਤੀਮਾਨ। ਸਾਲਾ ਜੇ ਸੱਚੀ ਕਾਲੇ ਕੱਛੇ ਵਾਲੇ ਆ ਗਏ ਫੇਰ ਕੀ ਕਰੇਂਗਾ? ਓਏ ਕੱਛੇ ਤੋਂ ਯਾਦ ਆਇਆ, ਤੂੰ ਸਵੇਰੇ ਗਿੱਲਾ ਕੱਛਾ ਬਿਸਤਰੇ ਸੁੱਟ ਗਿਆ ਸੀ।
ਉਹ ਯਾਰ ਸਵੇਰ ਦੀ ਕੀ ਗੱਲ ਪੁੱਛਦਾ, ਕੱਲ ਪਹਿਲੀ ਵਾਰੀ ਦੂਜੀ ਬਿੱਲ ਤੇ ਉਹ ਕੰਪਨੀ ਵਾਲੇ ਗਣੇਸ਼ ਜੀ ਨੀ, ਆਹੋ ਉਹਨਾਂ ਨੇ ਮੇਰਾ ਫੋਨ ਚੱਕ ਲਿਆ ਯਾਰ। ਸੱਚੀ ਭਾਈ? ਹਾਂ। ਫਿਰ ਕੀ? ਫਿਰ ਆਪਾਂ ਸਪੀਡ ਚੱਕਤੀ, ਫਿਰ ਤੇ ਮੇਰੀ ਨੋਨੂ ਜੀ ਨਾਲ ਵੀ ਗੱਲ ਹੋ ਗਈ। ਸੋਨੂ ਜੀ ਨਾ? ਨੋਨੂ ਜੀ। ਅੱਛਾ, ਤੇ ਨੋਨੂ ਜੀ ਕਹਿੰਦੇ ਬਾਬਾ ਜੀ ਤੁਸੀਂ ਆ ਜਾਓ ਆਫਿਸ, ਆ ਜਾਓ ਬਾਬਾ ਜੀ, ਫਿਰ ਆਪਾਂ ਮਿਲ ਲੈਂਦੇ। ਫਿਰ ਤੇਰਾ ਬਾਈ ਸਿੱਧਾ ਵੱਜਿਆ ਸੀਡ ਕੰਪਨੀ ਦੇ ਆਫਿਸ। ਫਿਰ ਕੀ ਕਹਿੰਦੇ ਸੀਡ ਵਾਲੇ? ਮੇਰੇ ਬਾਈ ਦੀ ਪੱਕਾ ਟੇਪ ਕਢਾਉਣਗੇ ਨਾ? ਬਾਈ ਕਢਾਉਣਗੇ ਯਾਰ, ਮੈਨੂੰ ਲੱਗਦਾ ਬੰਦੇ ਤਾਂ ਚੰਗੇ ਲੱਗੇ ਵਿਚਾਰੇ, ਲੋਕ ਪਤਾ ਨੀ ਕਿਉਂ। ਆਪਾਂ ਕੀ ਲੈਣਾ ਯਾਰ? ਆਹੋ ਆਪਾਂ ਕੀ ਲੈਣਾ, ਤੂੰ ਐਂ ਦੱਸ ਰੋਟੀ ਖਾ ਲਈ ਓਏ? ਮੈਨੂੰ ਬਹੁਤ ਭੁੱਖ ਲੱਗੀ ਆ ਓਏ। ਮੈਨੂੰ ਬਹੁਤ ਭੁੱਖ ਲੱਗੀ ਆ ਓਏ। ਤੇਰੀ ਵਾਰੀ ਸੀ ਫੁਲਕੇ ਲਾਉਂਦੀ, ਆਪਣੇ ਮੇਰੀ ਤੂੰ ਭੱਜ ਜਾਣਾ ਯਾਰ। ਓਏ ਹਾਂ ਸੜਾ, ਜੇਬਾਂ ਚ ਕੀ ਪਾਇਆ ਓਏ, ਜੇਬਾਂ ਚ ਕੀ ਪਾਇਆ ਓਏ, ਵੇਖਣਾ ਹੀ। ਹਾਂ ਆ ਫੜ ਤੇਰੇ ਜੇਬਾਂ ਚ ਆਇਆ ਕੱਛਾ ਤੇ ਜਰਾਬਾਂ। ਓਏ ਉਹ ਸਾਲਾ ਕੱਛਾ ਨਾਲ ਕਿਉਂ ਲਈ ਫਿਰਦਾ ਵਾ ਯਾਰ? ਸਵੇਰੇ ਧੋਤੇ ਸੀ, ਮੈਂ ਕਿਹਾ ਤੂੰ ਵੀ ਨਾ ਪਾ ਜਵੇਂ। ਬਿਲਕੁਲ ਬਿਲਕੁਲ, ਹਾਂ ਰਾਈਟ ਹੋਵੋ, ਇੱਥੋਂ ਸਾਹਮਣੇ ਆ। ਓਕੇ ਵੈਲਕਮ, ਆ ਜਾਓ ਆ ਜਾਓ। ਹੈਲੋ, ਵੈਲਕਮ ਬੇਬੀ, ਅੱਜ ਇੰਨੀ ਜਲਦੀ ਆ ਗਈ? ਰੋਜ਼ ਹੀ ਇੰਨੇ ਵਜੇ ਆਉਂਦੀ ਆ। ਸੋ ਸਵੀਟ, ਅੱਜ ਤੁਸੀਂ ਬੜੇ ਸੱਜੇ ਹੋਏ ਹੋ। ਓ ਥੈਂਕ ਯੂ, ਆ ਦੇਖ ਤੇਰੇ ਸੱਜਣ ਲਈ ਵੀ ਮੈਂ ਕਿੰਨਾ ਸੋਹਣਾ ਸੂਟ ਬਣਵਾਇਆ। ਇਜ਼ਨਟ ਇਟ ਨਾਈਸ ਮਮ ਸੂਟ? ਪਲੀਜ਼ ਬੇਬੀ ਪਾ ਕੇ ਦਿਖਾ ਇੱਕ ਵਾਰੀ। ਚੱਲ ਪਾਜ ਪਾ ਕੇ ਦਿਖਾ ਦੂੰ, ਹੁਣ ਮੈਂ ਥੱਕੀ ਹੋਈ ਆ। ਅਰੇ ਪੁੱਤੂ ਹੁਣ ਪਾ ਕੇ ਦਿਖਾ ਦੇ ਨਾ, ਪਤਾ ਲੱਗ ਜਾਏਗਾ ਜੇ ਕੁਛ ਸ਼ੈਲਟਰ ਕਰਵਾਉਣਾ ਤੇ। ਜਾ ਮੇਰੀ ਸੋਹਣੀ ਜਾ। ਸ਼ਾਬਾਸ਼, ਥੈਂਕ ਯੂ, ਲਵ ਯੂ ਬੇਬੀ, ਲਵ ਯੂ ਮਾਂ। ਮਮ ਕਿਹੋ ਜਿਹਾ ਸੂਟ ਸਵਾਇਆ? ਇੰਨਾ ਟਾਈਟ ਹੈ ਜਿਹੋ ਜਿਹਾ ਤੀਲਾ ਜਾਂ ਤੁਹਾਡਾ ਟੇਲਰ ਹੈ ਉਹੋ ਜਿਹਾ ਮੇਰਾ ਸੂਟ ਸਵਾਤਾ। ਕਮ ਓ ਬੇਬੀ, ਇਹ ਤੈਨੂੰ ਦੇਖਣ ਆਏ ਨੇ, ਬਹਿ ਜਾ। ਤੁਹਾਡੀ ਪਸੰਦ ਕੀਤੀ ਹੋਈ ਚੀਜ਼ਾਂ ਮੈਨੂੰ ਘੱਟ ਹੀ ਫਿੱਟ ਆਉਂਦੀਆਂ ਨੇ। ਇਹ ਹੈ ਜੀ ਮੇਰੀ ਬੇਟੀ, ਪਲੀਜ਼ ਕਮ, ਆਓ ਮੈਂ ਮਿਲਾਵਾਂ, ਪਲੀਜ਼ ਕਮ ਕਮ ਕਮ। ਵੇਖੋ ਜੀ ਵੇਖੋ, ਮੈਨੂੰ ਤੁਸੀਂ ਧਿਆਨ ਨਾਲ ਵੇਖੋ, ਇਹ ਮੇਰੀ ਡਾਟਰ ਮਿੱਕੀ ਹੈ, ਇਹਨੂੰ ਵੀ ਤੁਸੀਂ ਧਿਆਨ ਨਾਲ ਵੇਖੋ। ਯੂ ਨੋ ਬੇਬੀ, ਇਹਨਾਂ ਦਾ ਯੂਕੇ ਦੇ ਵਿੱਚ ਬਹੁਤ ਬਿਗ ਬਿਜ਼ਨਸ ਹੈ, ਹਾਮਿਦਪੁਰ ਦਾ, ਹੈ ਨਾ ਬੇਟਾ? ਹਾਮਿਦਪੁਰ ਨੇ ਆਂਟੀ ਜੀ ਹੈਮਬਰਗਰਸ ਦਾ। ਆਂਟੀ ਨੂੰ ਕਹਿ, ਮੰਮਾ ਕਹਿ ਨਾ ਹੁਣ। ਓਕੇ ਆਂਟੀ, ਮੇਰਾ ਮਤਲਬ ਮੰਮੀ ਜੀ। ਥੈਂਕ ਯੂ, ਜੋ ਜੋ ਕਿ ਸੂਟ ਪੋ ਕੇ ਆ ਜੋ। ਛੱਡੋ ਨਾ ਮੰਮ, ਸੂਟ ਤਾਂ ਸਿਰਫ ਮੁੰਡੇ ਵੇਖਣ ਲਈ ਫਾਰਮੈਲਿਟੀ ਹੁੰਦੀ ਹੈ। ਤੁਹਾਨੂੰ ਤੇ ਸ਼ਾਰਟਸ ਹੀ ਪਸੰਦ ਹੋਣੀਆਂ ਨੇ, ਹੈ ਨਾ? ਹਾਂਜੀ ਹਾਂਜੀ ਬਿਲਕੁਲ। ਉਹ ਨਹੀਂ ਨਹੀਂ, ਕਹਿੰਦੇ ਹੁੰਦੇ ਆ ਖਾਈਏ ਮਨ ਪਾਉਂਦਾ ਤੇ ਪਾਈਏ ਜੱਗ ਪਾਉਂਦਾ। ਓਹੋ ਮੰਮੀ ਜੀ, ਆਪਾਂ ਸੂਟ ਦੇਖਣ ਥੋੜੇ ਆਏ ਹਾਂ, ਆਪਾਂ ਤਾਂ ਕੁੜੀ ਦੇਖਣ ਆਏ ਆ, ਤੇ ਕੁੜੀ ਤਾਂ ਬਹੁਤ ਸੋਹਣੀ ਹੈ, ਤੇ ਕੁੜੀ ਦੀ ਕੁੜੀ ਉਹਦੇ ਤੋਂ ਵੀ ਜ਼ਿਆਦਾ ਸੋਹਣੀ ਹੈ, ਫਿਰ ਆਪਾਂ ਰਿਸ਼ਤਾ ਪੱਕਾ ਸਮਝੀਏ ਜੀ। ਆਲਰਾਈਟ ਪਾਜੀ, ਤੁਹਾਨੂੰ ਬੜੀ ਕਾਲੀ ਹੈ ਪਾਜੀ। ਫਨੀ, ਵੈਰੀ ਫਨੀ, ਬਹੁਤ ਮਜ਼ਾਕੀਆ। ਦੇਖਿਓ ਦੇਖਿਓ, ਵਿਆਹ ਤੋਂ ਬਾਅਦ ਵੀ ਨਾ ਇਹਨੇ ਤੁਹਾਡਾ ਦਿਲ ਲਗਾ ਕੇ ਰੱਖਿਆ ਕਰਨਾ। ਯੂ ਨੋ, ਕਈ ਵਾਰ ਤਾਂ ਮੈਨੂੰ ਵੀ ਦੀਦੀ ਕਹਿ ਦਿੰਦੀ ਹੈ ਨਾ ਬੇਬੀ। ਦੀਦੀ ਜੀ, ਇਹਨਾਂ ਨੂੰ ਜਾਣ ਲਈ ਤੁਸੀਂ ਕਹੋਗੇ ਜਾਂ ਮੈਂ ਕਹਾਂ? ਮੈਨੂੰ ਲੱਗਦਾ ਸਾਡੀ ਇੱਥੇ ਬਹੁਤ ਬੇਇੱਜ਼ਤੀ ਹੋ ਗਈ, ਸਾਨੂੰ ਚੱਲਣਾ ਚਾਹੀਦਾ ਹੈ। ਇਟ ਜਸਟ ਸਟਾਰਟਡ ਆਂਟੀ ਜੀ। ਚੱਲ ਤੂੰ ਚੱਲ ਚੱਲ ਇੱਥੋਂ ਚੱਲੀਏ, ਮੈਨੂੰ ਤਾਂ ਲੱਗਦਾ ਤੇਰੇ ਪਿਓ ਵਾਂਗ ਨਾ ਤੇਰਾ ਵੀ ਵਿਆਹ ਔਖਾ ਹੀ ਹੋਣਾ। ਚੱਲ ਟੈਂਪੂ ਦੇ ਨਾਲ ਉਹ ਹੋਰ ਕੀ ਲੈ ਗਏ? ਉਹਨਾਂ ਨੇ ਤੇ ਸਾਡਾ ਛੱਡਿਆ ਹੀ ਕੁਛ ਨਹੀਂ ਜੀ, ਐਸੇ ਸਾਡੇ ਭੋਪੂ ਵਜਾਏ ਨੇ। ਅੱਛਾ, ਇਥੋਂ ਤੱਕ ਕਿ ਕਮੀਨੇ 2 ਲੀਟਰ ਦੀ ਕੇਨੀ ਲੈ ਗਏ, 4 ਮੀਟਰ ਰੱਸੀ ਲੈ ਗਏ, ਮੇਰਾ ਸਾਫਾ ਲੈ ਗਏ। ਥਾਣੇਦਾਰ ਸਾਹਿਬ, ਮੈਨੂੰ ਤੇ ਲੱਗਦਾ ਔਰ ਮੇਰੀ ਵੱਡੀ ਗੁੱਡੀ ਵੀ ਨਾਲ ਹੀ ਲੈ ਗਏ। ਜਨਾਬ, ਇਹ ਤਾਂ ਦੋਹਰੀ ਵਾਰਦਾਤ ਹੋ ਗਈ, ਇਹ ਤਾਂ ਕਿਡਨੈਪਿੰਗ ਦਾ ਕੇਸ ਲੱਗਦਾ। ਇੰਸਪੈਕਟਰ, ਰੱਬ ਰਾਖੇ ਨੂੰ ਸਭ ਪਤਾ ਹੈ, ਮੈਨੂੰ ਅਫਸੋਸ ਹੈ ਕਿ ਮੇਰੇ ਇਲਾਕੇ 'ਚ ਐਡੀ ਵੱਡੀ ਵਾਰਦਾਤ ਹੋ, ਪਰ ਤੁਸੀਂ ਫਿਕਰ ਨਾ ਕਰੋ ਜੀ। ਇੰਸਪੈਕਟਰ, ਰੱਬ ਰਾਖੇ ਦੇ ਹੱਥੋਂ ਮੁਜਰਮ ਬਹੁਤੀ ਦੇਰ ਨਹੀਂ ਬਚ ਸਕਦੇ, ਸਿਰਫ 2 ਦਿਨ, ਤੁਹਾਡੀ ਅਮਾਨਤ ਤੁਹਾਨੂੰ ਮਿਲ ਜੂ, ਤੁਸੀਂ ਬਸ ਪਹਿਚਾਣ ਦੱਸੋ। ਪਛਾਣ ਸਿੱਧੀ ਹੈ ਜੀ, ਸਾਰਾ ਸ਼ਹਿਰ ਜਾਣਦਾ, ਉਹਦਾ ਨੰਬਰ 3510 ਹੈ। ਇਹ ਗੁੱਡੀ ਦਾ ਮੋਬਾਈਲ ਨੰਬਰ ਹੈ ਜੀ? ਨਾ ਜੀ, ਸਾਡੀ ਗੱਡੀ ਦਾ ਪੌਂਪੋ ਵਜਾ ਕੇ।
ਹੈ ਆ ਕੇ ਹੁਣ ਬਿਨਾਂ ਕੁੜੀ ਤੋਂ ਪ੍ਰਾਹੁਣੇ ਨਹੀਂ ਦੱਸਦਾ ਦੀ ਤੂੰ ਦੇਖਿਆ ਤੇਜਿਆ ਇਹ ਦੁਨੀਆ ਕਿੰਨੀ ਛੋਟੀ ਏ ਓਏ ਤੂੰ ਪਤਾਲ ਦੇ ਵਿੱਚ ਵੀ ਛੁਪ ਜਾਂਦਾ ਮੈਂ ਤੇ ਤੈਨੂੰ ਉੱਥੋਂ ਵੀ ਕੱਢ ਲੈਣਾ ਸੀ ਓਏ ਤੂੰ 10 ਕਰੋੜ ਦੇ ਹੀਰੇ ਨੂੰ ਹੜੱਪ ਕਰਨਾ ਚਾਹੁੰਦਾ ਏ ਤੇਜਿਆ ਚੋਰਾਂ ਦੇ ਵੀ ਅਸੂਲ ਹੁੰਦੇ ਨੇ ਹੀਰਾ ਕਿੱਥੇ ਆ ਹੀਰਾ ਮੇਰਿਆ ਸਾਲਿਆ ਮਤੀਰਿਆ ਸਰਿਆ ਜਿਆ ਮੈਨੂੰ ਸੁਪਨੇ ਆਉਂਦੇ ਨੇ ਹੀਰੇ ਦੇ ਹੀਰਾ ਹੀਰਾ ਓਏ ਅਸੀਂ ਤਾਂ ਆਪ ਭਰਾਵਾ ਤੜਕੇ ਦੇ ਨਾਲ ਮਗਜ ਖਪਾਈ ਕਰਦੇ ਆ ਇਹਨੇ ਤਾਂ ਸਿਰ ਦੁਖਣ ਲਾਤਾ ਸਾਡਾ ਵੀ ਮਾਰ ਮਾਰ ਕੇ ਥੱਪੜ ਮੇਰੇ ਦਾ ਗੱਲਾਂ ਲਾਲ ਕਰਤੀਆਂ ਸਾਨੂੰ ਤਾਂ ਆਪਣੀ ਇਹ ਦੱਸਦਾ ਹੈਗਾ ਇਹ ਤਾਂ ਯਾਦ ਹੀ ਨਹੀਂ ਆਉਂਦਾ ਨਾ ਬਾਪੂ ਦੱਸ ਦੇਗਾ ਹੀਰਾ ਚੱਲ ਨਾ ਦੱਸ ਓਏ ਹੀਰੇ ਦਾ ਮਾਮਲਾ ਏ ਇਹ ਕੀ ਦੱਸੇਗਾ ਬੇਈਮਾਨ ਏ ਬੇਈਮਾਨ ਓਏ ਓਏ ਗੰਜਿਆ ਜਿਆ ਬੇਈਮਾਨ ਹੋਵੇਗਾ ਤੂੰ ਤੇਰਾ ਪਿਓ ਮੇਰਿਆ ਸਾਲਿਆ 10 ਕਰੋੜ ਦਾ ਕੀ ਚਾਹੇ 50 ਕਰੋੜ ਦਾ ਹੋਵੇ ਮੈਂ ਤਾਂ ਮੂਤਦਾ ਨਹੀਂ ਇਹੋ ਜਿਹਾ ਹੀਰੇ ਤੇ ਬਾਪੂ ਸਹੀ ਕਹਿੰਦਾ ਜੀ ਇਹਨੂੰ ਹੀਰੇ ਦਾ ਕੁਛ ਨਹੀਂ ਪਤਾ ਹਾਂ ਨਾ ਬਾਪੂ ਹਾਂ ਹੀਰਾ ਚੱਲ ਨਾ ਦੋ ਓਏ ਯਾਦ ਕਰ ਤੇਜਿਆ ਓਏ ਤੂੰ ਮੇਰਾ ਜਿਗਰੀ ਯਾਰ ਸੀ ਓਏ ਆਪਾਂ ਦੋਵੇਂ ਹੀਰਾ ਚੋਰੀ ਕਰਕੇ ਭੱਜੇ ਸੀ ਪੁਲਿਸ ਪਿੱਛੇ ਲੱਗੀ ਹੋਈ ਸੀ ਹੀਰਾ ਕਿੱਥੇ ਹੀਰਾ ਓਏ ਓਏ ਮੇਰਾ ਸਿਰ ਫਟ ਜੂ ਸਾਲੇ ਹੀਰੇ ਦੇ ਹੀਰਾ ਹੀਰਾ ਬਾਪੂ ਹਾਂ ਦੱਸ ਦੇਗਾ ਚੱਲ ਨਾ ਦੋ ਓਏ ਸਭ ਜਾਣਦਾ ਏ ਓਏ ਲਾਲਚ ਨੇ ਇਹਦੀਆਂ ਅੱਖਾਂ ਤੇ ਪਰਦਾ ਪਾਤਾ ਏ ਓਏ ਬੇਈਮਾਨ ਏ ਬੇਈਮਾਨ ਉਸਤਾਦ ਭੈਣ ਦੀ ਇਹਨੂੰ 10 ਬੇਈਮਾਨ ਦੀ ਸਜ਼ਾ ਕੀ ਹੁੰਦੀ ਹੈ ਕੱਢ ਵਾਲੇ ਸੇ ਓਏ ਇਹਨੇ ਯਾਰ ਮਾਰ ਕੀਤੀ ਏ ਗਦਾਰ ਏ ਗਦਾਰ ਏ ਗਦਾਰ ਏ ਗਦਾਰ ਬੇਈਮਾਨ ਗਦਾਰ ਬੇਈਮਾਨ ਕੈਲਾ ਬੁੜਾ ਬੇਈਮਾਨ ਗਦਾਰ ਹਾਂ ਮਰ ਜਾ ਮੇਰੇ ਆ ਸਾਲਿਆ ਮੇਰੇ ਤੇ ਆਸ਼ਕ ਹੋ ਜਾਂਦਾ ਜੇ ਸ਼ੀਸ਼ਾ ਬੋਲਦਾ ਹੁੰਦਾ ਜੇ ਸ਼ੀਸ਼ਾ ਬੋਲਦਾ ਹੁੰਦਾ ਹਾਏ ਜੇ ਸ਼ੀਸ਼ਾ ਬੋਲਦਾ ਹੁੰਦਾ ਨਾਨਾ ਨਾਨਾ ਕਿਤੇ ਨੇ ਤੇਰੇ ਬਦਮਾਸ਼ ਪੁੱਤਰ ਖੇਤ ਮੇਰੇ ਪਾਪੂ ਰਾਂ ਦੀ ਬਦਮਾਸ਼ਾਂ ਨਾਲ ਲੜਾਈ ਹੋ ਰਹੀ ਆ ਵੇ ਜੋਰਿਆ ਵੇ ਮਤੀਆ ਵੇ ਬਾਹਰ ਨਿਕਲੋ ਵੇ ਕਿੱਥੇ ਮਰ ਗਏ ਵੇ ਮੇਰੇ ਸੂਰਮਿਆਂ ਪੁੱਤਰ ਹਾਏ ਓਏ ਰੱਬਾ ਚੱਜ ਨਾਲ ਬਹਿ ਨਹੀਂ ਦਿੱਤੀ ਨਾ ਮੈਨੂੰ ਐਂ ਦੱਸ ਕਿਉਂ ਰੌਲਾ ਪਾਇਆ ਕੀ ਗੱਲ ਐਕਸਰ ਸਾਡੀ ਵੀ ਇੱਜ਼ਤ ਹੈ ਇੱਜ਼ਤ ਦਿਆ ਲੱਗ ਦਿਆ ਬਾਹਰ ਆਪਣੇ ਵਾਲੇ ਪ੍ਰਾਹੁਣੇ ਦੇ ਕਿਸੇ ਦੇ ਕੁੱਟ ਕੁੱਟ ਕੇ ਛੋਡੇ ਲਾ ਤੇ ਮਾਮਾ ਹੋਰ ਨਹੀਂ ਕੁਛ ਕਰਨਾ ਘੱਟ ਤੋਂ ਘੱਟ ਉੱਤੇ ਆ ਕੇ ਭੌਂਕੀ ਲੋ ਨਾ ਚਿਹਰਾ ਮੈਂ ਤਾਂ 10ਵੀਂ ਵਾਰ ਚੱਲਿਆ ਨਾਨਾ ਤੂੰ ਵਗ ਜਾ ਹੋਰ ਨਹੀਂ ਉੱਥੇ ਤੀਵੀਆਂ ਵਾਂਗੂ ਜਾ ਕੇ ਮਿਹਣੇ ਦੇ ਜਾਈ ਹਾਂ ਮਿਹਣੇ ਦੇਣ ਤਾਂ ਪੁੱਤ ਮੈਂ ਉਈ ਨਹੀਂ ਕਿਸੇ ਨੂੰ ਵਾਰ ਨਹੀਂ ਹੋਣ ਦਿੰਦਾ ਪਰ ਨਾ ਭਾਈ ਨਾ ਲੜਾਈ 'ਚ ਤਾਂ ਮੇਲੇ ਆਣੇ ਤੇ ਪੈਂਦੀਆਂ ਮੈਂ ਤਾਂ ਨਹੀਂ ਜਾਣਾ ਓਏ ਕੀ ਗੱਲ ਹੋ ਗਈ ਰੋਡੂ ਕਿਹਦੀ ਲੜਾਈ ਹੋ ਗਈ ਓਏ ਤੁਹਾਡੇ ਪ੍ਰਾਹੁਣੇ ਦੀ ਹੋਰ ਕੀ ਨਾਈਆਂ ਦੀ ਹਾਂ ਬਸ ਪੁੱਤ ਅੱਧੇ ਘੰਟੇ 'ਚ ਜਾਣਾ ਮੈਂ ਓ ਜੋਰਿਆ ਓਏ ਜੋਰਿਆ ਬਾਹਰ ਆ ਜਾ ਓਏ ਤੇਰੇ ਤੇ ਫੋਕੀਆਂ ਬੜਾ ਮਾਰਨ ਵਾਲੇ ਨੇ ਲੱਗ ਗਿਆ ਮੌਕਾ ਲੰਡੂ ਜੈਲਦਾਰ ਓਏ ਪਿੰਡਿਆ ਜਿਹਾ ਤੂੰ ਮੇਰੀ 30 ਸਾਲਾਂ ਦੀ ਅਣਖ ਨੂੰ ਵੰਗਾਰ ਰਿਹਾ ਤੂੰ ਮੇਰੀ ਇੱਜ਼ਤ ਨੂੰ ਹੱਥ ਪਾ ਰਿਹਾ ਉੱਥੇ ਆ ਕੇ ਲੜਾਈ 'ਚ ਡੁੱਬ ਕੇ ਮਾਰ ਹਾਂ ਲੜਾਈ 'ਚ ਡੁੱਬ ਕੇ ਮਾਰ ਤੂੰ ਮੇਰੀ ਗੈਰਤ ਨੂੰ ਵੰਗਾਰ ਰਿਹਾ ਓਏ ਜੇ ਤੁਹਾਡੇ 'ਚ ਗੈਰਤ ਹੁੰਦੀ ਤਾਂ ਧੀ ਦੇ ਘਰ ਦੀਆਂ ਰੋਟੀਆਂ ਨਾ ਪਾੜ ਦੇ ਚੱਲ ਯਾਰ ਲਾਡੀ ਚੱਲੀਏ ਚੱਲ ਰੋਟੀਆਂ ਨਹੀਂ ਪੜਦੇ ਹੂੰ ਹਾਏ ਵਸੀ ਸਭ ਬੋਲਦਾ ਹੁੰਦਾ ਬੋਲ ਭੰਨ ਪੁੱਤਿਆ ਹੁਣ ਤਾਂ ਮੇਰੀ ਤਾਰੀਫ ਕਰਦੇ ਕੁਛ ਲੈ ਕੰਮ ਤਾਂ ਸਾਰੇ ਵਿਚਾਰੇ ਪਏ ਨੇ ਪਹਿਲਾਂ ਲੈ ਮੈਂ ਜੋਗਾ ਹੀ ਕਰ ਲਾਂਗਾ ਘਰੇ ਕਿਵੇਂ ਜੰਗੀ ਜਹਾਜ਼ਾ ਡਿੱਗਿਆ ਪਿਆ ਓਏ ਤਾਂ ਮੇਰੇ ਵਾਲੀ ਕੈਲੋ ਹੈ ਮੈਂ ਕਰਦਾ ਇਹਨੂੰ ਲੋਟ
ਇਹ ਸਰਦਾਰਨੀ ਨੂੰ ਕੀ ਹੋ ਗਿਆ? ਸਰਦਾਰ ਜੀ ਮੈਂ ਰਾਮੂ ਤੁਹਾਡਾ ਸੀਰੀ ਨਾ ਮੱਖੀ ਲੜੇ ਨਾ ਕੀਰੀ, ਮੈਂ ਹੁਣੀ ਚੁੱਕ ਦਿੰਦੀ ਫਟਾ। ਕੈਲਾ ਕੀ ਕਰਦੇ ਸੀ? ਇਹ ਤਾਂ ਮੈਂ ਜੋਗਾ ਕਰਦੀ। ਜੋਗਾ? ਜੋਗਾ? ਮੈਨੂੰ ਛੱਡ ਕੇ ਤੂੰ ਜੋਗੇ ਨੂੰ ਕਰਦੀ? ਖਰਜਾ ਖਰਜਾ ਖਰਜਾ, ਮੈਂ ਆਪਦੇ ਧਰਮਿੰਦਰ ਨੂੰ ਛੱਡ ਕੇ ਰਮੇਸ਼ਪੁਰੀ ਕੋਲੇ ਕੀ ਕਰਨ ਜਾਣਾ? ਤੂੰ ਤਾਂ ਮੇਰਾ ਝਾੜੂ ਖਾਨ ਆ, ਝਾੜੂ ਖਾਨ। ਮੈਂ ਤੇਰਾ ਝਾੜੂ ਖਾਨ ਆ, ਫਿਰ ਤੂੰ ਜੋਗੇ ਨੂੰ ਕਿਉਂ ਕਰਦੀ ਹੈ? ਉਹ ਜੋਗਾ ਨੀ ਕਹਿੰਦੀ ਮੈਂ, ਜਿਹੜਾ ਨਾ ਲੰਮੇ ਪੈ ਕੇ ਐ ਕਸਰਤ ਕੀ ਵੀ ਕਰਦੇ ਹੁੰਦੇ ਨੇ, ਕਸਰ ਕਰਦੇ। ਉਹ ਸਰਦਾਰੀ ਜਿਹੜਾ ਬਾਬਾ ਟੀਵੀ ਤੇ ਆਉਂਦਾ ਜਿਹੜਾ ਕਰਦਾ, ਹਾਜ਼ਰ ਐਂ ਕਰਦਾ, ਕਿੱਥੋਂ ਆਇਆ ਓਏ ਤੂੰ? ਮੈਂ ਡਾਕੂ ਕੱਬਰ ਸਿੰਘ ਦੀ ਛੋਟੀ ਭੈਣ ਬੀਬੀ ਬੱਬਰ ਕੌਰ ਆ ਵੇ, ਤੂੰ ਨੀ ਮੈਨੂੰ ਜਾਣਦਾ। ਜਿੱਥੇ ਮੈਂ ਪੈਰ ਧਰਦੀ ਆ, ਧਰਤੀ ਛੂ ਛੂ ਕਰਦੀ ਆ। ਓ ਰਾਮੂਆ, ਓਏ ਆ ਪੈਦਾ ਕਿਹੜਾ ਟੇਸ਼ਨ ਲਾ ਗਿਆ ਤੂੰ? ਓਏ ਕਾਲੀਆ, ਕਿੰਨੇ ਬੰਦੇ ਸੀ ਵੇ? ਓ ਮੈਂ ਦੱਸਦਾ ਤੈਨੂੰ ਕਿੰਨੇ ਬੰਦੇ ਸੀ, ਮੈਂ ਤਾਂ ਇਕੱਲਾ ਹੀ ਆ। ਓ ਕੈਲੋ, ਆ ਕੀ ਹੋ ਗਿਆ ਤੈਨੂੰ? ਚੱਲ ਬੈਠ, ਬੈ ਜਾ, ਆ ਜਾ। ਹਾਏ ਹਾਏ, ਆ ਕੀ ਲੈ ਕੇ ਆਇਆ ਪਰਨੇ ਚ? ਕੀ ਬਣਿਆ ਤੇਰਾ? ਓਏ ਤਾਂ ਮੈਂ ਮੇਲੇ ਤੋਂ ਲੱਡੂ ਲੈ ਕੇ ਆਇਆ ਤੇਰੇ ਵਾਸਤੇ। ਲੱਡੂ? ਹਾਂ ਆ ਗਿਆ, ਮਾਂ ਦਿਆ ਪੁੱਤਾ, ਲਾ ਫੜ ਲਿਆ। ਮੈਨੂੰ ਐਂ ਦੱਸ ਵੀ ਆਪਣਾ ਕੀਜੂ ਕਿੱਥੇ ਆ? ਓ ਕੀਜੂ ਨੂੰ ਤਾਂ ਮੈਂ ਬਹੁਤ ਵਧੀਆ ਕੰਮ ਸਿੱਖਣ ਲਾਇਆ। ਕਿਹੜੇ ਕੰਮ? ਓ ਤੈਨੂੰ ਆਪ ਹੀ ਆ ਕੇ ਦੱਸ ਦੂ, ਚੱਲ ਤੂੰ ਲੱਡੂ ਖਾ। ਹਾਂ ਲਿਆ ਲਿਆ, ਮੈਂ ਪਹਿਲਾਂ ਤੈਨੂੰ ਭੋਗ ਲਵਾ ਦਿਆਂ, ਆ ਕਰ ਆ। ਹਾਂ ਦੁਕਾਨੀਆਂ ਤੀਨੀਆਂ ਕਿਸੇ ਨੇ ਦੇ ਰਿਹਾ, ਖੜ ਜਾ, ਮੈਂ ਆਈ, ਮੈਂ ਬਣਾਵਾਂ ਤੈਨੂੰ ਬੰਦਾ, ਪਵਾਵਾਂ ਤੈਨੂੰ ਦਿਨ ਮਾ ਸੁਪਨਿਆਂ ਮਾ ਗੰਦ। ਓ ਤੇਰਾ ਬੇੜਾ ਬਹਿ ਜੇ ਦੁਸ਼ਮਣ ਦੀਏ ਪ੍ਰਾਣੀਆਂ ਤੋਪੇ, ਸਾਰਾ ਨਜ਼ਾਰਾ ਖਰਾਬ ਕਰਤਾ। ਕਿਉਂ ਮੇਰੇ ਸੁਪਨੇ ਤੇ ਰੁਕਾਵਟ ਕੇ ਲਈ ਖੇਤ ਬਣਦੀਆਂ? ਸਾਰਾ ਦਿਨ ਬਗਾਨੀਆਂ ਤੀਨੀਆਂ ਕੇ ਸੁਪਨੇ ਲਈ ਜਾ। ਉਹ ਕੋਈ ਅਵਧੀ ਦਾ ਵੀ ਲੈਂਦਾ ਹੈ? ਮੈਂ ਤਾਂ ਕਹਾਂ ਤੇਰੀ ਸੁਪਨਿਆਂ ਵਾਲੀ ਬੇੜੀ ਭਰਕੇ ਡੁੱਬ ਜਾ ਹੈ, ਭਰਕੇ। ਕਦੀ ਮੇਰਾ ਵੀ ਸੁਪਨਾ ਲੈ ਲੈ ਕਰ। ਹਾਂ ਤੇਰੇ ਸੁਪਨੇ ਵੀ ਆਉਂਦੇ ਨੇ। ਹਾਏ ਰੋਡੂ ਕੇ ਪਾਪੇ, ਮੇਰਾ ਵੀ ਸੁਪਨਾ ਆਵਾ, ਸੁਣਾਈ ਫਿਰ। ਹਾਏ ਸਿਲੰਡਰ ਮੁੱਕ ਗਿਆ, ਹਾਏ ਆਟਾ ਪਿਆ ਪਿਆ ਹੋਣ ਵਾਲਾ, ਹਾਏ ਮੈਂ ਇਸਨੇ ਦੁੱਧ ਨਹੀਂ ਦਿੱਤਾ, ਹਾਏ ਰੋਡੂ ਦੀ ਫੀਸ ਭਰਨ ਵਾਲੀ ਹੈ। ਸੁਪਨੇ 'ਚ ਟੈਨਸ਼ਨਾਂ ਤੋਂ ਬਗੈਰ ਤੈਂ ਮੈਨੂੰ ਕਦੇ ਕੁਝ ਦਿੱਤਾ ਵੀ ਹੈ? ਇਬ ਦੇਉਂਗੀ। ਕੀ ਜ਼ਹਿਰ? ਜੇ ਤੈਨੂੰ ਔਰ ਤੇਰੇ ਸੁਪਨਿਆਂ ਆਣੇ ਵਾਲੀਆਂ ਨੂੰ ਨਾ ਲੱਤ ਪਰ ਲੱਤ ਧਰ ਕੇ ਜੇ ਗੱਬੇ ਤੇ ਨਾ ਪਾੜਦਿਆ ਨਾ, ਤਾਂ ਮੈਨੂੰ ਵੀ ਮਿਲੋ ਨਾ ਕਹੀਂ, ਮੈਂ ਕੁਆਬੀ ਜੈਲਦਾਰ ਹਾਂ। ਓ ਜਾਣਦਾ ਮੈਂ ਤੁਹਾਡੇ ਜੈਲਦਾਰਾਂ ਨੂੰ। ਕਹਿੰਦੀ ਮੇਰਾ ਭਰਾ ਦੁਬਈ ਗਿਆ ਹੋਇਆ। ਹਾਂ ਗਿਆ ਵਾ। ਨੀ ਬਲਾਤਕਾਰ ਦੇ ਕੇਸ ਚੰਦਰ ਹੈ, ਪਿਓ ਤੇਰਾ ਜਨਾਨੀ ਰੱਖੀ ਬੈਠਾ, ਉਹ ਵੀ ਭਈਆ ਰਾਣੀ। ਨੀ ਲੀਡਰਾਂ ਦਾ ਵੀ ਮਾੜਾ ਮੋਟਾ ਸਟੈਂਡ ਹੁੰਦਾ, ਤੁਹਾਡੇ ਖਾਨਦਾਨ ਦਾ ਤਾਂ ਉਹ ਵੀ ਨਹੀਂ ਹੈਗਾ। ਸਰਕਾਰ ਤੋਂ ਭੈੜੀ? ਜੇ ਮੈਂ ਸਰਕਾਰ ਤੇ ਭੈੜੀ ਹੁੰਦੀ ਨਾ, ਤੇਰੇ ਪਰ ਚਿੱਟੇ ਦਾ ਕੇਸ ਪਵਾ ਦਿੰਦੀ, ਨਾਲੇ ਆਰਟੀਐਕਸ ਦਾ ਹਮਲਾ ਕਰਾ ਕੇ ਤੇਰਾ ਵਜੂਦ ਖਤਮ ਕਰ ਦਿੰਦੀ ਮੈਂ। ਮੇਰਾ ਨਹੀਂ, ਆਪਣੇ ਖਾਨਦਾਨ ਦਾ ਵਜੂਦ ਖਤਮ ਕਰ, ਚੱਲ ਜਾ। ਇਹ ਤਾਂ ਫਿਰ ਤੈਨੂੰ ਖਤਮ ਕਰਨਾ ਹੀ ਪਊ। ਓ ਤੂੰ ਜਾ, ਤੇਰੇ ਵਰਗੀਆਂ 50 ਤੁਰੀਆਂ ਫਿਰਦੀਆਂ ਨੇਗੀਆਂ। ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ, ਤੈਨੂੰ ਕਿਉਂ ਨਾ ਤਾਰੂ ਬੰਦੇ ਆ ਮੇਰੇ ਪਿਆਰੇ, ਵੀ ਤੈਨੂੰ ਕਿਉਂ ਨਾ ਤਾਰੂ ਬੰਦੇ ਆ। ਪਾਪੇ ਹਾਂ, ਆ ਕੁੱਤੇ ਝਾਕੀ ਹੁੰਦੀ ਆ? ਉਹ ਕਿਸਾਨਾਂ ਨੂੰ ਕਰਜ਼ੇ ਦੀ, ਬੇਕਰਿਆਂ ਨੂੰ ਪੰਜ ਮਰਲੇ ਦੀ, ਹੈ ਕੈਨੇਡਾ ਵਾਲਿਆਂ ਨੂੰ ਪੀਆਰ ਦੀ, ਤੇ ਲੀਡਰਾਂ ਨੂੰ ਵੋਟਾਂ ਦੀ, ਇਹਨੂੰ ਕੁੱਤੇ ਝਾਕ ਕਹਿੰਦੇ ਨੇ? ਫੇਰ ਤਾਂ ਭੋਲੇ ਚਾਚੇ ਨੂੰ ਵੀ ਵਿਆਹ ਦੀ ਕੁੱਤੇ ਝਾਕ ਆ। ਚਿੱਤਰਾਂ ਤੇਰੇ ਬਾਪ ਨੂੰ ਚਿੱਤਰਾਂ ਕੀ ਕੁੱਤੇ ਝਾਕ ਰਹਾ। ਰੋਡੂ, ਤੇਰੀ ਮਾਂ ਦਾ ਸੁਭਾਅ ਕਿੰਨਾ ਮਜ਼ਾਕੀਆ ਹੁੰਦਾ ਜਾਂਦਾ ਹੈ ਨਾ। ਆਹਾ ਭਗਵਾਨ ਨੇ, ਆਲੂ ਵਾਲੇ ਪਰੌਂਠੇ ਬਣਾ ਫਿਰ ਕੇਰਾਂ ਗੋਲ ਗੋਲ। ਆਹਾ ਹਾ ਹਾ, ਇੰਨੀਆਂ ਰੋਟੀਆਂ ਝੁਲਸਕਾ ਹਟਿਆ ਤਾ, ਐਂਡੀ ਛੇਤੀ ਕੂਤਰੇ ਚੁੰਗੋਗੇ ਤੈਨੂੰ। ਬਹੁਤ ਭੁੱਖ ਲੱਗੀ ਹੈ। ਓ ਆ ਖਬਰ ਸੁਣੋ,
ਪਤੀ ਦੇ ਪ੍ਰੇਮਿਕਾ ਨਾਲ ਸੰਬੰਧ ਹੋਣ ਤੇ ਪਤਨੀ ਨੇ ਕੀਤਾ ਪਤੀ ਦਾ ਕਤਲ, ਮਾਰ ਕੇ ਲਾਸ਼ ਅੰਦਰ ਦੱਬੀ ਤੇ ਉੱਤੇ ਲਵਾਇਆ ਫਰਸ਼। ਇਹ ਖਬਰਾਂ ਨੀ ਪੜੀ ਨੇ ਪੁੱਤ, ਇਹ ਤਾਂ ਭੜਕਾਊ ਖਬਰਾਂ ਨੇ, ਜਾ ਕਾਲਜ ਵਗ ਜਾ। ਮੇਰਾ ਤਾਂ ਦਿਲ ਜਾ ਕੰਬਣ ਲੱਗ ਗਿਆ, ਆ ਮਾੜਾ ਜਿਹਾ ਦੁੱਧ ਚ ਪੱਤੀ ਪਾ ਦੇ, ਨਾਲੇ ਮੈਨੂੰ ਰੋਟੀ ਤਿਆਰ ਕਰ। ਪਹਿਲਾਂ ਝਾੜੂ ਮਾਰ ਕੇ ਨਾ ਚਾਰ ਕੁ ਭਾਂਡੇ ਚੱਕ, ਨਾਲੇ ਕੱਪੜੇ ਧੋ ਦੇ, ਢੇਰ ਲੱਗਿਆ ਪਿਆ ਏ, ਮੈਨੂੰ ਹੋਰ ਬਥੇਰੇ ਸਿਆਪੇ ਆ ਕਰਨੇ ਵਾਲੇ। ਸ਼ਰਮ ਮਨ, ਘਟੀਆ ਕਿਸਮ ਦੀ ਲੇਡੀ, ਆਪਣੇ ਪਤੀ ਪਰਮੇਸ਼ਰ ਤੋਂ ਕੰਮ ਕਰਵਾਉਣੀ ਆ? ਉਹ ਮੈਂ ਜੱਟ ਆ, ਨੌਕਰ ਨਹੀਂ ਇਸ ਘਰ ਦਾ। ਅੱਛਾ, ਕਿਆ ਕਰ ਲਊਂਗਾ ਤੂੰ? ਜੇ ਰੋਟੀ ਖਾਣੀ ਹੈ ਨਾ ਤਾਂ ਰੋਟੀ ਜੋਗਾ ਕੰਮ ਕਰ ਬੰਦਾ ਬਣ ਕੇ। ਜੇ ਲੜਾਈ ਦਾ ਐਡਾ ਸ਼ੌਕ ਹੈ ਨਾ, ਬਾਰਡਰ ਤੇ ਚਲੀ ਜਾ, ਨਾਲੇ ਮਾਹੌਲ ਗਰਮ ਹੈ। ਬਾਰਡਰ ਪਰ ਤਾਂ ਜਾਊਂਗੀ, ਪਹਿਲਾਂ ਤੇਰਾ ਮੋਰਚਾ ਤਬਾਹ ਕਰਕੇ ਜਾਊਂਗੀ ਦੁਸ਼ਮਣ। ਤੇਰਾ ਸੁਭਾਅ ਨਹੀਂ ਬਦਲਦਾ। ਬਦਲਣਾ, ਰਾਮ ਕਰ ਲਾ ਭੋਰਾ, ਥੱਕ ਗਈ ਬੈਠੀ ਬੈਠੀ। ਨਾਲੇ ਹੋਰ ਸੁਣ, ਸਾਰੇ ਕੰਮ ਦਬਾ ਦਬ ਖਤਮ ਕਰ ਲੈ, ਨਹੀਂ ਮੇਰੇ ਤੇ ਬੁਰਾ ਕੋਈ ਨਹੀਂ। ਹੇ ਸੱਚਿਆ ਪਾਤਸ਼ਾਹ, ਮੈਂ ਤਾਂ ਕਹਿਣਾ ਪਾਕਿਸਤਾਨ ਵਾਲਿਆਂ ਨਾਲ ਲੜਾਈ ਲੱਗ ਜੇ। ਹੇ ਮੇਰੇ ਪਾਕਿਸਤਾਨੀ ਭਰਾਵੋ, ਕੋਈ ਇਹੋ ਜਿਹਾ ਪਰਮਾਣੂ ਇਸ ਜਨਾਨੀ ਤੇ ਸਿੱਟੋ, ਇਹਨੂੰ ਸਦਾ ਵਾਸਤੇ ਖਤਮ ਕਰ ਦਿਓ, ਇਹਦਾ ਵਜੂਦ ਖਤਮ ਕਰ ਦਿਓ। ਇੱਕ ਤਾਂ ਹੋਈਆਂ ਖਬਰਾਂ ਪੜਨ ਵਾਲੀਆਂ, ਹੈ ਇੱਕੋ ਹੀ ਇਹ, ਇਹਨਾਂ ਨੂੰ ਫੜ ਕੇ ਪਾਕਿਸਤਾਨ ਦੇ ਪਰਲੇ ਬਾਰਡਰ ਦੇ ਪਾਰ ਸੁੱਟ ਦਿਓ, ਫਿਰ ਇਹਨਾਂ ਦੀ ਟੈਂ ਟੈਂ ਬੰਦ ਹੋਊਗੀ। ਤੈਨੂੰ ਕਿਉਂ ਨਾ ਤਾਰੂ ਬੰਦਿਆ, ਪਾਣੀ ਉੱਤੇ ਪੱਥਰਾਂ ਨੂੰ ਤਾਰਦਾ, ਤੈਨੂੰ ਕਿਉਂ ਨਾ ਤਾਰੂ ਬੰਦਿਆ। ਉਹ ਕੋਈ ਕਿਸੇ ਨੂੰ ਤਰਸਦਾ ਤੇ ਕੋਈ ਕਾਸੇ ਨੂੰ ਤਰਸਦਾ, ਤੇ ਅਮਲੀ ਸਾਰੀ ਉਮਰ ਮਰੋੜਿਆਂ ਨੂੰ ਤਰਸਦਾ ਮਰ ਜਾਂਦਾ। ਹੌਲੀ ਪਤੰਦਰਾ, ਚਲੋ ਥਾਣੇ। ਸ਼ੀਸ਼ਾ ਤੜਕਿਆ ਤੇ ਗਿਆ, ਅਮਲੀ ਝੜਕਿਆ ਤੇ ਗਿਆ, ਓਏ ਕਿਹਨੂੰ ਫੜ ਲਿਆ ਪਤੰਦਰੋ? ਉਹ ਤੈਨੂੰ, ਦਾਰੂ ਕੱਢਦੇ ਨੂੰ ਰੰਗੇ ਹੱਥੀ। ਹੈਂ, ਅੱਛਾ ਇਹਨੂੰ ਦਾਰੂ ਕੱਢਣਾ ਕਹਿੰਦੇ ਆ? ਮੈਂ ਤਾਂ ਘੰਟੇ ਦਾ ਕੁਝ ਹੋਰ ਏ ਕੱਢਣ ਨੂੰ ਮਿਲ ਹੀ ਜਾਂਦਾ ਸੀ। ਤੂੰ ਥਾਣੇ ਤਾਂ ਚੱਲ, ਵੇਖ ਅਸੀਂ ਤੇਰਾ ਕੀ ਕੀ ਕੱਢਦੇ ਆ। ਪਹਿਲਾਂ ਮੋਟਰ ਤੇ ਬਹਿ ਕੇ ਦਾਰੂ ਕੱਢਦੇ ਹੋ, ਤੇ ਜਦੋਂ ਫੜ ਲਈਏ ਫਿਰ ਝੂਠੀ ਮੂਠੀ ਦੇ ਬਹਾਨੇ ਕੱਢਦੇ ਹੋ। ਬਹਾਨੇ? ਓਏ ਮੋਤੀਆਂ ਵਾਲਿਓ, ਅਸੀਂ ਤਾਂ ਢੋਲੇ ਦੀਆਂ ਲਾਉਣੇ ਆ, ਮਹੀਨੇ ਮੱਸਿਆ ਨਹਾਉਣੇ ਆ, ਨਾਲੇ ਉਹ ਤਾਂ ਮੱਗਰ ਸਿਉਂ ਕੀ ਮੋਟਰ ਆ, ਮੈਂ ਉੱਥੇ ਬਣੇਵੇਂ ਲੈਣ ਜਾਣਾ ਸੀ। ਤੂੰ ਥਾਣੇ ਤਾਂ ਚੱਲ, ਬਣੇਵੇਂ ਤਾਂ ਤੈਨੂੰ ਉੱਥੇ ਚਕਾਉਣੇ ਆ। ਓਏ ਕੰਮ ਕਰੋ, ਮੈਂ ਥਾਣੇ ਵਾਲਿਆਂ ਦੀ ਮਕਾਨ ਨਹੀਂ ਜਾਂਦਾ। ਤੇਰੇ ਜਾ ਕੇ ਜਦੋਂ ਫੇਰੇ ਨਾ ਘੋਟਣਾ ਥਾਣੇ 'ਚ, ਮਕਾਨ ਤਾਂ ਤੇਰੀ ਉੱਥੇ ਪਹੁੰਚੂ। ਇੱਕ ਮਿੰਟ ਗੌਰਮੈਂਟ ਜੀ, ਉਹ ਵੇਖੋ ਸਾਹਮਣੇ ਮੱਗਰ ਕਾ ਪਈਆ, ਉਹ ਵੇਖੋ ਸਾਈਕਲ ਤੇ ਆ ਰਿਹਾ, ਭਾਵੇਂ ਉਹਨੂੰ ਪੁੱਛ ਲੋ। ਕਿਹੜਾ? ਦੂਜਾ ਕੰਮ ਬੋਤਲਾਂ ਦੀ ਦਤ ਪਤਨੀ, ਮੁਜਰਮਾਂ ਦਾ ਇੱਕ ਹੋਰ ਸਾਥੀ। ਹੋ ਤੀਜਾ ਕੰਮ ਲੈਣੀਆਂ ਆਪਾਂ ਮੁੱਲ ਦਾ ਲੜਾਈ, ਕੋਈ ਆਣ ਕੇ ਮਾਈ। ਹਾਂ ਸਰ। ਜਨਾਬ, ਤੁਸੀਂ ਹੱਥ ਕਰੀ ਕਾਹਨੂੰ ਕਿਹਾ ਹੈਗਾ ਸੀ? ਮੈਂ ਕਦੀ ਹੱਥ ਸਾਜ ਕੇ ਸਾਈਕਲ ਨਹੀਂ ਚਲਾਈ ਹੈਗਾ। ਤੂੰ ਸਾਈਕਲ ਸਟੈਂਡ ਤੇ ਲਾ ਕੇ ਹੱਥ ਖੜੇ ਨਹੀਂ ਕਰ ਸਕਦਾ ਸੀ? ਓਏ ਹੌਲਦਾਰ ਖੜਕ ਸਿੰਘ ਜੀ, ਖੜਕਾ ਕੇ ਧਰਤੇ ਉਹ ਲੱਭੂ ਰਾਮਾ ਤਮੀਜ਼ ਨਾਲ। ਸੌਰੀ ਨਾ, ਉਹ ਤੂੰ ਮਗਰ ਕੇ ਕੰਮ ਕਰਦਾ ਓਏ? ਹਾਂਜੀ, ਮੈਂ ਮਗਰ ਸਿੰਘ ਦੇ ਕੰਮ ਕਰਦਾ ਹੈਗਾ ਜੀ ਖੇਤ 'ਚ। ਨਾਲੇ ਮੈਂ ਮਗਰ ਸਿੰਘ ਹੋਰਾਂ ਵਾਸਤੇ ਪਿੰਡ ਤੋਂ ਇੱਕ ਮੁਰਗਾ ਲੈ ਕੇ ਆਇਆ ਸੀਗਾ ਜੀ, ਉਹ ਖੇਤ ਵਿੱਚ ਦਾਰੂ ਕਰ ਰਹੇ ਨੇ ਜੀ। ਸੁਣ ਲਿਆ ਹੁਣ, ਇਸੇ ਕਰਕੇ ਲੋਕਾਂ ਦਾ ਥੋਤੋਂ ਯਕੀਨ ਉੱਠਦਾ ਜਾ ਰਿਹਾ, ਤੇ ਉਹਦੇ ਪੁੱਤੋ ਕਦੇ ਸਹੀ ਬੰਦਾ ਨਾ ਫੜਿਓ। ਓਏ ਤੂੰ ਕਿੱਧਰ ਮੂੰਹ ਚੁੱਕਿਆ ਓਏ? ਨਾ ਹੁਣ ਤੁਸੀਂ ਕੀ ਮੇਰੇ ਗੱਲ ਫੀ ਪਾਉਣੀ ਆ, ਜਦੋਂ ਬੰਦਾ ਤੁਹਾਡੇ ਮੂੰਹ ਤੇ ਕਹਿ ਰਿਹਾ ਕਿ ਸਰਦਾਰ ਹੋਣੀ ਦਾਰੂ ਕੱਢਦੇ ਸੀ। ਚੁੱਪ ਕਰਕੇ ਸ਼ਾਂਤੀ ਨਾਲ ਬਹਿ ਜਾ, ਸ਼ਾਂਤੀ ਤੇ ਘਰ ਹੈਗੀ। ਆ ਗਵਰਨਮੈਂਟ ਜੀ, ਲੈ ਕੇ ਤਾਂ ਚੱਲੇ ਹੋ, ਇੱਕ ਵਾਰੀ ਸੋਚ ਲਓ ਦੁਬਾਰਾ। ਕੀ ਸੋਚ ਲਈ ਓਏ? ਆਹੀ ਕਿ ਮੁਲਜ਼ਮ ਤਾਂ ਤੁਹਾਡੇ ਸਾਹਮਣੇ ਬੈਠਾ, ਇਹਦੇ ਚਾਰ ਪਟੇ ਪੈਣੇ ਨੇ, ਕੱਲੇ ਕੱਲੇ ਦਾ ਨਾਂ ਦੱਸ ਦੇਣਾ ਮੈਨੂੰ ਤੁਸੀਂ, ਤੀਏ ਤੁਹਾਨੂੰ ਨਾਲ ਐਵੇਂ ਖੜੀ ਸੀ ਜਾਂਦੇ ਹੋ? ਮੇਰੇ ਕਿਉਂ ਪਟੇ ਪੈਣੀ ਹੈਗੀ? ਪਟੇ ਪੈਣੀ ਹੈਗੀ ਤੇਰੇ, ਜਿਹਨੂੰ ਦਾਰੂ ਕਰਦੇ ਨੂੰ ਫੜਿਆ ਹੈਗੀ। ਓਏ ਤੂੰ ਬਹੁਤਾ ਚਬੜ ਚਬੜ ਨਾ ਕਰੋ, ਮੈਂ ਸਾਲੇ ਦੇ ਰੈਪਟਾਂ ਮਾਰੂ ਕੰਨ ਦੀ ਜੜ ਤੇ। ਮੈਂ ਕੀ ਰੈਪਟਾਂ ਮਾਰ ਨਹੀਂ ਸਕਦੀ, ਮੇਰੇ ਚੂੜੀਆਂ ਪਾਈਆ। ਖੜੋ, ਤੇਰੀ ਚੌਲ ਖਾਣੀ ਜਾਂਦੇ, ਤੇਰੇ ਤਾਂ ਸਾਲਿਆ ਮੈਂ ਪਹਿਲਾਂ ਚੂੜੀਆਂ ਚੜਾਵਾਂ, ਤੇਰੇ ਤਾਂ ਚੜਾਵਾਂ, ਤੇਰੇ ਤਾਂ ਚੜਾਵਾਂ, ਤੇਰੇ ਤਾਂ ਚੜਾਵਾਂ। ਕਿਸੇ ਦੀ ਬਾਤ ਨਹੀਂ ਕਰਨੀ। ਕਿਹੜੀ ਕੈਸਟ ਹੋ? ਜਾਤੀ ਕੀ ਬੜਾ ਮੁੱਤ ਤੇਰੇ। ਚੁੱਪ ਓਏ ਜਨਾਬ, ਆ ਦੋ ਬੰਦੇ ਆਏ ਜੀ ਢਕੇ। ਕੀ ਨਾਂ ਤੇਰਾ? ਆ ਮੋਤੀਆਂ ਵਾਲੇ ਪਿੰਡ 'ਚ ਦੋਏ ਤਾਂ ਬੰਦੇ ਮਸ਼ਹੂਰ ਨੇ, ਆ ਸਰਪੰਚ ਵਿਕਰ ਸਿੰਘ ਤੇ ਅਮਲੀ ਕਿੱਕਰ ਸਿੰਘ। ਮੇਰਾ ਨਾਂ ਹੈਗੀ ਰਾਮ ਸਿੰਘ ਗਿੱਲੀ। ਗਿੱਲ ਹੁੰਦਾ ਓਏ? ਉਹ ਅੱਜ ਕੱਲ੍ਹ ਚੋਨਾ ਲਗਾਉਂਦੀ ਹੈਗੀ, ਬੈਠ ਕੇ ਉਹ ਕਬਰਾ ਗਿੱਲਾ ਹੋ ਜਾਂਦੀ ਹੈਗੀ ਪਿੱਛੋਂ। ਪਾਓ ਇਹਨਾਂ ਨੂੰ ਹੋਲ ਅੱਜ ਸੁੱਕਣੇ। ਜੀ ਜਨਾਬ। ਮੈਂ ਚੱਲਿਆ ਮਨਿਸਟਰ ਸਾਹਿਬ ਦੀ ਕਾਰ ਤੇ। ਜੀ ਜਨਾਬ। ਪਿੱਛੋਂ ਖਿਆਲ ਰੱਖਿਓ ਥਾਣੇ ਦਾ। ਜੀ ਜਨਾਬ।
ਚਲੋ ਲਵਾਤੀਆਂ ਗੋਦਣੀਆਂ ਤੁਸਾਂ ਦੀਆਂ ਤੇ ਹੁਣ ਗੋਡਣੀਆਂ ਲਵਾਈਆਂ ਨੇ ਸਾਨੂੰ ਤੇ ਸੁਬਾ ਦਾ ਗੋਡਿਆਂ ਪਾਰ ਕਰ ਛੱਡਿਆ ਹੈ ਨਾ ਆ ਗੋਡਿਆਂ ਪਾਰ ਤਾਂ ਜਮ ਜਮ ਬੈਠ ਪਰ ਬੈਠਣ ਲੱਗੇ ਨੇ ਥਾਂ ਥਾਂ ਤਾਂ ਦੇਖ ਲੈਣੀ ਸੀ ਆ ਥੱਲੇ ਪਾਣੀ ਤੇ ਚੜਾ ਲਈ ਬੈਠਾ ਪਾਣੀ ਨੂੰ ਹੱਥ ਤੇ ਲਗਾ ਲਿਆ ਠੀਕ ਹੈ ਚੱਖ ਮਤ ਲੈਣਾ ਕਿਉਂ ਪਾਣੀ ਨੂੰ ਕਿਉਂ ਨੀ ਚੱਖਣੀ ਹੈਗੀ ਇਹ ਲੂਣ ਵਾਲਾ ਪਾਣੀ ਹੈ ਨਾ ਲੂਣ ਵਾਲਾ ਪਾਣੀ ਕੀ ਗੱਲ ਥੱਲੇ ਸ਼ਿਕੰਜਵੀ ਡੋਲੀ ਬੈਠਾ ਸ਼ਿਕੰਜਵੀ ਨਹੀਂ ਕਈ ਸਮਝਾਵਾਂ ਬਰਾਵੋ ਇਹ ਲੂਣ ਵਾਲਾ ਪਾਣੀ ਮਹਾਰਾਜ ਸਾਲੇ ਬਾਂਦਰ ਜੇ ਦੇ ਰੱਖ ਕੇ ਮੂੰਹ ਤੇ ਚਪੇੜ ਪਹਿਲਾਂ ਦੀ ਬਕਵਾਸ ਕਰ ਸਕਦਾ ਸੀ ਆ ਗੰਦ ਚ ਹੱਥ ਪਵਾ ਕੇ ਧਰਤਾ ਹਾਲੇ ਤੇ ਹੋਰ ਗੰਦ ਪੈਣਾ ਹੈ ਕਿਉਂ ਹਾਲੇ ਹੋਰ ਕਿਉਂ ਗੰਦ ਪੈਣੀ ਹੈਗੀ ਤੁਸਾਂ ਦਾ ਯੋਗਦਾਨ ਨਹੀਂ ਪਾਏਗਾ ਉਸ ਵਿੱਚ ਨਾ ਤੂੰ ਚੀਜ਼ ਕੀ ਆ ਓਏ ਆਸਾਂ ਦਾ ਨਾਂ ਸ਼ਰਨਜੀਤ ਸਿੰਘ ਸ਼ੈੜੀ ਅੱਛਾ ਸ਼ੰਟੂ ਨਾ ਤੈਨੂੰ ਹੋਰ ਕੋਈ ਨਾਂ ਹੀ ਨਹੀਂ ਲੱਭਿਆ ਰੱਖਣ ਨੂੰ ਚੱਲ ਇਹ ਤਾਂ ਪਤਾ ਲੱਗ ਗਿਆ ਤੂੰ ਸ਼ੰਟੂ ਆ ਪਰ ਉਹ ਕੀ ਸ਼ਹਿ ਆ ਸਾਲਾ ਕੁੱਕੜ ਖੰਭ ਜਿਹਾ ਧੀਰੇ ਬੋਲ ਧੀਰੇ ਬੋਲ ਇਹੀ ਏ ਜਿਹਨੇ ਸ਼ਿਕੰਜਵੀ ਬਣਾਈ ਏ ਬਹੁਤ ਬਦਮਾਸ਼ ਬੰਦਾ ਏ ਜਦੋਂ ਗੋਰੀ ਵੱਟ ਕੇ ਤੱਕਦਾ ਏ ਨਾ ਅਸਾਂ ਦਾ ਤਰਾ ਨਿਕਲ ਜਾਂਦਾ ਏ ਤੂੰ ਕਿਉਂ ਨੀ ਵੱਟਦਾ ਗੁਰੀ ਦੇ ਵੱਲ ਅਸਾਂ ਨੇ ਵੱਟੀ ਸੀ ਗੁਰੀ ਤੁਸਾਂ ਦੇ ਆਉਣ ਤੋਂ ਪਹਿਲਾਂ ਤੇ ਫੇਰ ਉਸਨੇ ਮੇਰੇ ਵੱਲ ਗੁਰੀ ਵੱਟੀ ਮੈਂ ਉਸ ਵੱਲ ਗੁਰੀ ਵੱਟੀ ਫੇਰ ਕੀ ਹੋਇਆ ਤੇ ਅਸਾਂ ਦਾ ਤਰਾ ਨਿਕਲ ਗਿਆ ਏ ਇਹ ਤਾਜ਼ਾ ਤਾਜ਼ਾ ਤਰਾ ਹੈ ਜਿਸ ਨੂੰ ਤੁਸਾਂ ਦਾ ਹੱਥ ਲੈ ਗਿਆ ਹੈ ਸਾਲਾ ਫਿਰ ਚੇਤੇ ਕਰਾਈ ਜਾਂਦਾ ਮਸਾ ਭੁੱਲਿਆ ਸੀ ਮੈਂ ਕਾ ਤੋਂ ਕੁੜਦੀ ਹੈਗੀ ਵਿਚਾਰੇ ਨੂੰ ਯਾਰ ਟਾਲੀ ਸਿੰਘ ਓਏ ਟਾਲੀ ਸਿੰਘ ਨਹੀਂ ਮੈਂ ਕਿੱਕਰ ਸਿੰਘ ਆ ਚਲੋ ਹੈ ਤੇ ਦਰਖਤੀ ਨਾ ਚਲੋ ਜਰੇ ਤਾਂ ਛੱਡ ਤੂੰ ਦੱਸ ਇੱਥੇ ਕਿੱਦਾਂ ਆਈ ਭਰਾਵਾ ਅਸਾਂ ਦੀ ਬਹੁਤ ਲੰਬੀ ਕਹਾਣੀ ਹੈ ਅਸਾਂ ਨੂੰ ਅਸਾਂ ਦੀ ਜਾਈ ਨੇ ਭੇਜਿਆ ਕਿ ਸ਼ੈਂਡੀ ਪੁੱਤਰ ਜਾ ਕੇ ਮਾਰਕੀਟ ਦੇ ਵਿੱਚੋਂ ਤੂੰ ਦਹੀਂ ਲੈ ਕੇ ਆ ਆਪਣੇ ਦਾਰਜੀ ਦੇ ਲਈ ਪੂਰੇ ਚਾਰ ਆਨੇ ਦਾ ਮੈਂ ਦਹੀਂ ਲੈਣ ਚਲਿਆ ਗਿਆ ਰਸਤੇ ਦੇ ਵਿੱਚ ਜਾਂਦਾ ਪਿਆ ਸਾਂ ਅਸਾਂ ਨੂੰ ਉਸ ਦਾ ਫਰੈਂਡ ਮਿਲ ਗਿਆ ਦੋਸਤ ਪੱਕਾ ਦੋਸਤ ਗੋਲੂ ਗੋਲੂ ਮੈਨੂੰ ਕਹਿੰਦਾ ਸ਼ੈਂਟੀ ਭਰਾ ਮੈਂ ਬੜੀ ਮੁਸੀਬਤ ਵਿੱਚ ਹੈਗਾ ਮੇਰੇ ਦਾਰ ਜੀ ਮੈਨੂੰ ਖਰਚਾ ਨਹੀਂ ਦਿੰਦੇ ਪਏ ਹੇ ਕਾਨਾ ਵੀ ਨਹੀਂ ਇੱਕ ਪੈਸਾ ਵੀ ਨਹੀਂ ਦਿੰਦੇ ਮੈਂ ਕਿਹਾ ਫਿਰ ਕੀ ਕਰੀਏ ਕਹਿੰਦਾ ਚੱਲ ਮੇਰੇ ਕੋਲ ਡਾਕਾ ਮਾਰਾਂਗੇ ਪਾਲਿਆ ਡਾਕਾ ਬਾਹਰ ਮਾਰੀਦਾ ਘਰੇ ਚੋਰੀ ਕਰੀਦੀ ਆ ਯਾਰ ਕੀ ਕਰਦੇ ਪਏ ਹੋ ਘਰੇ ਦਾਰ ਜੀ ਮਾਰਦੇ ਤੇ ਤੁਸੀਂ ਮਾਰਦੇ ਪਏ ਹੋ ਸਟੋਰੀ ਤੇ ਸੁਣ ਲਓ ਨਾ ਚੱਲ ਸੁਣਾ ਫਿਰ ਕੀ ਹੋਇਆ ਮੈਂ ਕਿਹਾ ਚੱਲ ਦੋਸਤ ਕਦ ਕੰਮ ਆਉਣ ਗਈ ਜਰਾਨਾ ਨਿਭਾਉਣ ਦਾ ਦਿਨ ਤੇ ਆ ਜਾਈਏ ਨਾ ਆਸਾਂ ਨੇ ਗੋਲੂ ਦੇ ਘਰ ਵੱਲ ਆਪਣੀਆਂ ਬਹੀਰਾਂ ਗਾ ਦਿੱਤੀਆਂ ਅੰਦਰ ਗਏ ਤਾਲੇ ਨੂੰ ਹਾਲੇ ਹੱਥ ਲਗਾਇਆ ਸੀ ਕਿ ਉਸ ਦੇ ਦਾਰ ਜੀ ਉੱਠ ਖੜੇ ਉੱਠ ਖਲੋਤੇ ਤੇ ਰੌਲਾ ਪਾ ਛੱਡਿਆ ਚੋਰ 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 ਤੇ ਉਹਨਾਂ ਨੇ ਸੰਗੀ ਗੋਲੂ ਰਲ ਗਿਆ ਤੇ ਕਹਿਣ ਲੱਗਿਆ ਚੋਰ 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 ਤੇ ਸ਼ੈਡੀ ਨੇ ਚੋਰ ਬਣਾ ਛੱਡਿਆ ਤੇ ਇੱਥੇ ਡੱਕ ਛੱਡਿਆ ਯਾਰ ਸ਼ੰਟੂ ਤੇਰੇ ਨਾਲ ਤਾਂ ਬਹੁਤ ਮਾੜੀ ਹੋਈ ਆ ਯਾਰ ਤੇਰੇ ਨਾਲ ਤਾਂ ਤੇਰਾ ਯਾਰ ਹੀ ਦਗਾ ਕਰ ਗਿਆ ਬਿਲਕੁਲ ਤੂੰ ਸਦਾ ਕੋਈ ਗੋਲੂ ਵਰਗਾ ਯਾਰ ਯਾਰ ਪੁੱਛਦਾ ਆ ਸਾਲਾ ਠੋਲੂ ਜਿਹਾ ਕਿਸੇ ਗੋਲੂ ਤੋਂ ਘੱਟ ਆ ਕਿਉਂ ਮੈਂ ਕੀ ਕੀਤੀ ਹੈਗੀ ਹੋਰ ਮੈਂ ਕੀਤੀ ਆ ਸਾਲਿਆ ਮੁਰਗਾ ਤੂੰ ਲੈ ਕੇ ਆਇਆ ਦਾਰੂ ਤੇਰੇ ਸਰਦਾਰ ਕੱਢਦੇ ਸੀ ਤੇ ਤੀਏ ਥੋਂ ਰਗੜਿਆ ਮੈਂ ਗਿਆ ਸਾਲੀ ਚੌਲ ਖਾਣੀ ਜਾਤ ਮੈਂ ਪਹਿਲਾਂ ਵੀ ਕਿਹਾ ਸੀ ਕਾਸੜ ਕੀ ਬਾਤ ਨਹੀਂ ਕਰਨੀ ਸਾਲਿਆ ਤੇਰੀ ਤਾਂ ਅੱਜ ਮੈਂ ਪਹਿਲਾਂ ਕੈਸਟ ਹੀ ਚਲਾਵਾਂ ਸਮਝਿਆ ਕੀ ਆ ਤੂੰ ਸਮਝਿਆ ਕੀ ਆ ਬੇਬੇ ਨੂੰ ਕਿਤੇ ਮਿਰਗੀ ਤੇ ਨੀ ਆ ਗਈ ਮੈਂ ਤਾਂ ਜੁੱਤੀ ਵੀ ਨੀ ਪਾਈ ਮਿਰਚਾਂ ਲਿਆਉਣਾ ਮਿਰਚਾਂ
ਅੱਜ ਤਾਂ ਲਵਾਤੀਆਂ ਲੋਟਣੀਆਂ ਹੁਣ ਕਾਇਮ ਆ ਮੈਂ ਤਾਂ ਸੂਤਾ ਹੁਣ ਨਾ ਦਾਬੇ ਮੰਗਾਉਣੇ ਤੈ ਮੈਨੂੰ ਕੀ ਕਰਤਾ ਤੀ ਤੇ ਹੁਣ ਬੇਬੇ ਮੈਂ ਤਾਂ ਕਿਹਾ ਕਿਤੇ ਮਿਰਕੀ ਆ ਗਈ ਮੈਂ ਤਾਂ ਮਿਰਚਾਂ ਸੰਘਾਈਆਂ ਸੀ ਮਿਰਚਾਂ ਨਾ ਨਾ ਬਵਲਿਆ ਮੈਂ ਤਾਂ ਜੋਗਾ ਕਰ ਦਿੱਤੀ ਲੈ ਬੇਬੇ ਜੇ ਤੂੰ ਜੋਗਾ ਕਰ ਲੈ ਤੇ ਬਾਪੂ ਵਿਚਾਰਾ ਕਿੱਥੇ ਜਾਊਗਾ ਕਿਤੇ ਤੇਰਾ ਦੇ ਬਾਪ ਦੇ ਦਿਮਾਗ ਨਾਲ ਦਿਆ ਬੇ ਬਵਲਿਆ ਬਾਜਾ ਉਹ ਜੋਗਾ ਨੀ ਕਹਿੰਦੀ ਮੈਂ ਜਿਹੜੀ ਕਸਰ ਕਰਦੇ ਹੁੰਦੇ ਨੇ ਭਲਵਾਨ ਹਾਂ 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 ਨਾ ਮੈਨੂੰ ਐਂ ਦੱਸ ਤੂੰ ਦਾਦੇ ਮੰਗਾਉਣੇ ਆ ਤੂੰ ਸਵੇਰ ਦਾ ਕਿੱਥੇ ਉੱਜਿਆ ਸੀ ਤੂੰ ਲੈ ਤੈਨੂੰ ਬਾਪੂ ਨੀ ਦੱਸਿਆ ਕਿ ਮੈਂ ਕਲਾਕਾਰ ਬਣ ਗਿਆ ਸੀ ਕਲਾਕਾਰ ਤੂੰ ਕਲਾ ਨੂੰ ਰਹਿਣ ਦੇ ਕੱਲੀ ਕਾਰ ਬਣ ਜਾ ਸਾਰਾ ਟੱਬਰ ਝੂਟੇ ਲਿਆ ਕਰੂ ਐਂ ਬੇਬੇ ਬ੍ਰੇਕਾਂ ਬ੍ਰੇਕਾਂ ਕਾਰ ਨੀ ਕਲਾਕਾਰ ਜਾਣੇ ਗਾਇਕ ਗਾਇਕ ਬੇ ਤੈਨੂੰ ਰੱਬ ਨੇ ਚੰਗਾ ਭਲਾ ਬੰਦਾ ਬਣਾਇਆ ਤੂੰ ਬੰਦਾ ਬਣ ਕੇ ਰਹਿ ਤੈਂ ਕੀ ਲੈਣਾ ਗਾਇਕ ਬਣ ਕੇ ਓਹੋ ਬੇਬੇ ਗਾਇਕ ਵੀ ਤਾਂ ਬੰਦੇ ਹੀ ਹੁੰਦੇ ਆ ਜਿਹੜੇ ਉਹ ਗਾਉਂਦੇ ਹੁੰਦੇ ਅੱਛਾ ਸਮਝ ਗਈ ਮੈਂ ਗਾਉਣ ਵਾਲਾ ਬਣਨਾ ਤਾਂ ਮੈਂ ਨਾ ਉਸਤਾਦ ਤੋਂ ਅੱਜ ਬੇਬੇ ਸਿੱਖ ਕੇ ਆਇਆ ਉਸਤਾਦ ਤੋਂ ਸੁਣਾਵਾ ਹੱਸਣਾ ਪੁੱਤ ਹਾਂ ਕਿਵੇਂ ਵਿਹਲੀ ਸਰਕਾਰ ਨੂੰ ਕੋਈ ਸੁੱਤੇ ਪਏ ਹੈਗੇ ਵਿਹਲੇ ਨਿਕੰਮੇ ਬਿਨਾਂ ਗੱਲ ਤੋਂ ਬਿਜੀ ਕਿਸੇ ਥੋਂ ਦੇ ਚਲੋ ਚੱਲ ਉਹ ਬਾਪੂ ਆ ਤੇਰੀਆਂ ਝੂਠੀਆਂ ਸਰਜੀਕਲ ਸਟ੍ਰੈਕਾਂ ਤੋਂ ਮੁਲਕ ਵਾਂਗੂ ਅਸੀਂ ਅੱਖੇ ਪੈਂਗੇ ਨਾਲੇ ਪਿਓਲੀ ਔਕਾਤ 'ਚ ਰਹਿ ਕਰ ਪਿਓਲੀ 'ਚ ਹੈ ਫੈਮਿਲੀ 432 ਆ ਗਈ ਪਰ ਤੂੰ ਫੈਮਿਲੀ 420 ਵਾਂਗੂ ਇਹ ਭੌਂਕਦਾ ਕਲੇਸੀ ਬੁੜਾ ਉੱਤੇ ਇਸੇ ਭਾਂਬੜ ਨਾਲ ਫੁੱਕੂ ਤੁਹਾਨੂੰ ਚੱਲ ਉੱਠੇ ਬਿਸਕੁਟ ਚਾਹ ਰੱਖ ਕੇ ਲੈ ਕੇ ਆਇਆ ਕਰੂਗੀ ਤੇ ਮੈਨੂੰ ਕਿਹਾ ਕਰੂਗੀ ਉੱਠੋ ਜੀ ਥੋੜੀ ਜਾਨ ਗੁੱਡ ਮਾਰਨਿੰਗ ਕਹਿੰਦੀ ਹੈ ਉੱਠ ਵੀ ਜਾਓ ਖੰਡ ਦਾ ਫੱਕਾ ਲਾਇਆ ਕਰ ਸੌਣ ਵੀ ਨੀ ਦਿੰਦਾ ਉਹ ਵਿਆਹ ਇਹ ਨੀ ਹੋਣ ਦਿੰਦਾ ਯਾਰ ਇਹ ਨੀ ਲੈਣ ਦਿੰਦਾ ਤੂੰ ਕਿਉਂ ਹੈ ਕਿ ਚੌਕੀਦਾਰ ਇੱਕ ਉਹ ਚੌਕੀਦਾਰ ਹੈ ਜਿਹਨੇ ਪੂਰਾ ਦੇਸ਼ ਲੁੱਟ ਕੇ ਖਾ ਲਿਆ ਮਜਾਲ ਹੈ ਕੋਈ ਕੁੱਤਾ ਭੌਂਕਦਾ ਹੋਵੇ ਉਹ ਇੱਕ ਆਹ ਚੌਕੀਦਾਰ ਹੈ ਜਿਹੜਾ ਆਪ ਵੀ ਕੁੱਤੇ ਵਾਂਗੂ ਭੌਂਕਦਾ ਰਹਿੰਦਾ ਦੇਖ ਕੰਜਰ ਦੇ ਕਿਵੇਂ ਬੋਲਦੇ ਆ ਸਾਰੀ ਰਾਤ ਸੌਂਦੇ ਨਹੀਂ ਹੈਗੇ ਸਾਰਾ ਦਿਨ ਕੁੱਤੇ ਵਾਂਗੂ ਮੂੰਹ ਚੱਕ ਕੇ ਸੁੱਤੇ ਰਹਿੰਦੇ ਨੇ ਉਹ ਬਾਪੂ ਅਸੀਂ ਹੈਗੇ ਆ ਸਿੰਗਲ ਲੋਕ ਸਾਡਾ ਦੇਰ ਰਾਤ ਜਾਗਣ ਦਾ ਮਤਲਬ ਸਿਰਫ ਨੈਟ ਪੈਕ ਖਤਮ ਕਰਨਾ ਹੁੰਦਾ ਹਾਂ ਬਾਪੂ ਜੀ ਜਦੋਂ ਮੋਬਾਈਲ ਦੀ ਬੈਟਰੀ ਸਿਰਫ 5% ਰਹਿ ਜੇ ਨਾ ਫਿਰ ਤਾਂ ਕੋਈ ਟੈਨਸ਼ਨ ਹੀ ਨਹੀਂ ਹੁੰਦੀ ਬਸ ਬੇਫਿਕਰੇ ਹੋ ਕੇ ਸੌਂ ਜਾਓ ਓਏ ਮੈਂ ਤਾਂ ਇਹ ਕਹਿਣਾ ਬਈ ਸੰਦੇਹਾ ਉੱਠਣਾ ਚਾਹੀਦਾ ਹੈ ਸੰਦੇਹਾ ਉੱਠ ਕੇ ਕੀ ਗੋਡੀ ਕਰਨੀ ਹੈ ਸਾਰੀ ਜਿਵੇਂ ਤਾਂ ਠਿੱਕ ਤੇ ਦੇ ਰੱਖੀ ਹੈ ਮਾਰੀ ਜਾਂਦਾ ਗੱਲਾਂ ਨਾਲੇ ਹੋਰ ਚਲੋ ਯਾਰ ਚਲੋ ਸੌਈਏ ਹੋਰ ਚਲੋ ਮੈਂ ਤਾਂ ਮੋਬਾਈਲ ਦਾ ਨੈਟ ਪੈਕ ਪਵਾਇਆ ਹੋਇਆ ਉਹਨੂੰ ਵੀ ਖਤਮ ਕਰਨਾ ਹੈ ਖੜ ਜਾਓ ਮੇਰੇ ਸਾਲੇ ਤੇ ਉਹ ਤੁਹਾਨੂੰ ਮੈਂ ਪਾਉਣਾ ਆਈ ਆਈ ਬਾਪੂ ਇਹ ਫੇਰ ਕਰ ਸੁਣਿਆ ਮੇਰੇ ਭਰਾ ਦੇ ਜੁੱਤੀ ਮਾਰੀ ਤਾਂ ਮੇਰੇ ਭਰਾ ਦੇ ਜੁੱਤੀ ਮਾਰੀ ਤਾਂ ਜੇ ਪਿਓ ਦਾ ਪੁੱਤ ਹੈ ਨਾ ਹੁਣ ਮਾਰ ਕੇ ਦਿਖਾ ਇਹ ਕਿਹੜੀ ਗੱਲ ਬਾਪੂ ਮੇਰੇ ਤਾਂ ਮਾਰ ਦੇਗਾ ਜੇ ਤੇਰੇ ਚ ਹਿੰਮਤ ਹੈ ਤਾਂ ਮੇਰੇ ਵੱਡੇ ਭਾਈ ਦੇ ਮਾਰ ਕੇ ਦਿਖਾ ਬਾਪੂ ਤੈਨੂੰ ਮੇਰੇ ਜੁੱਤੀ ਮਾਰ ਤੋਂ ਪਹਿਲਾਂ ਮੇਰੇ ਭਰਾ ਦੀ ਲਾਸ਼ ਤੋਂ ਗੁਜ਼ਰਨਾ ਪਊਗਾ ਲੈ ਪੁੱਤ ਹੁਣ ਤੇਰੇ ਭਰਾ ਦੀ ਲਾਸ਼ ਤੋਂ ਨਹੀਂ ਨਿਕਲੂਗਾ ਬਾਪੂ ਲੜਾਈ ਹੋ ਜਾਊਗੀ ਹੁਣ ਜਾਂਦਾ ਲੜਾਈ ਹੋ ਜਾਊਗੀ ਹੁਣ ਜਾਂਦਾ ਮਾਰੀ ਹੁਣ ਚੱਲ ਚੱਲ ਨਿਕਲੋ ਚਲੋ ਨਿਕਲੋ ਤੋ ਬਾਪੂ 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 ਓਏ ਆ ਮੋਬਾਈਲ ਰਹਿ ਗਿਆ ਹਾਂ ਭੱਜਾ ਥਾਲਾ ਲੱਗਦਾ ਮੋਬਾਈਲ ਦਾ ਉਹ ਬੋਲਿਆ ਆ ਕੀ ਕਰ ਰਿਹਾ ਓਏ ਉਹ ਦੀਦਾ ਨਹੀਂ ਮਰ ਰਿਹਾ ਅੱਖਾਂ ਨੇ ਕਿ ਟਿੱਚ ਬਟਨ ਉਹ ਤੇਰਾ ਵੀ ਕਿਹੜਾ ਕੁਝ ਯਕੀਨ ਆਉਂਦਾਗਾ ਤੀਜੇ ਦਿਨ ਤਾਂ ਖੁਸ਼ ਕਰ ਦੇਣਾਗਾ ਕਹਿ ਕੇ ਮੈਂ ਮਰਦਾ ਮਰਦਾ ਹੈ ਨੀਗਾ ਉਹ ਬੋਲੇ ਜਿਵੇਂ ਚੈਨਲਾਂ ਦਾ ਕੋਈ ਭਰੋਸਾ ਨਹੀਂ ਨਾ ਇਸੇ ਤਰ੍ਹਾਂ ਤੇਰਾ ਵੀ ਕੋਈ ਭਰੋਸਾ ਨਹੀਂ ਜਿਵੇਂ ਲੋਕਾਂ ਦਾ ਮੀਡੀਆ ਤੋਂ ਯਕੀਨ ਉੱਠ ਗਿਆ ਇਵੇਂ ਚੁੱਕੀ ਸਾਡਾ ਤੇਰੇ ਤੋਂ ਉੱਠ ਗਿਆ ਸਭ ਨੂੰ ਪਤਾ ਤੂੰ ਸਿਰਫ ਭੌਂਕ ਸਕਦਾ ਹੈ ਕਰਦਾ ਕੁਛ ਹੈ ਨਹੀਂ ਉਹ ਤੂੰ ਕੋਈ ਦਰਖਤ ਤਾਂ ਵਧੀਆ ਚੁਣ ਲੈਂਦਾ ਉਹ ਮੈਂ ਤਾਂ ਇਹਦੇ ਨਾਲ ਫਾਹ ਹੀ ਲੈਣਾ ਮੈਂ ਕਿਹੜਾ ਇਹਦੇ ਨਾਲ ਸੈਲਫੀ ਲੈਣੀ ਹੈ ਨਾਲੇ ਮੇਰੀ ਗੱਲ ਸੁਣ ਲਓ ਮੇਰੀ ਮੌਤ ਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਤੁਸੀਂ ਉਹ ਮੈਂ ਤਾਂ ਕਹਿੰਦਾ ਤੇਰੀ ਵੀ ਮੌਤ ਆ ਜੇ ਐਂ ਕਿਵੇਂ ਆਜੂ
ਮੈਨੂੰ ਨਹੀਂ ਹੈ ਉਹ ਆ ਗਈ ਹੈ ਮੈਲੋ ਦਾ ਪੁੱਤ ਬਾਜੀ ਬਾ ਯੋ ਤਾਂ ਨਕਸ਼ਾ ਹੀ ਬਦਲ ਗਿਆ ਮੇਰੇ ਘਰ ਦਾ ਮੈਲੋ ਭਾਬੀ ਪੈਰੀ ਪਵਾ ਬਾਪੂ ਜੀ ਉਹ ਭਾਬੀ ਭਾਬੀ ਤੂੰ ਜਿਉਣੀ ਹੈ ਉਹ ਜਿਉਣੀ ਹੈ ਕਿ ਤੇਰੀ ਆਤਮਾ ਹੈ ਉਹ ਡਰ ਨਾ ਜਿਉਂਦੀ ਹੋ ਮੈਂ ਤੂੰ ਤਾਂ ਮਰ ਗਈ ਤੈਨੂੰ ਕਿਹਾ ਤਾ ਨਾ ਕੱਲੀ ਨੀ ਮਰਨੇ ਕੀ ਮੈਂ ਜਦ ਮਰੂੰਗੀ ਨਾ ਤੈਨੂੰ ਗੈਲ ਲੈ ਕੇ ਮਰੂੰ ਓ ਵੈਰੀ ਗੁੱਡ ਹੁਣ ਆਉ ਨਜ਼ਾਰਾ ਪਾਪੀ ਥੈਂਕ ਯੂ ਸੈਲਗਮ ਹੈ ਸੈਲਗਮ ਓ ਵੈਲਕਮ ਕਹਿੰਦੀ ਹੈ ਹਾਂ ਹਾਂ ਇਹੀ ਕਹਿਣ ਲੱਗੀ ਸੀ ਮੈਂ ਪਰ ਭਾਈ ਤੇਰਾ ਤਾਂ ਐਕਸੀਡੈਂਟ ਹੋ ਗਿਆ ਸੀ ਹਾਂ ਬਾਪੂ ਜੀ ਮੇਰੇ ਸਿਰ ਮਾ ਸੱਟ ਲੱਗੀ ਸੀ ਬਿਚਾਰੇ ਜਿਉਂਦੇ ਰਹੇ ਬਿਰਧ ਆਸਰਮ ਵਾਲੇ ਉਹਨਾਂ ਨੇ ਬਹੁਤ ਸਾਲ ਮੈਨੂੰ ਆਪਣੇ ਕੋਲ ਰੱਖਿਆ ਸੇਵਾ ਕਰੀ ਮੇਰੀ ਬਹੁਤ ਹੁਣ ਮੇਰੀ ਯਾਦਾਸ਼ਤ ਵਾਪਸ ਆ ਗਈ ਇਹ ਕਾਹਨੂੰ ਆਉਣੀ ਸੀ ਕਿਆ ਭੌਂਕ ਰਿਹਾ ਕੁਛ ਨੀ ਨਿਆਣੇ ਕਿੱਥੇ ਮੇਰੇ ਰੋਡੂ ਮੇਰਾ ਮੇਰਾ ਲਾਡੀ ਹਾਂ ਖੜਾ ਤੇਰਾ ਰੋਡੂ ਹਾਂ ਮੇਰਾ ਪੁੱਤ ਰੋਡੂ ਐਡਾ ਬੜਾ ਹੋ ਗਿਆ ਸਦਕੇ ਜਾਵਾਂ ਪੁੱਤ ਲਾਡੀ ਕਿੱਥੇ ਹੈ ਮੰਮੀ ਉਹ ਤਾਂ ਕੈਨੇਡਾ ਚਲਾ ਗਿਆ ਤੇ ਤੂੰ ਮੰਗਰੋ ਭਾਈ ਇਹਨੇ ਸਿੰਦਰ ਤੇ ਚਾਦਰ ਪਾ ਲਈ ਸੀ ਪਰ ਸਿੰਦਰ ਦਿਖ ਨਹੀਂ ਰਹੀ ਕਿੱਥੇ ਹੈ ਰੁਸ ਕੇ ਪੇਕਿਆਂ ਨੂੰ ਗਈ ਹੋਈ ਹੈ ਇਹ ਕੰਜਰ ਦਾ ਸਤਾਉਂਦੇ ਹੀ ਬਹੁਤ ਉਹਨੂੰ ਇਸਕੇ ਹਲੀ ਵੀ ਉਹੀ ਲੱਛਣ ਹੈ ਕੁੱਤੇ ਦੀ ਪੂਛ ਵੀ ਕਦੇ ਸਿੱਧੀ ਹੋਈ ਹੈ ਉਹ ਬਾਪੂ ਪਿਓ ਬਣ ਕੇ ਰਿਹਾ ਕਰ ਇੱਜ਼ਤ ਕਰਿਆ ਕਰ ਇੱਜ਼ਤ ਕਰਾਇਆ ਕਰ ਫਿਰ ਵੀ ਜੰਮੇ ਅਸੀਂ ਆਰਡਰ ਤੇ ਨਹੀਂ ਬਣਾਏ ਬਾਤ ਸੁਣ ਲੈ ਮੇਰੀ ਬੰਦਾ ਬਣ ਜਾ ਤੂੰ ਬੰਦਾ ਹਾਂ ਸ਼ੁਕਰ ਕਰ ਦੀ ਮੇਰਾ ਸੁਭਾਅ ਸੰਤਣੀ ਵਾਲਾ ਹੋ ਗਿਆ ਨਹੀਂ ਤਾਂ ਮੈਂ ਤੈਨੂੰ ਐਟੋ ਟੈਟੋ ਬੰਦਾ ਬਣਾ ਦਿੰਦੀ ਐਟੋ ਟੈਟੋ ਆਟੋਮੈਟਿਕ ਕਹਿੰਦੀ ਏ ਹਾਂ ਯਹੀ ਕਹਿਣ ਲੱਗੀ ਸੀ ਮੈਂ ਉਹ ਕੋਈ ਕਿਸੇ ਨੂੰ ਤਰਸਦਾ ਤੇ ਕੋਈ ਕਾਸੇ ਨੂੰ ਤਰਸਦਾ ਤੇ ਅਮਲੀ ਸਾਰੀ ਉਮਰ ਮਰੋੜਿਆਂ ਨੂੰ ਤਰਸਦਾ ਮਰ ਜਾਂਦਾ ਗੋਲੀ ਪਤੰਦਰ ਚਲੋ ਥਣੇ ਸ਼ੀਸ਼ਾ ਤੜਕਿਆ ਤੇ ਗਿਆ ਅਮਲੀ ਝੜਕਿਆ ਤੇ ਗਿਆ ਓਏ ਕਿਹਨੂੰ ਫੜ ਲਿਆ ਪਤੰਦਰੋ ਉਹ ਤੈਨੂੰ ਦਾਰੂ ਕੱਢਦੇ ਨੂੰ ਰੰਗੇ ਹੱਥੀ ਹੈ ਅੱਛਾ ਇਹਨੂੰ ਦਾਰੂ ਕੱਢਣਾ ਕਹਿੰਦੇ ਆ ਮੈਂ ਤਾਂ ਘੰਟੇ ਦਾ ਕੁਝ ਹੋਰ ਏ ਕੱਢਣ ਨੂੰ ਮਿਲ ਹੀ ਜਾਂਦਾ ਸੀ ਤੂੰ ਥਾਣੇ ਤਾਂ ਚੱਲ ਵੇਖ ਅਸੀਂ ਤੇਰਾ ਕੀ ਕੀ ਕੱਢਦੇ ਆ ਪਹਿਲਾਂ ਮੋਟਰ ਤੇ ਬਹਿ ਕੇ ਦਾਰੂ ਕੱਢਦੇ ਹੋ ਤੇ ਜਦੋਂ ਫੜ ਲਈਏ ਫਿਰ ਝੂਠੀ ਮੂਠੀ ਦੇ ਬਹਾਨੇ ਕੱਢਦੇ ਹੋ ਬਹਾਨੇ ਓਏ ਮੋਤੀਆਂ ਵਾਲਿਓ ਅਸੀਂ ਤਾਂ ਢੋਲੇ ਦੀਆਂ ਲਾਉਨੇ ਆ ਮਹੀਨੇ ਮੱਸਿਆ ਨਹਾਉਨੇ ਆ ਨਾਲੇ ਉਹ ਤਾਂ ਮੱਗਰ ਸਿਉਂ ਕੀ ਮੋਟਰ ਆ ਮੈਂ ਉੱਥੇ ਬਣੇਵੇਂ ਲੈਣ ਜਾਣਾ ਸੀ ਤੂੰ ਥਾਣੇ ਦਾ ਚੱਲ ਬਣੇਵੇਂ ਤਾਂ ਤੈਨੂੰ ਉੱਥੇ ਚਕਾਉਨੇ ਆ ਓਏ ਕੰਮ ਕਰੋ ਮੈਂ ਥਾਣੇ ਵਾਲਿਆਂ ਦੀ ਮਕਾਨ ਨਹੀਂ ਜਾਂਦਾ ਤੇਰੇ ਜਾ ਕੇ ਜਦੋਂ ਫੇਰੇ ਨਾ ਘੋਟਣਾ ਥਾਣੇ 'ਚ ਮਕਾਨ ਤਾਂ ਤੇਰੀ ਉੱਥੇ ਪਹੁੰਚੂ ਇੱਕ ਮਿੰਟ ਗੌਰਮੈਂਟ ਜੀ ਉਹ ਵੇਖੋ ਸਾਹਮਣੇ ਮੱਗਰ ਕਾ ਪਈਆ ਉਹ ਵੇਖੋ ਸਾਈਕਲ ਤੇ ਆ ਰਿਹਾ ਭਾਵੇਂ ਉਹਨੂੰ ਪੁੱਛ ਲੋ ਕਿਹੜਾ ਦੂਜਾ ਕੰਮ ਬੋਤਲਾਂ ਦੀ ਦਾਤ ਪਤਨੀ ਮੁਜਰਮਾਂ ਦਾ ਇੱਕ ਹੋਰ ਸਾਥੀ ਹੋ ਤੀਜਾ ਕੰਮ ਲੈਣੀ ਆ ਪ ਮੁੱਲ ਦਾ ਲੜਾਈ ਕੋਈ ਆਣ ਕੇ ਮਾਈ ਹਾਂ ਸਰ ਉਹ ਤੇ ਉਹ ਨਾਮ ਦੀਨਾ ਨਹੀਂ ਅੰਨਾ ਹੋਇਆ ਸਾਈਕਲ ਲਿਆ ਕੇ ਲੱਤਾਂ ਦੇ ਵਿੱਚ ਮਾਰਿਆ ਜਨਾਬ ਤੁਸੀਂ ਹੱਥ ਖਰੀ ਕਰਨ ਨੂੰ ਕਿਹਾ ਹੈਗਾ ਸੀ ਮੈਂ ਕਦੀ ਹੱਥ ਸਾਜ ਕੇ ਸਾਈਕਲ ਨਹੀਂ ਚਲਾਈ ਹੈਗਾ ਤੂੰ ਸਾਈਕਲ ਸਟੈਂਡ ਤੇ ਲਾ ਕੇ ਹੱਥ ਖੜਾ ਨਹੀਂ ਕਰ ਸਕਦਾ ਸੀ ਓਏ ਹੌਲਦਾਰ ਖੜਕ ਸਿੰਘ ਜੀ ਖੜਕਾ ਗਿਆ ਧਰਤੇ ਉਹ ਲੱਭੂ ਰਾਮਾ ਤਮੀਜ਼ ਨਾਲ ਸੌਰੀ ਨਾ ਉਹ ਤੂੰ ਮਗਰ ਕੇ ਕੰਮ ਕਰਦਾ ਓਏ ਹਾਂਜੀ ਮੈਂ ਮਗਰ ਸਿੰਘ ਤੇ ਕੰਮ ਕਰਦਾ ਹੈਗਾ ਜੀ ਖੇਤ ਨਾਲੇ ਮੈਂ ਮਗਰ ਸਿੰਘ ਹੋਰਾਂ ਵਾਸਤੇ ਪਿੰਡ ਤੋਂ ਇੱਕ ਮੁਰਗਾ ਲੈ ਕੇ ਆਇਆ ਸੀਗਾ ਜੀ ਉਹ ਖੇਤ ਵਿੱਚ ਦਾਰੂ ਕਰ ਰਹੇ ਨੇ ਜੀ ਸੁਣ ਲਿਆ ਹੁਣ ਇਸੇ ਕਰਕੇ ਲੋਕਾਂ ਦਾ ਥੋਤੋਂ ਯਕੀਨ ਉੱਠਦਾ ਜਾ ਰਿਹਾ ਤੇ ਉਹਦੇ ਪੁੱਤੋ ਕਦੇ ਸਹੀ ਬੰਦਾ ਨਾ ਫੜਿਓ ਓਏ ਤੂੰ ਕਿੱਧਰ ਮੂੰਹ ਚੁੱਕਿਆ ਓਏ ਨਾ ਹੁਣ ਤੁਸੀਂ ਕੀ ਮੇਰੇ ਗੱਲ ਫੀ ਪਾਉਣੀ ਆ ਜਦੋਂ ਬੰਦਾ ਤੁਹਾਡੇ ਮੂੰਹ ਤੇ ਕਹਿ ਰਿਹਾ ਕਿ ਸਰਦਾਰ ਹੋਣੀ ਦਾਰੂ ਕੱਢਦੇ ਸੀ ਚਲ ਬੈਠ ਗੱਡੀ ਚਲੋ ਬਹੁਤ ਆਗੀ ਗਰੀਬਾਂ ਵਾਲੇ ਬਹੁਤ ਆਗੀ ਬੈਠ ਗੱਡੀ ਮੈਨੂੰ ਤਾਂ ਪੁਲਿਸ ਦੀ ਅੱਜ ਤੱਕ ਸਮਝ ਨਹੀਂ ਆਈ ਕਿ ਜਦੋਂ ਲੈ ਕੇ ਜਾਂਦੇ ਆ ਮਾਂ ਨਾਲ ਜੀਪ 'ਚ ਚਾੜ ਕੇ ਲੈ ਕੇ ਜਾਂਦੇ ਆ ਤੇ ਜਿੱਦਣ ਛੱਡਦੇ ਆ ਉਦੋਂ ਜੇਬ 'ਚ ਰਿਕਸ਼ਾ ਜੋਗਾ ਕਿਰਾਇਆ ਵੀ ਨਹੀਂ ਛੱਡਦੇ ਤੂੰ ਸੱਚ ਬੋਲਦੀ ਹੈਗੀ ਸਰਦਾਰ ਜੀ ਉਹ ਤੂੰ ਚੁੱਪ ਕਰਕੇ ਸ਼ਾਂਤੀ ਨਾਲ ਬਹਿ ਜਾ ਸ਼ਾਂਤੀ ਤੇ ਘਰ ਹੈਗੀ ਆ ਗਵਰਨਮੈਂਟ ਜੀ ਲੈ ਕੇ ਤਾਂ ਚੱਲੇ ਹੋ ਇੱਕ ਵਾਰੀ ਸੋਚ ਲਓ ਦੁਬਾਰਾ ਕੀ ਸੋਚ ਲਈ ਓਏ ਆਹੀ ਕਿ ਮੁਲਜ਼ਮ ਤਾਂ ਤੁਹਾਡੇ ਸਾਹਮਣੇ ਬੈਠਾ ਇਹਦੇ ਚਾਰ ਪਟੇ ਪੈਣੇ ਨੇ ਕੱਲੇ ਕੱਲੇ ਦਾ ਨਾਂ ਦੱਸ ਦੇਣਾ ਮੈਨੂੰ ਤੁਸੀਂ ਤੀਏ ਤੁਹਾਨੂੰ ਨਾਲ ਐਵੇਂ ਖੜੀ ਸੀ ਜਾਂਦੇ ਹੋ ਮੇਰੇ ਕਿਉਂ ਪਟੇ ਪੈਣੀ ਹੈਗੀ ਪਟੇ ਪੈਣੀ ਹੈਗੀ ਤੇਰੇ ਜਿਹਨੂੰ ਦਾਰੂ ਕਰਦੇ ਨੂੰ ਫੜਿਆ ਹੈਗੀ ਓਏ ਤੂੰ ਬਹੁਤਾ ਚਬੜ ਚਬੜ ਨਾ ਕਰੋ ਮੈਂ ਸਾਲੇ ਦੇ ਰੈਪਟਾ ਮਾਰੂ ਕੰਨ ਦੀ ਜੜ ਤੇ ਮੈਂ ਕੀ ਰੈਪਟਾ ਮਾਰ ਨਹੀਂ ਸਕਦੀ ਮੇਰੇ ਚੂੜੀਆਂ ਪਾਈਆ ਖੜੋ ਤੇਰੀ ਚੌਲ ਖਾਣੀ ਜਾਂਦੇ ਤੇਰੇ ਤਾਂ ਸਾਲਿਆ ਮੈਂ ਪਹਿਲਾਂ ਚੂੜੀਆਂ ਚੜਾਵਾਂ ਤੇਰੇ ਤਾਂ ਚੜਾਵਾਂ ਤੇਰੇ ਤਾਂ ਚੜਾਵਾਂ ਤੇਰੇ ਤਾਂ ਚੜਾਵਾਂ ਅਸਲ ਕੀ ਬਾਤ ਨਹੀਂ ਕਰਨੀ ਕਿਹੜੀ ਕੈਸਟ ਹੋ ਜਾਤੀ ਕੀ ਬੜਾ ਮੁੱਤ ਤੇਰੇ ਚੁੱਪ ਓਏ ਜਨਾਬ ਆ ਦੋ ਬੰਦੇ ਆਏ ਜੀ ਢਕੇ ਕੀ ਨਾਂ ਤੇਰਾ ਆ ਮੋਤੀਆਂ ਵਾਲੇ ਪਿੰਡ 'ਚ ਦੋਏ ਤਾਂ ਬੰਦੇ ਮਸ਼ਹੂਰ ਨੇ ਆ ਸਰਪੰਚ ਵਿਕਰ ਸਿੰਘ ਤੇ ਅਮਲੀ ਕਿਕਰ ਸਿੰਘ ਮੇਰਾ ਨਾਂ ਹੈਗੀ ਰਾਮ ਸਿੰਘ ਗਿੱਲੀ ਗਿੱਲ ਹੁੰਦਾ ਓਏ ਉਹ ਅੱਜ ਕੱਲ੍ਹ ਚੋਨਾ ਲਗਾਉਂਦੀ ਹੈਗੀ ਬੈਠ ਕੇ ਉਹ ਕਬਰਾ ਗਿੱਲਾ ਹੋ ਜਾਂਦੀ ਹੈਗੀ ਪਿੱਛੋਂ
ਪਾਓ ਇਹਨਾਂ ਨੂੰ ਹਾਲਾਤ ਸੁੱਕਣੇ। ਜੀ ਜਨਾਬ। ਮੈਂ ਚੱਲਿਆ ਮਿਨਿਸਟਰ ਸਾਹਿਬ ਦੀ ਕਾਰ ਤੇ। ਜੀ ਜਨਾਬ। ਪਿੱਛੋਂ ਖਿਆਲ ਰੱਖਿਓ ਥਾਣੇ ਦਾ। ਜੀ ਜਨਾਬ। ਚਲੋ ਚਲ। ਲਵਾਤੀਆਂ ਗੋਡਣੀਆਂ ਤੁਸਾਂ ਦੀਆਂ ਤੇ ਹੁਣ ਗੋਡਣੀਆਂ ਲਵਾਈਆਂ ਨੇ, ਅਸਾਂ ਨੂੰ ਤੇ ਸੁਬਾ ਦਾ ਗੋਡਿਆਂ ਪਾਰ ਕਰ ਛੱਡਿਆ ਹੈ ਨਾ। ਆ ਗੋਡਿਆਂ ਪਾਰ ਤਾਂ ਜਮ ਜਮ ਬੈਠ, ਪਰ ਬੈਠਣ ਲੱਗੇ ਨੇ ਥਾਂ ਥਾਂ ਤਾਂ ਦੇਖ ਲੈਣੀ ਸੀ, ਆ ਥੱਲੇ ਪਾਣੀ ਦਾ ਚੜਾ ਲਾਈ ਬੈਠਾ। ਪਾਣੀ ਨੂੰ ਹੱਥ ਤੇ ਲਗਾ ਲਿਆ, ਠੀਕ ਹੈ ਚੱਕ ਮਤ ਲੈਣਾ। ਕਿਉਂ ਪਾਣੀ ਨੂੰ ਕਿਉਂ ਨੀ ਚੱਕਣੀ ਹੈਗੀ? ਇਹ ਲੂਣ ਵਾਲਾ ਪਾਣੀ ਹੈ ਨਾ। ਲੂਣ ਵਾਲਾ ਪਾਣੀ? ਕੀ ਗੱਲ, ਥੱਲੇ ਸ਼ਿਕੰਜ ਵੀ ਡੋਲੀ ਬੈਠਾ? ਸ਼ਿਕੰਜ ਵੀ ਨਹੀਂ, ਕਈ ਸਮਝਾਵਾਂ ਬਰਾਵੋ, ਇਹ ਲੂਣ ਵਾਲਾ ਪਾਣੀ। ਮਹਾਰਾਜ ਸਾਲੇ ਬਾਂਦਰ ਜੇ ਦੇ ਰੱਖ ਕੇ ਮੂੰਹ ਤੇ ਚਪੇੜ, ਪਹਿਲਾਂ ਦੀ ਬਕਵਾਸ ਕਰ ਸਕਦਾ ਸੀ, ਆ ਗੰਦ ਚ ਹੱਥ ਪੁਆ ਕੇ ਧਰਤਾ। ਹਾਲੇ ਤੇ ਹੋਰ ਗੰਦ ਪੈਣਾ ਹੈ। ਕਿਉਂ, ਹਾਲੇ ਹੋਰ ਕਿਉਂ ਗੰਦ ਪੈਣੀ ਹੈਗੀ? ਤੁਸਾਂ ਦਾ ਯੋਗਦਾਨ ਨਹੀਂ ਪਾਏਗਾ ਉਸ ਵਿੱਚ। ਨਾ ਤੂੰ ਚੀਜ਼ ਕੀ ਆ ਓਏ? ਆਸਾਂ ਦਾ ਨਾਂ ਸ਼ਰਨਜੀਤ ਸਿੰਘ ਸ਼ੈੜੀ। ਅੱਛਾ ਸ਼ੰਟੂ, ਨਾ ਤੈਨੂੰ ਹੋਰ ਕੋਈ ਨਾਂ ਹੀ ਨਹੀਂ ਲੱਭਿਆ ਰੱਖਣ ਨੂੰ? ਚੱਲ ਇਹ ਤਾਂ ਪਤਾ ਲੱਗ ਗਿਆ ਤੂੰ ਸ਼ੰਟੂ ਆ, ਪਰ ਉਹ ਕੀ ਸ਼ਹਿ ਆ? ਸਾਲਾ ਕੁੱਕੜ ਖੰਭ ਜਿਹਾ। ਧੀਰੇ ਬੋਲ, ਧੀਰੇ ਬੋਲ। ਇਹੀ ਏ ਜਿਹਨੇ ਸ਼ਿਕੰਜ ਵੀ ਬਣਾਈ ਏ। ਬਹੁਤ ਬਦਮਾਸ਼ ਬੰਦਾ ਏ, ਜਦੋਂ ਗੋਰੀ ਵੱਟ ਕੇ ਤੱਕਦਾ ਏ ਨਾ, ਅਸਾਂ ਦਾ ਤਰਾ ਨਿਕਲ ਜਾਂਦਾ ਏ। ਤੂੰ ਕਿਉਂ ਨੀ ਵੱਟਦਾ ਗੁਰੀ ਦੇ ਵੱਲ? ਅਸਾਂ ਨੇ ਵੱਟੀ ਸੀ ਗੁਰੀ ਤੁਸਾਂ ਦੇ ਆਉਣ ਤੋਂ ਪਹਿਲਾਂ। ਤੇ ਫੇਰ ਉਸਨੇ ਮੇਰੇ ਵੱਲ ਗੁਰੀ ਵੱਟੀ, ਮੈਂ ਉਸ ਵੱਲ ਗੁਰੀ ਵੱਟੀ। ਫੇਰ ਕੀ ਹੋਇਆ? ਤੇ ਅਸਾਂ ਦਾ ਤਰਾ ਨਿਕਲ ਗਿਆ ਏ। ਇਹ ਤਾਜ਼ਾ ਤਾਜ਼ਾ ਤਰਾ ਏ ਜਿਸ ਨੂੰ ਤੁਸਾਂ ਦਾ ਹੱਥ ਲੈ ਗਿਆ ਏ। ਸਾਲਾ ਫੇਰ ਚੇਤੇ ਕਰਾਈ ਜਾਂਦਾ, ਫੇਰ ਚੇਤੇ ਕਰਾਈ ਜਾਂਦਾ, ਮਸਾ ਭੁੱਲਿਆ ਸੀ ਮੈਂ। ਕਾਹ ਤੋਂ ਕੁੜਦੀ ਹੈਗੀ ਵਿਚਾਰੇ ਨੂੰ ਯਾਰ ਟਾਲੀ ਸਿੰਘ? ਓਏ ਟਾਲੀ ਸਿੰਘ ਨੀ, ਮੈਂ ਕਿੱਕਰ ਸਿੰਘ ਆ। ਚਲੋ ਹੈ ਤੇ ਦਰਖਤੀ ਨਾ, ਚਲੋ ਜਾਣੇ ਤਾਂ ਛੱਡ। ਤੂੰ ਦੱਸ ਇੱਥੇ ਕਿੱਦਾਂ ਆਈ? ਬਰਾਵਾ, ਅਸਾਂ ਦੀ ਬਹੁਤ ਲੰਬੀ ਕਹਾਣੀ ਹੈ। ਅਸਾਂ ਨੂੰ ਅਸਾਂ ਦੀ ਜਾਈ ਨੇ ਭੇਜਿਆ ਕਿ ਸ਼ੈਂਡੀ ਪੁੱਤਰ ਜਾ ਕੇ ਮਾਰਕੀਟ ਦੇ ਵਿੱਚੋਂ ਤੂੰ ਦਹੀਂ ਲੈ ਕੇ ਆ ਆਪਣੇ ਦਾਰਜੀ ਦੇ ਲਈ, ਪੂਰੇ ਚਾਰ ਆਨੇ ਦਾ। ਮੈਂ ਦਹੀਂ ਲੈਣ ਚਲਿਆ ਗਿਆ, ਰਸਤੇ ਦੇ ਵਿੱਚ ਜਾਂਦਾ ਪਿਆ ਸਾਂ, ਅਸਾਂ ਨੂੰ ਅਸਾਂ ਦਾ ਫਰੈਂਡ ਮਿਲ ਗਿਆ, ਦੋਸਤ, ਪੱਕਾ ਦੋਸਤ ਗੋਲੂ। ਗੋਲੂ ਮੈਨੂੰ ਕਹਿੰਦਾ, ਸ਼ੈਂਡੀ ਭਰਾ ਮੈਂ ਬੜੀ ਮੁਸੀਬਤ ਵਿੱਚ ਹੈਗਾ, ਮੇਰੇ ਦਾਰਜੀ ਮੈਨੂੰ ਖਰਚਾ ਨਹੀਂ ਦਿੰਦੇ ਪਏ, ਹੇ ਕਾਨਾ ਵੀ ਨਹੀਂ, ਇੱਕ ਪੈਸਾ ਵੀ ਨਹੀਂ ਦਿੰਦੇ। ਮੈਂ ਕਿਹਾ ਫਿਰ ਕੀ ਕਰੀਏ? ਕਹਿੰਦਾ ਚੱਲ ਮੇਰੇ ਕੋਲ ਡਾਕਾ ਮਾਰਾਂਗੇ। ਗੋਲੂ ਦੇ ਘਰ ਵੱਲ ਆਪਣੀਆਂ ਬਹੀਰਾਂ ਗਾ ਦਿੱਤੀਆਂ, ਅੰਦਰ ਗਏ, ਤਾਲੇ ਨੂੰ ਹਾਲੇ ਹੱਥ ਲਗਾਇਆ ਸੀ ਕਿ ਉਸਦੇ ਤਾਰ ਜੀ ਉੱਠ ਖੜੇ, ਉੱਠ ਖਲੋਤੇ ਤੇ ਰੌਲਾ ਪਾ ਛੱਡਿਆ, ਚੋਰ ਚੋਰ ਚੋਰ। ਤੇ ਉਹਨਾਂ ਨੇ ਸੰਗੀ ਗੋਲੂ ਰਲ ਗਿਆ ਤੇ ਕਹਿਣ ਲੱਗਿਆ, ਚੋਰ ਚੋਰ ਚੋਰ। ਤੇ ਸ਼ੈਡੀ ਨੇ ਚੋਰ ਬਣਾ ਛੱਡਿਆ ਤੇ ਇੱਥੇ ਡੱਕ ਛੱਡਿਆ। ਯਾਰ ਸ਼ੰਟੂ, ਤੇਰੇ ਨਾਲ ਤਾਂ ਬਹੁਤ ਮਾੜੀ ਹੋਈ ਆ ਯਾਰ, ਤੇਰੇ ਨਾਲ ਤਾਂ ਤੇਰਾ ਯਾਰ ਹੀ ਦਗਾ ਕਰ ਗਿਆ। ਬਿਲਕੁਲ, ਤੂੰ ਸਦਾ ਕੋਈ ਗੋਲੂ ਵਰਗਾ ਯਾਰ। ਯਾਰ ਪੁੱਛਦਾ, ਆ ਸਾਲਾ ਠੋਲੂ ਜਿਹਾ ਕਿਸੇ ਗੋਲੂ ਤੋਂ ਘੱਟ ਆ? ਕਿਉਂ, ਮੈਂ ਕੀ ਕੀਤੀ ਹੈਗੀ? ਹੋਰ ਮੈਂ ਕੀਤੀ ਆ, ਸਾਲਿਆ ਮੁਰਗਾ ਤੂੰ ਲੈ ਕੇ ਆਇਆ, ਦਾਰੂ ਤੇਰੇ ਸਰਦਾਰ ਕੱਢਦੇ ਸੀ ਤੇ ਤੀਏ ਥੋਂ ਰਗੜਿਆ ਮੈਂ ਗਿਆ, ਸਾਲੀ ਚੌਲ ਖਾਣੀ ਜਾਤ। ਮੈਂ ਪਹਿਲਾਂ ਵੀ ਕਿਹਾ ਸੀ ਕਾਸੜ ਕੀ ਬਾਤ ਨਹੀਂ ਕਰਨੀ। ਸਾਲਿਆ ਤੇਰੀ ਤਾਂ ਅੱਜ ਮੈਂ ਪਹਿਲਾਂ ਕੈਸਟ ਹੀ ਚਲਾਵਾਂ, ਸਮਝਿਆ ਕੀ ਆ? ਤੂੰ ਸਮਝਿਆ? ਬਾਪੂ ਤੇਰੇ ਤੋਂ ਮੈਂ ਕੱਲਾ ਵੀ ਮੰਜੇ ਤੇ ਜਰਿਆ ਨੀ ਜਾਂਦਾ। ਓਏ ਹੁਣ ਤਾਂ ਮੇਰੀ ਜਵਾਨੀ ਪਾਟ ਕੇ ਉਹ ਲੰਗਾਰ ਬਣ ਗਈ, ਪਰ ਤੈਨੂੰ ਮੇਰੇ ਵਿਆਹ ਦਾ ਹੁਣ ਵੀ ਭੋਰਾ ਫਿਕਰ ਨਹੀਂ। ਉਹ ਬਾਪੂ ਮੇਰੀ ਜ਼ਿੰਦਗੀ ਚ ਉਹ ਦਿਨ ਕਦੋਂ ਆਊਗਾ ਜਦੋਂ ਮੈਂ ਵੀ ਡਬਲ ਬੈੱਡ ਤੇ ਸੋਇਆ ਕਰੂੰਗਾ, ਤੇ ਸਵੇਰੇ ਸਵੇਰੇ ਮੇਰੇ ਘਰ ਵਾਲੀ ਬਾਹ ਲਹਿਰਾ ਕੇ ਟਰੇ ਦੇ ਵਿੱਚ ਬਿਸਕੁਟ ਚਾਹ ਰੱਖ ਕੇ ਲੈ ਕੇ ਆਇਆ ਕਰੂਗੀ ਤੇ ਮੈਨੂੰ ਕਿਹਾ ਕਰੂਗੀ, ਉੱਠੋ ਜੀ ਤੁਹਾਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਹੈ। ਉੱਠ ਵੀ ਜਾਓ, ਚਾਹ ਦੋ ਤੀ ਬਿਸਕੁਟ ਖੰਡਾ ਦਾ ਸਾਰੇ ਸਾਲਾ ਡਾਰਲਿੰਗ ਦਾ। ਚੱਲ ਉੱਠੇ ਉੱਠੇ ਡਾਰਲਿੰਗ। ਬਾਪੂ ਦੇਖ ਤਾਂ ਲੈ ਸੂਰਜ ਕਿੱਥੇ ਆਇਆ ਪਿਆ। ਕੀ ਆ ਯਾਰ, ਇੱਕ ਤਾਂ ਇੰਨਾ ਤੌੜਾ ਬੋਲਦਾ
ਜਦੋਂ ਮੇਰੇ ਨਾਲ ਗੱਲ ਕਰਨੀ ਹੁੰਦੀ ਹੈ ਨਾ, ਖੰਡ ਦਾ ਫੱਕਾ ਲਾਇਆ ਕਰ, ਸੌਣ ਵੀ ਨਹੀਂ ਦਿੰਦਾ। ਉਹ ਵਿਆਹ ਇਹ ਨਹੀਂ ਹੋਣ ਦਿੰਦਾ ਯਾਰ, ਇਹ ਨਹੀਂ ਲੈਣ ਦਿੰਦਾ। ਤੂੰ ਪਿਓ ਹੈ ਕਿ ਚੌਕੀਦਾਰ? ਇੱਕ ਉਹ ਚੌਕੀਦਾਰ ਹੈ ਜਿਹਨੇ ਪੂਰਾ ਦੇਸ਼ ਲੁੱਟ ਕੇ ਖਾ ਲਿਆ। ਮਜਾਲ ਹੈ ਕੋਈ ਕੁੱਤਾ ਭੌਂਕਦਾ ਹੋਵੇ? ਉਹ ਇੱਕ ਆਹ ਚੌਕੀਦਾਰ ਹੈ ਜਿਹੜਾ ਆਪ ਵੀ ਕੁੱਤੇ ਵਾਂਗੂ ਭੌਂਕਦਾ ਰਹਿੰਦਾ। ਦੇਖ ਕੰਜਰ ਦੇ ਕਿਵੇਂ ਬੋਲਦੇ ਆ, ਸਾਰੀ ਰਾਤ ਸੌਂਦੇ ਨਹੀਂ ਹੈਗੇ, ਸਾਰਾ ਦਿਨ ਕੁੱਤੇ ਵਾਂਗੂ ਮੂੰਹ ਚੱਕ ਕੇ ਸੁੱਤੇ ਰਹਿੰਦੇ ਨੇ। ਉਹ ਬਾਪੂ, ਅਸੀਂ ਹੈਗੇ ਸਿੰਗਲ ਲੋਕ, ਸਾਡਾ ਦੇਰ ਰਾਤ ਜਾਗਣ ਦਾ ਮਤਲਬ ਸਿਰਫ ਨੈੱਟ ਪੈਕ ਖਤਮ ਕਰਨਾ ਹੁੰਦਾ। ਹਾਂ ਬਾਪੂ ਜੀ, ਜਦੋਂ ਮੋਬਾਈਲ ਦੀ ਬੈਟਰੀ ਸਿਰਫ 5% ਰਹਿ ਜੇ ਨਾ, ਫਿਰ ਤਾਂ ਕੋਈ ਟੈਨਸ਼ਨ ਹੀ ਨਹੀਂ ਹੁੰਦੀ, ਬਸ ਬੇਫਿਕਰੇ ਹੋ ਕੇ ਸੌ ਜਾਓ। ਓਏ ਮੈਂ ਤਾਂ ਇਹ ਕਹਿਣਾ ਬਈ, ਸੰਦੇਹਾ ਉੱਠਣਾ ਚਾਹੀਦਾ। ਸੰਦੇਹਾ ਉੱਠ ਕੇ ਕੀ ਗੋਡੀ ਕਰਨੀ ਹੈ? ਸਾਰੀ ਜ਼ਿੰਮੇਵਾਰੀ ਠੇਕੇ ਤੇ ਦੇ ਰੱਖੀ ਹੈ, ਮਾਰੀ ਜਾਂਦਾ ਗੱਲਾਂ ਨਾਲੇ। ਹੋਰ ਚਲੋ ਯਾਰ, ਚਲੋ ਸੌਈਏ। ਹੋਰ ਚਲੋ, ਮੈਂ ਤਾਂ ਮੋਬਾਈਲ ਦਾ ਨੈੱਟ ਪੈਕ ਪਵਾਇਆ ਹੋਇਆ, ਉਹਨੂੰ ਵੀ ਖਤਮ ਕਰਨਾ ਹੈ। ਖੜ ਜਾਓ ਮੇਰੇ ਸਾਰੇ ਤੇ, ਉਹ ਤੁਹਾਨੂੰ ਮੈਂ ਪਾਉਣਾ। ਆਈ ਆਈ ਬਾਪੂ, ਫੇਰ ਕਰ ਮੇਰੇ ਭਰਾ ਦੇ ਜੁੱਤੀ ਮਾਰੀ ਤਾਂ, ਮੇਰੇ ਭਰਾ ਦੇ ਜੁੱਤੀ ਮਾਰੀ ਤਾਂ, ਜੇ ਪਿਓ ਦਾ ਪੁੱਤ ਹੈ ਨਾ, ਹੁਣ ਮਾਰ ਕੇ ਦਿਖਾ। ਬਾਪੂ ਮੇਰੇ ਤਾਂ ਮਾਰ ਦੇਗਾ, ਜੇ ਤੇਰੇ ਚ ਹਿੰਮਤ ਹੈ ਤਾਂ ਮੇਰੇ ਵੱਡੇ ਭਾਈ ਦੇ ਮਾਰ ਕੇ ਦਿਖਾ। ਬਾਪੂ ਤੈਨੂੰ ਮੇਰੇ ਜੁੱਤੀ ਮਾਰ ਤੋਂ ਪਹਿਲਾਂ ਮੇਰੇ ਭਰਾ ਦੀ ਲਾਸ਼ ਤੋਂ ਗੁਜ਼ਰਨਾ ਪਊਗਾ। ਲੈ ਪੁੱਤ, ਹੁਣ ਤੇਰੇ ਭਰਾ ਦੀ ਲਾਸ਼ ਤੋਂ ਨਹੀਂ ਨਿਕਲੂਗਾ। ਬਾਪੂ ਲੜਾਈ ਹੋ ਜਾਊਗੀ, ਹੁਣ ਜਾਂਦਾ ਕਿੱਥੇ ਹੋ ਜਾਊਗਾ। ਚੱਲ 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 ਨਿਕਲੋ, ਚੱਲ ਨਿਕਲੋ ਤੂੰ। ਬਾਪੂ ਬਾਪੂ ਬਾਪੂ, ਓਏ ਮੋਬਾਈਲ ਰਹਿ ਗਿਆ, ਤਾਲਾ ਲੱਗਦਾ ਮੋਬਾਈਲ ਦਾ। ਉਹ ਬੋਲਿਆ, ਆ ਕੀ ਕਰ ਰਿਹਾ ਓਏ? ਉਹ ਦੀਦਾ ਨਹੀਂ ਮਰ ਰਿਹਾ, ਅੱਖਾਂ ਨੇ ਕੇ ਟਿੱਚ ਬਟਨ। ਉਹ ਤੇਰਾ ਵੀ ਕਿਹੜਾ ਕੁਝ ਕੀਨ ਆਉਂਦਾਗਾ, ਤੀਜੇ ਦਿਨ ਤਾਂ ਖੁਸ਼ ਕਰ ਦੇਣਾਗਾ ਕਹਿ ਕੇ ਮੈਂ ਮਰਦਾ ਮਰਦਾ ਹੈ ਨਹੀਂਗਾ। ਉਹ ਭੋਲੇ, ਜਿਵੇਂ ਚੈਨਲਾਂ ਦਾ ਕੋਈ ਭਰੋਸਾ ਨਹੀਂ ਨਾ, ਇਸੇ ਤਰ੍ਹਾਂ ਤੇਰਾ ਵੀ ਕੋਈ ਭਰੋਸਾ ਨਹੀਂ। ਜਿਵੇਂ ਲੋਕਾਂ ਦਾ ਮੀਡੀਆ ਤੋਂ ਯਕੀਨ ਉੱਠ ਗਿਆ, ਇਵੇਂ ਚੁੱਕੀ ਸਾਡਾ ਤੇਰੇ ਤੋਂ ਉੱਠ ਗਿਆ। ਸਭ ਨੂੰ ਪਤਾ ਤੂੰ ਸਿਰਫ ਭੌਂਕ ਸਕਦਾ, ਕਰਦਾ ਕੁਛ ਹੈ ਨਹੀਂ। ਉਹ ਤੂੰ ਕੋਈ ਦਰਖਤ ਤਾਂ ਵਧੀਆ ਚੁਣ ਲੈਂਦਾ। ਉਹ ਮੈਂ ਤਾਂ ਇਹਦੇ ਨਾਲ ਫਾਹ ਹੀ ਲੈਣਾ, ਮੈਂ ਕਿਹੜਾ ਇਹਦੇ ਨਾਲ ਸੈਲਫੀ ਲੈਣੀ ਹੈ। ਨਾਲੇ ਮੇਰੀ ਗੱਲ ਸੁਣ ਲਓ, ਮੇਰੀ ਮੌਤ ਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਤੁਸੀਂ। ਉਹ ਮੈਂ ਤਾਂ ਕਹਿੰਦਾ ਤੇਰੀ ਵੀ ਮੌਤ ਆ ਜੇ। ਐ ਕਿਵੇਂ ਆਜੂ? ਐ ਮੈਨੂੰ ਨਹੀਂ ਹੈ। ਉਹ ਆ ਗਈ। ਹੈ ਮੈਨੂੰ ਦਾ ਭੂਤ? ਬਾਜੀ ਬਾ, ਯੋ ਤਾਂ ਨਕਸ਼ਾ ਹੀ ਬਦਲ ਗਿਆ ਮੇਰੇ ਘਰ ਦਾ। ਮੇਲੋ ਭਾਬੀ, ਪੈਰੀ ਪਾਵਾਂ ਬਾਪੂ ਜੀ? ਉਹ ਭਾਬੀ, ਭਾਬੀ ਤੂੰ ਜਿਉਣੀ ਹੈ? ਉਹ ਜਿਉਣੀ ਹੈ ਕਿ ਤੇਰੀ ਆਤਮਾ ਹੈ? ਉਹ ਡਰ ਨਾ, ਜਿਉਂਦੀ ਹਾਂ ਮੈਂ। ਤੂੰ ਤਾਂ ਮਰ ਗਈ ਸੀ, ਤੈਨੂੰ ਕਿਹਾ ਤਾਂ ਨਾ ਕੱਲੀ ਨਹੀਂ ਮਰਨੇ ਕੀ, ਮੈਂ ਜਦ ਮਰੂੰਗੀ ਨਾ ਤੈਨੂੰ ਗੈਲ ਲੈ ਕੇ ਮਰੂੰ। ਓ ਵੈਰੀ ਗੁੱਡ, ਹੁਣ ਆਉ ਨਜ਼ਾਰਾ ਭਾਬੀ। ਥੈਂਕ ਯੂ। ਸੈਲਗਮ? ਹੈ ਸੈਲਗਮ? ਓ ਵੈਲਕਮ ਕਹਿੰਦੀ ਹੈ। ਹਾਂ ਹਾਂ, ਇਹੀ ਕਹਿਣ ਲੱਗੀ ਸੀ ਮੈਂ। ਪਰ ਭਾਈ ਤੇਰਾ ਤਾਂ ਐਕਸੀਡੈਂਟ ਹੋ ਗਿਆ ਸੀ। ਹਾਂ ਬਾਪੂ ਜੀ, ਮੇਰੇ ਸਿਰ ਮਾ ਸੱਟ ਲੱਗੀ ਸੀ। ਬੇਚਾਰੇ ਜਿਉਂਦੇ ਰਹੇ ਬਿਰਧਾਸ਼ਰਮ ਵਾਲੇ, ਉਹਨਾਂ ਨੇ ਬਹੁਤ ਸਾਲ ਮੈਨੂੰ ਆਪਣੇ ਕੋਲ ਰੱਖਿਆ, ਸੇਵਾ ਕਰੀ ਮੇਰੀ ਬਹੁਤ। ਹੁਣ ਮੇਰੀ ਯਾਦਾਸ਼ਤ ਵਾਪਸ ਆ ਗਈ। ਇਹ ਕਾਹਨੂੰ ਆਉਣੀ ਸੀ? ਕਿਆ ਭੌਂਕ ਰਿਹਾ? ਕੁਛ ਨਹੀਂ। ਨਿਆਣੇ ਕਿੱਥੇ ਮੇਰੇ? ਰੋਡੂ ਮੇਰਾ, ਮੇਰਾ ਲਾਡੀ। ਆ ਖੜਾ ਤੇਰਾ ਰੋਡੂ। ਹਾਂ ਮੇਰਾ ਪੁੱਤ ਰੋਡੂ ਐਡਾ ਬੜਾ ਹੋ ਗਿਆ, ਸਦਕੇ ਜਾਵਾਂ। ਪੁੱਤ ਲਾਡੀ ਕਿੱਥੇ ਹੈ? ਮੰਮੀ ਉਹ ਤਾਂ ਕੈਨੇਡਾ ਚਲਾ ਗਿਆ। ਤੇ ਤੂੰ ਮੰਗਰੋ ਭਾਈ, ਇਹਨੇ ਸਿੰਦਰ ਤੇ ਚਾਦਰ ਪਾ ਲਈ ਸੀ। ਪਰ ਸਿੰਦਰ ਦਿਖ ਨਹੀਂ ਰਹੀ, ਕਿੱਥੇ ਹੈ? ਰੁਸ ਕੇ ਪੇਕਿਆਂ ਨੂੰ ਗਈ ਹੋਈ ਹੈ। ਇਹ ਕੰਜਰ ਦਾ ਸਤਾਉਂਦਾ ਹੀ ਬਹੁਤ ਆ ਉਹਨੂੰ। ਇਸਕੇ ਹਲੀ ਵੀ ਉਹੀ ਲੱਛਣ ਹੈ, ਕੁੱਤੇ ਦੀ ਪੂਛ ਵੀ ਕਦੇ ਸਿੱਧੀ ਹੋਈ ਹੈ। ਉਹ ਬਾਪੂ ਪਿਓ ਬਣ ਕੇ ਰਿਹਾ ਕਰ, ਇੱਜ਼ਤ ਕਰਿਆ ਕਰ, ਇੱਜ਼ਤ ਕਰਾਇਆ ਕਰ, ਫਿਰ ਵੀ ਜੰਮੇ ਅਸੀਂ, ਆਰਡਰ ਤੇ ਨਹੀਂ ਬਣਾਏ। ਬਾਤ ਸੁਣ ਲੈ ਮੇਰੀ, ਬੰਦਾ ਬਣ ਜਾ ਤੂੰ ਬੰਦਾ। ਹਾਂ ਸ਼ੁਕਰ ਕਰ ਦੀ ਮੇਰਾ ਸੁਭਾਅ ਸੰਤਣੀ ਵਾਲਾ ਹੋ ਗਿਆ, ਨਹੀਂ ਤਾਂ ਮੈਂ ਤੈਨੂੰ ਆਟੋ-ਟੈਟੋ ਬੰਦਾ ਬਣਾ ਦਿੰਦੀ। ਆਟੋ-ਟੈਟੋ? ਆਟੋਮੈਟਿਕ ਕਹਿੰਦੀ ਏ। ਹਾਂ ਯਹੀ ਕਹਿਣ ਲੱਗੀ ਸੀ ਮੈਂ। ਰੁਕੋ ਯਾਰ, ਪੁਲਿਸ ਨੇ ਪਜਾ ਕੇ ਭੁੱਖ ਲਗਾ ਦਿੱਤਾ ਯਾਰ। ਉਹ ਕੀਕਰ ਸਿੰਘ, ਤੈਨੂੰ ਕਦੇ ਭੁੱਖ ਨਹੀਂ ਲੱਗਿਆ ਯਾਰ? ਓਏ ਜਦੋਂ ਫੀਮ ਰਗਾ ਵਿੱਚ ਬੋਲੇ ਫਿਰ ਅਮਲੀ ਕਦੇ ਨਾ ਡੋਲੇ। ਓਏ ਆਪਾਂ ਤਾਂ ਸਵੇਰ ਦੇ ਹੀ ਕੰਡੇ ਚ। ਇੱਕ ਮਿੰਟ ਵੀਰ ਜੀ, ਇਧਰ ਆਓ ਇਧਰ ਆਓ, ਸਾਰੇ ਲੋਕ ਹੀ ਕੰਡੇ ਤੇ ਹੋ ਜਾਣੇ ਵੀਰ ਜੀ, ਧਿਆਨ ਨਾਲ ਸੁਣੋ। ਮਿਊਜ਼ਿਕ ਦੀ ਆਵਾਜ਼, ਡੀਜੇ ਡੀਜੇ, ਲੱਗਦਾ ਕਿਸੇ ਦੀ ਸ਼ਾਦੀ ਹੋ ਰਹੀ ਹੈ। ਅੰਦਰ ਚਲਦੇ ਆ, ਨਾਲੇ ਜਸ਼ਨ ਕਰਾਂਗੇ, ਨਾਲੇ ਖਾਣਾ ਨਾਲੇ ਗਾਣਾ। ਨਾਲੇ ਖਾਣਾ ਨਾਲੇ ਗਾਣਾ, ਤੇ ਬਾਹਰ ਜਿਹੜੀ ਪੁਲਿਸ ਖੜੀ ਹੋਊਗੀ ਗੇਟ ਤੇ, ਅੰਦਰ ਵੜਾਂਗੇ ਕਿੱਧਰ ਦੀ? ਵੀਰ ਜੀ ਕਰ ਦਿੱਤੀ ਨਾ ਚਾਰ ਆਨੇ ਵਾਲੀ ਗੱਲ, ਫਿਰ ਚਿੜਕਿਆ ਤਿੜਕਿਆ ਵਾਲੀ ਗੱਲ ਕਰੋਗੇ ਤੁਸੀਂ ਨਾ? ਵੀਰ ਜੀ ਦੀਵਾ ਟੱਪ ਜਾਣੇ ਆ, ਜੰਪ ਕਰ ਜਾਣੇ ਆ। ਚਲ ਠੀਕ ਹੈ ਜੇ ਤੂੰ ਕਹਿਣਾ। ਹਾਂ ਪਹਿਲਾਂ ਮੈਨੂੰ ਟਪਾ, ਆ ਜਾ ਆ ਜਾ, ਟੀਮ ਦਾ ਨਜ਼ਾਰਾ ਆ ਜਾਣਾ। ਚਲੋ ਫਿਰ ਚਲੋ ਚਲੋ, ਲੋ ਜੀ ਟਪੋ, ਏ ਜੋਰ ਲਗਾ ਕੇ ਚੁਰਾਗੇ ਥੋੜਾ ਜਾ। ਲੋ ਵੀਰ ਜੀ ਉੱਥੇ ਪਹੁੰਚ ਗਏ ਨੇ, ਹੁਣ ਆਪਾਂ ਵੀ ਚੱਲੀਏ ਨਾ, ਕੱਲ ਇੰਜੋਏ ਕਰਨਗੇ ਉਧਰ। ਮੇਰੇ ਯਾਰ ਕੀ ਸ਼ਾਦੀ ਹੈ, ਮੇਰੇ ਯਾਰ ਕੀ ਸ਼ਾਦੀ ਹੈ, ਮੇਰੇ ਯਾਰ ਕੀ ਸ਼ਾਦੀ ਹੈ। ਓ ਯਾਰ ਸ਼ੈਂਟੀ, ਆ ਕਿੱਥੇ ਆ ਗਈ ਯਾਰ ਆਪਾਂ? ਓ ਬ੍ਰਦਰ, ਮੈਨੂੰ ਲੱਗਦਾ ਬਰਾਤੀ ਨੱਚ ਰਿਹਾ ਹੈਗਾ ਡਰੈਸ ਕੋਡ ਦੇ ਵਿੱਚ।
फोन करो आज मेरे यार की शादी है। साला शादी दिया पुत्रा तेनू ये बराती लगते ने ओए आपा पागल खाने जा गए ते आपा नु पागल समझ के थोड़े प्यो फड़न आ रहे ने पागल खाने विच पर फिर भी एंजॉय करो यार आज मेरे यार की शादी है। चलो चलो यार दी शादी ओ असि पागल लिया ओ भरावा साडी गल ता सुन यार अब मैं सुन सारी गल समझाउने एक मिनट गल ता सुन चल चल डॉक्टर साहब आप ही दसणी केड़ा पागल है चल बैठ इथे बंदा बन के पागल नहीं ओ बैयो बंदा नहीं ओ बैयो इनु लाओ सब तो पहले बिजली का उधर यार मैं डॉक्टर चटके ला मैं बड़े वड्डे वड्डे पागलां नूं ठीक कीता एदी सब तो वड्डी उदाहरण तां मैं आप मैं अपने आप नूं ठीक कीता अच्छा ठीक साहब तुसी अपने तो बिना किसे होर दा इलाज कीता ओ अपने सिद्धू साहब ਉਹ ਪਹਿਲਾਂ ਉਹਨਾਂ ਨੂੰ ਬੜਾ ਗੁੱਸਾ ਆਉਂਦਾ ਸੀ ਬੜਾ ਗੁੱਸਾ ਆਉਂਦਾ ਸੀ ਜਦੋਂ ਉਹਨਾਂ ਨੂੰ ਮੈਂ ਬਿਜਲੀ ਦੇ 3 ਝਟਕੇ ਲਾਏ ਹੁਣ ਉਹਨਾਂ ਨੂੰ ਗੁੱਸਾ ਆਉਂਦਾ ਨਹੀਂ ਤੇ ਹਾਸਾ ਉਹਨਾਂ ਦਾ ਜਾਂਦਾ ਨਹੀਂ ਉਹ ਗੁਰੂ ਜਿਹੜੀ ਏਦਾਂ ਕਹਿੰਦੇ ਹੈਗੀ ਹਾਂ ਪਰ ਪਾਜੀ ਅਸੀਂ ਤੇ ਪਾਗਲ ਨਹੀਂ ਹੈਗੇ ਨਾ ਹਰ ਕੋਈ ਇੱਥੇ ਆ ਕੇ ਇਹੀ ਕਹਿੰਦਾ ਵੀ ਮੈਂ ਪਾਗਲ ਨਹੀਂ ਆ ਪਰ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੇ ਚੋਂ ਵੱਡਾ ਕੌਣ ਪਾਵਰਫੁਲ ਜਿਹੜਾ ਵੱਡਾ ਉਹਨੂੰ ਬਿਜਲੀ ਦੇ ਕਰੰਟ ਦੇ ਝਟਕੇ ਲਾਏ ਜਾਣਗੇ ਮੈਨੂੰ ਪਤਾ ਸੀ ਕਿ ਤੂੰ ਹੀ ਐ ਸੋਹਣਾ ਸੁਨੱਖਾ ਨੌਜਵਾਨ ਪਾਗਲ ਚਲੋ ਹੁਣ ਤੁਹਾਨੂੰ ਮੈਂ ਲੈ ਕੇ ਜਾਵਾਂ ਮਸ਼ੀਨ ਕੋਲ ਜਾਂ ਤੁਸੀਂ ਆਪ ਚੱਲੋਗੇ ਤੁਹਾਨੂੰ ਆਉਣ ਦੀ ਲੋੜ ਨਹੀਂ ਡਾਕਟਰ ਸਾਹਿਬ ਸੀਡੀ ਇੱਟਾ ਪੱਟ ਆਪ ਚੱਲ ਕੇ ਆਏਗਾ ਡਾਕਟਰ ਤੋਂ ਪਹਿਲਾਂ ਮੈਂ ਮਿਸਤਰੀ ਸੀ ਇਸੇ ਕਰਕੇ ਮੈਂ ਇਹਨਾਂ ਕਰੰਡੀਆਂ ਦੇ ਨਾਲ ਦੇਖੋ ਬੇਟੇ ਹੁਣ ਇੱਕ ਚਿੜੀ ਨਿਕਲੇਗੀ ਇੱਕ ਵਾਰੀ ਹੋਰ ਕਰੋ ਬਹੁਤ ਮਜ਼ਾ ਆ ਰਿਹਾ ਡਾਕਟਰ ਸਾਹਿਬ ਗੱਲ ਤਾਂ ਇਹ ਆ ਵੀ ਅਸੀਂ ਤੁਹਾਡੇ ਕੋਲੋਂ ਇਲਾਜ ਤਾਂ ਕਰਵਾਉਣਾ ਚਾਹੁੰਦੇ ਹਾਂ ਪਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਡਾਕਟਰ ਕੋਲੋਂ ਅਸੀਂ ਆਪਣਾ ਇਲਾਜ ਕਰਾਉਣਾ ਕੀ ਉਹ ਵਾਕਿਆ ਹੀ ਡਾਕਟਰ ਆ ਕਿਤੇ ਪਾਗਲ ਤਾਂ ਨਹੀਂ ਮੈਂ ਬਿਲਕੁਲ ਠੀਕ ਹਾਂ ਸਾਨੂੰ ਕੀ ਸਬੂਤ ਆ ਕਿ ਤੁਸੀਂ ਠੀਕ ਹੋ ਕੁਛ ਵੀ ਪੁੱਛੋ ਮੈਂ ਇੱਕ ਸਵਾਲ ਪੁੱਛਾਂ ਆਹ ਵੇਖੋ 3 ਕੋਠੀਆਂ ਨੇ ਪਹਿਲੀ ਕੋਠੀ ਨੂੰ ਅੱਗ ਲੱਗੀ ਫਿਰ ਦੂਜੀ ਕੋਠੀ ਨੂੰ ਅੱਗ ਲੱਗੀ ਫਿਰ ਤੀਜੀ ਨੂੰ ਲੱਗੀ ਦੇਖਦੇ 3 ਕੋਠੀਆਂ ਅੱਗ ਦੀ ਲਪੇਟ 'ਚ ਆ ਗਈ ਉਧਰੋਂ ਐਂਬੂਲੈਂਸ ਸਾਇਰਨ ਵਜਾਉਂਦੀ ਹੂਟਰ ਵਜਾਉਂਦੀ ਟੂਟਾ 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 ਕਰਦੀ ਆ ਗਈ ਸਵਾਲ ਇਹ ਆ ਕਿ ਐਂਬੂਲੈਂਸ ਸਭ ਤੋਂ ਪਹਿਲਾਂ ਕਿਹੜੀ ਕੋਠੀ ਦੀ ਅੱਗ ਬੁਝਾਊਗੀ ਪਹਿਲੀ ਦੀ ਲਾਓ ਸਾਲੇ ਦੇ ਬਿਜਲੀ ਕਿਉਂ ਐਂਬੂਲੈਂਸ ਤਾਂ ਅੱਗ ਬੁਝਾਉਂਦੀ ਏ ਨਹੀਂ ਅੱਗ ਤੇ ਬੁਝਾਉਂਦੀ ਏ ਫਾਇਰ ਬ੍ਰਿਗੇਡ ਓ ਲਵੇ ਇੱਕ ਗੋਰਿਕਾ ਉੱਡਦੀ ਆ ਫੁਲਕਾਰੀ ਆਇਆ ਜੀ ਆਇਆ ਆਇਆ ਜੀ ਆਇਆ ਜੀ ਆਇਆ ਹਾਂ ਕਿਵੇਂ ਆਏ ਹੋ ਕੇ ਆਏ ਹੋ ਮੇਰਾ ਮਤਲਬ ਕਹਿਣ ਦਾ ਕੰਮ ਕੀ ਆਇਓ ਆ ਬ੍ਰਦਰ ਫਾਦਰ ਇਨ ਲਾ ਨੂੰ ਮਿਲਣਾ ਮੰਗਦਾ ਆਈ ਮੀਨ ਫੌਜਾ ਸਿੰਘ ਮੈਨੂੰ ਮਿਲੋ ਮੈਂ ਵੀਰ ਚੱਕਰ ਵਿਜੇਤਾ ਰਿਟਾਇਰਡ ਸੂਬੇਦਾਰ ਮੇਜਰ ਸਰਦਾਰ ਬਹਾਦਰ ਸਰਦਾਰ ਫੌਜਾ ਸਿੰਘ ਦਾ ਨੌਕਰ ਸੁਨੱਖਾ ਸਿੰਘ ਕਾਕੇ ਨਾ ਗਲਤ ਰੱਖ ਲਿਆ ਅੱਖਾਂ ਦੇ ਹਿਸਾਬ ਨਾਲ ਤੇਰਾ ਨਾਂ ਸੁਨੱਖਾ ਸਿੰਘ ਨਹੀਂ ਚਮੱਖਾ ਸਿੰਘ ਚਾਹੀਦਾ ਬਕਵਾਸ ਬੰਦ ਕਰੋ ਕੰਮ ਦੱਸੋ ਕੀ ਆ ਕੰਮ ਨੂੰ ਤੂੰ ਸਾਨੂੰ ਕੁੜੀ ਦੇ ਨੀ ਓਏ ਓਏ ਬਕਵਾਸ ਨਾ ਕਰ ਪਹਿਲਾਂ ਲੋਕਾਂ ਦੀਆਂ ਘੰਟੀਆਂ ਵਜਾਉਂਦੇ ਤੇ ਉੱਤੋਂ ਉਹਨਾਂ ਨੂੰ ਗਾਲਾਂ ਕੱਢਦੇ ਹੋ ਰਿਲੈਕਸ ਬ੍ਰਦਰ ਰਿਲੈਕਸ ਬ੍ਰਦਰ ਕੂਲ ਰਹਿਣਾ ਹੈਗਾ ਐਂਗਰ ਕਰਨਾ ਨਹੀਂ ਮੰਗਦਾ ਅਸ ਸੈਂਟ ਫੌਜਾ ਸਿੰਘ ਓ ਸ਼ੈਂਟੀ ਤੇਰੀ ਅੰਗਰੇਜ਼ੀ ਤੇ ਖਾਨੇ ਨਹੀਂ ਪੈਣੀ ਉਹ ਰਾਮੂ ਆਈ ਮੀਨ ਸ਼ੈਰੀ ਚੱਕ ਸਾਲੇ ਕੱਪੜੇ ਸਕਾਉਣ ਵਾਲੇ ਯੰਤਰ ਨੂੰ ਚਲੋ
ਕਿਸਾ ਲੈ ਗੋਲੂ ਦੀ ਤਰ੍ਹਾਂ ਚੋਰ ਮਚਾਉਣ ਲੱਗਾ ਚੋਰ 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 ਅਸੀਂ ਚੋਰ ਨਹੀਂ ਅਗਲਾ ਪੁਲਿਸ ਕੌਣ ਬਦਤਮੀਜ਼ ਹੈ ਜਿਹਨੇ ਸਾਡੀ ਜੂਹ ਦੇ ਵਿੱਚ ਆਉਣ ਦੀ ਗੁਸਤਾਖੀ ਕੀਤੀ ਹੈ ਕੋਈ ਸ਼ੱਕ ਪਾਜੀ ਤੁਹਾਡੇ ਬਾਰੇ ਗੱਲ ਕਰ ਰਹੀ ਹੈ ਪਾਜੀ ਅਸੀਂ ਕੋਈ ਇੱਥੇ ਘੁਸਪੈਠ ਕਰਨੀ ਆਏ ਬਲਕਿ ਬਹੁਤ ਦੂਰੋਂ ਆਏ ਅਸੀਂ ਉੱਤਰਕਾਸ਼ੀ ਤੋਂ ਆਏ ਹੈਗੇ ਉੱਤਰਕਾਸ਼ੀ ਇਹਨਾਂ ਦੇ ਕਹਿਣ ਦਾ ਮਤਲਬ ਯੂਕੇ ਇੰਗਲੈਂਡ ਬਰਤਾਨੀਆ ਵਲੈਤ ਯੂਕੇ ਤੋਂ ਇੱਥੇ ਮੇਰੇ ਕੋਲ ਕੀ ਮੂਲੀਆ ਪੱਟਣ ਆਏ ਕੋਈ ਸ਼ੱਕ ਨਹੀਂ ਅਸਾਂ ਨੂੰ ਕਦਾ ਸ਼ੱਕ ਹੋਣਾ ਜੀ ਸ਼ੱਕ ਤੇ ਤੁਸਾਂ ਨੂੰ ਹੋਣਾ ਚਾਹੀਦਾ ਤੁਸੀਂ ਆਪਣਾ ਸ਼ੱਕ ਕੱਢੋ ਤੁਸੀਂ ਆਪਣੀ ਲੜਕੀ ਦੇਣੀ ਹੈ ਸ਼ੀਸ਼ਾ ਤੜਕਿਆ ਤੇ ਗਿਆ ਅਮਲੀ ਝੜਕਿਆ ਤੇ ਗਿਆ ਆਏ ਥੋੜਾ ਜਿਹਾ ਜ਼ਹਿਨ ਤੇ ਵਜ਼ਨ ਪਾਓ ਅਖਬਾਰ ਰਿਸ਼ਤਾ ਅਖਬਾਰ ਚ ਰਿਸ਼ਤਾ ਐਡਵਰਟਾਈਜ਼ਮੈਂਟ ਤੁਹਾਡੀ ਕੁੜੀ ਕੁੜੀ ਦੀ ਗੱਲ ਕਰਨੀ ਮਤਲਬ ਤੁਸਾਂ ਦੀ ਲੜਕੀ ਨੇ ਤੁਸਾਂ ਦੇ ਰਿਸ਼ਤੇ ਬਾਰੇ ਨਿਊਜ਼ ਪੇਪਰ ਦਿੱਤਾ ਸੀ ਨਾ ਤੁਸਾਂ ਦੇ ਰਿਸ਼ਤੇ ਬਾਰੇ ਉਹ ਮੂਰਖੋ ਮੈਂ ਆਪਣੇ ਰਿਸ਼ਤੇ ਬਾਰੇ ਨਹੀਂ ਦਿੱਤਾ ਸੀ ਮੈਂ ਆਪਣੀ ਬੇਟੀ ਦੇ ਰਿਸ਼ਤੇ ਬਾਰੇ ਦਿੱਤਾ ਸੀ ਇਹ ਇਸ਼ਤਿਹਾਰ ਹਾਂਜੀ 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 ਉਸ ਬਾਰੇ ਅਸੀਂ ਯੂਕੇ ਤੋਂ ਆਏ ਹਾਂ ਅੱਛਾ 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 ਤੇ ਤੁਸੀਂ NRI ਹੋ ਹਾਂਜੀ 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 ਸਾਰੇ NRI ਕੀ ਹੁੰਦਾ NRI ਹੁੰਦਾ ਨਹੀਂ ਰਹਿੰਦੇ ਇੰਡੀਆ ਉਹ ਸੁਨੱਖਿਆ ਹਾਂਜੀ ਸਰ ਆ ਫੜ ਬੰਦੂਕ ਇਹਨੂੰ ਚੰਗੀ ਤਰ੍ਹਾਂ ਸਾਫ ਕਰਕੇ ਰੱਖਿਆ ਕਰ ਠੀਕ ਹੈ ਜੀ ਅੱਛਾ ਚਲੋ ਆਓ ਬੈਠੋ 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 ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂ ਬਈ ਤੁਹਾਡੀ ਤਾਰੀਫ ਵੈਸੇ ਤਾਂ ਜੀ ਜਿੰਨੀ ਕਰ ਲਓ ਓਨੀ ਹੈ ਥੋੜੀ ਆ ਅਦਰਵਾਈਜ਼ ਮੈਨੂੰ ਸਰਦਾਰ ਕਿਰਪਾਲ ਸਿੰਘ ਕਿਲਿਆਂ ਵਾਲੀ ਕਹਿੰਦੇ ਨੇ ਤੇ ਇਹ ਨੇ ਮੇਰੇ ਭਤੀਜਾ ਜੀ ਮਿਸਟਰ ਸ਼ੈਂਟੀਐਸ ਹਾਂ ਸ਼ੈਂਟੀ ਬੇਟਾ ਤੁਸੀਂ ਕੀ ਕੰਮ ਕਰਦੇ ਹੋ ਦਰਅਸਲ ਭਰਾ ਜੀ ਗੱਲ ਇਹ ਹੈਗੀ ਜੀ ਕਿ ਅਸਾਂ ਦਾ ਬਿਜ਼ਨਸ ਹੈਗਾ ਬਹੁਤ ਵੱਡਾ ਸਾਨੇਵਾਲ ਦੇ ਵਿੱਚ ਕੋਲੀ ਦਾ ਟਾ ਸਾਨੇਵਾਲ ਚ ਇਹਨਾਂ ਦਾ ਮਤਲਬ ਹੈ ਜੀ ਸਾਊਥ ਹਾਲ ਕਿਉਂਕਿ ਸਾਡੇ ਇੰਗਲੈਂਡ ਦੇ ਵਿੱਚ ਇੱਕ ਬੜੀ ਵੱਡੀ ਕਹਾਵਤ ਮਸ਼ਹੂਰ ਹੈ ਕਿ ਜੇ ਇੰਗਲੈਂਡ ਆ ਕੇ ਸਾਊਥ ਹਾਲ ਹੀ ਰਹਿਣਾ ਤਾਂ ਸਾਹਮਣੇ ਵਾਲਾ ਮਾੜਾ ਅੱਛਾ ਇਸ ਕਰਕੇ ਸਾਹਮਣੇ ਵਾਲ ਕਹਿ ਰਿਹਾ ਸੀ ਐਕਚੁਅਲੀ ਸਾਊਥ ਹਾਲ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਹੋਟਲ ਹੈ ਤੇ ਇੰਗਲੈਂਡ ਦੇ ਵਿੱਚ ਇੱਕ ਬਹੁਤ ਵੱਡੇ ਇਹ ਸਿੰਗਰ ਵੀ ਨੇ ਵੈਰੀ ਫਨੀ ਸੋ ਫਨੀ ਹਾਂ ਬਈ ਆ ਨਜ਼ਰ ਬੱਟੂ ਮੈਂ ਤਾਂ ਸੀਰੀ ਆ ਗਈ ਜੀ ਸੀਰੀ ਇਸ ਦਾ ਮਤਲਬ ਹੈਗਾ ਜੀ ਅਸਾਂ ਦਾ ਫਰੈਂਡ ਹੈਗਾ ਫਰੈਂਡ ਬਹੁਤ ਹੀ ਵੱਡਾ ਰੌਕ ਸਟਾਰ ਹੈ ਯੂਕੇ ਸ਼ੈਰੀ 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 ਹਾਂਜੀ ਹਾਂਜੀ ਯੂਕੇ ਵਿੱਚ ਮੈਨੂੰ ਸ਼ੈਰੀ ਬਾਂਸ ਕਹਿੰਦੇ ਹੈਗੇ ਅੱਛਾ ਤੁਸੀਂ ਬੈਠੋ ਔਰ ਮੈਂ ਹੁਣੇ ਆਇਆ ਬੇਟਾ ਸੁਨਹਿਰੀ ਪ੍ਰਾਹੁਣਿਆਂ ਨੂੰ ਚਾਹ ਪਾਣੀ ਪਿਆਓ ਬਈ ਸਾਲਾ ਬਾਂਦਰ ਗਿਆ ਪਸਾਤੇ ਸੀ ਬਣ ਤਾਂ ਗਿਆ ਕੰਮ ਬਣ ਗਿਆ ਬਣ ਗਿਆ ਗੜੀ ਸਾਈਡ ਤੇ ਲਾ ਸੋ ਮੇਰੇ ਪਿਆਰੇ ਰਾਬ ਵਰਗੇ ਸਰੋਤਿਓ ਬੜਾ ਖੁਸ਼ੀ ਦੇ ਮੌਕੇ ਕਿ ਅੱਜ ਆਪਾਂ ਇਕੱਠੇ ਹੋਏ ਹਾਂ ਆਓ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਮਾਫੀ ਚਾਹਾਂਗਾ ਕਿ ਕੋਟਕਪੂਰੇ ਦਾ ਫਾਟਕ ਬੰਦ ਹੋਣ ਕਰਕੇ ਅਸੀਂ ਥੋੜਾ ਜਿਹਾ ਲੇਟ ਹੋ ਗਏ ਹਾਂ ਸੋ ਆਓ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਲਈਏ ਉਸ ਰੱਬ ਦਾ ਨਾਂ ਉਹ ਤੋਂ ਬਾਅਦ ਜਿਵੇਂ ਜਿਵੇਂ ਤੁਹਾਡੀਆਂ ਫਰਮਾਇਸ਼ਾਂ ਹੋਣਗੀਆਂ ਪੂਰੀਆਂ ਕੀਤੀਆਂ ਜਾਣਗੀਆਂ ਭਾਈ ਸਾਹਿਬ ਤੁਸੀਂ ਬਹਿ ਜਾਓ ਤੁਹਾਡੀ ਫਰਮਾਇਸ਼ ਵੀ ਪੂਰੀ ਕੀਤੀ ਜਾਊਗੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਇਜਾਜ਼ਤ ਦਿਓ ਫਿਰ ਕਿਤੇ ਮਿਲਾਂਗੇ ਜਾ ਭਰਾਵਾ ਤੂੰ ਲੱਕ ਹਿਲੇ ਮਜਾ ਜਣ ਹਾਏ ਚਾਲੋ ਜੀ ਮੇਰਾ ਨਾਮ ਸੁਨਹਿਰੀ ਹੈ ਜੀ ਕਿੰਨਾ ਸੋਹਣਾ ਕੁੜੀ ਹੈ ਯਾਰ ਬਹੁਤ ਅੱਛਾ ਨਾਮ ਹੈ ਬਹੁਤ ਅੱਛਾ ਨਾਮ ਹੈ ਲਓ ਜੀ ਚਾਹ ਪੀਓ ਮੇਰਾ ਨਾਮ ਸੁਨਹਿਰੀ ਹੈ ਜੀ ਤੁਹਾਡੀ ਕੀ ਨਾਮ ਹੈਗੀ ਜੀ ਜੀ ਮੇਰਾ ਨਾਮ ਸੁਨਹਿਰੀ ਹੈ ਸੁਨਹਿਰੀ ਹਾਏ ਸੁਨਹਿਰੀ ਸੁਨਹਿਰੀ ਓਏ 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 ਗੋਲਡਨ ਬਰਾਊਨ ਓਏ ਚਾਹ ਉੱਤੇ ਡੋਲਣੀ ਆ ਬੰਦੇ ਦਾ ਪੁੱਤ ਬਣ ਕੇ ਬਹਿ ਜਾ ਵੀਰ ਜੀ ਕੀ ਗੱਲਾਂ ਕਰਦਾ ਪਿਆ ਦੇਖੋ ਮਰਵਾ ਛੱਡਿਆ ਕਿਸੇ ਨੂੰ ਤਸੰਦ ਦੱਸਾਂ ਮੈਂ ਬੰਦਾ ਬਣ ਕੇ ਬਹਿ ਜਾ ਚੰਗਾ ਲੱਗਦਾ ਯਾਰ ਹਾਂ ਚਾਚਾ ਜੀ ਭਲਾ ਆਪਣੇ ਮੁਲਕ ਚ ਕਿੰਨੇ ਕੁ ਤਰ੍ਹਾਂ ਦੇ ਭੂਤ ਪਾਏ ਜਾਂਦੇ ਆ ਪਹਿਲਾਂ ਭੂਤਾਂ ਬਾਰੇ ਦੱਸਾਂ ਕਿ ਭੂਤਨੀਆਂ ਬਾਰੇ ਦੱਸਾਂ ਮੈਂ ਭੂਤਾਂ ਬਾਰੇ ਪੁੱਛਿਆ ਆਹੋ ਆਹੋ ਭੂਤਨੀਆਂ ਬਾਰੇ ਮੈਂ ਪੁੱਛੂੰਗਾ ਭੂਤਾਂ ਬਾਰੇ ਕੀ ਪੁੱਛਦੀਆਂ ਬੀਬਾ
ਇੱਥੇ ਤਰ੍ਹਾਂ ਤਰ੍ਹਾਂ ਦੀਆਂ ਭੂਤਾਂ ਨੇ, ਇਹਨਾਂ ਕੀਤੀਆਂ ਕੀ ਕਰਤੂਤਾਂ ਨੇ, ਪਹਿਲਾਂ ਅੰਬੈਸਡਰਾਂ ਦੇ ਵਿੱਚ ਚੜੀਆਂ ਨੇ, ਫਿਰ ਪਾਰਲੀਮੈਂਟ 'ਚ ਵੜੀਆਂ ਨੇ, ਕੁਝ ਦਫ਼ਤਰਾਂ ਦੇ ਵਿੱਚ ਰਹਿੰਦੀਆਂ ਨੇ, ਕੁਝ ਕੋਰਟ ਕਚਹਿਰੀ ਬਹਿੰਦੀਆਂ ਨੇ, ਕੁਝ ਨਾਕਿਆਂ ਉੱਤੇ ਖੜੀਆਂ ਨੇ, ਕੁਝ ਖੰਭਿਆਂ ਉੱਤੇ ਚੜੀਆਂ ਨੇ, ਕੁਝ ਵੋਟਾਂ ਵੇਲੇ ਆਉਂਦੀਆਂ ਨੇ, ਕੁਝ ਬਾਹਰੋਂ ਆ ਕੇ ਗਾਉਂਦੀਆਂ ਨੇ, ਕੁਝ ਕੋਚਿੰਗ ਸੈਂਟਰ ਚਲਾਉਂਦੀਆਂ ਨੇ, ਕੁਝ ਪੇਪਰ ਲੀਕ ਕਰਾ ਕੇ ਚੈੱਕ ਬੱਚਿਆਂ ਤੋਂ ਕਰਵਾਉਂਦੀਆਂ ਨੇ, ਕੁਝ ਟੀਕੇ ਨਸ਼ੇ ਦੇ ਲਾਉਂਦੀਆਂ ਨੇ, ਕੁਝ ਜਾਲੀ ਵੀਜ਼ੇ ਲਾਉਂਦੀਆਂ ਨੇ। ਸੋ ਚਿਮਟਾ ਐਸਾ ਘਮਾਊ ਚਤਰਾ, ਡਰਦਾ ਭੂਤ ਵੀ ਚੀਕਾਂ ਛੱਡੂਗਾ। ਐਤਕੀ ਵਿੱਚ ਛਣਕਾਟੇ ਤੇ ਚਾਚਾ ਸਾਰੀਆਂ ਕਸਰਾਂ ਕੱਢੂਗਾ, 25ਵੇਂ ਛਣਕਾਟੇ ਤੇ ਚਾਚਾ ਪਿਛਲੀਆਂ ਕਸਰਾਂ ਕੱਢੂਗਾ। ਮੇਰੇ ਸੁਖ ਨਾਲ ਦੋ ਕਾਕੇ ਐਡੇ ਸੋਹਣੇ ਕਿ ਜਣਾ ਖਣਾ ਚਾਕੇ। ਨੀਲੋ ਯਕੀਨ ਜਿਹਾ ਨੀ ਆਉਂਦਾ। ਕਿਸ ਗੱਲ ਦਾ? ਵੈਸੇ ਆਮ ਤੌਰ ਤੇ ਵੇਖਣ ਚ ਆਇਆ ਕਿ ਜਿਹੜੀਆਂ ਮਾਵਾਂ ਸੋਹਣੀਆਂ ਹੁੰਦੀਆਂ ਉਹਨਾਂ ਦੇ ਜਵਾਕ ਸੋਹਣੇ ਨੀ ਹੁੰਦੇ, ਤੇ ਜਿਹੜੇ ਜਵਾਕ ਸੋਹਣੇ ਹੁੰਦੇ ਆ ਉਹਨਾਂ ਦੀਆਂ ਮਾਵਾਂ ਸੋਹਣੀਆਂ ਨੀ ਹੁੰਦੀਆਂ। ਹੁਣ ਦੱਸ ਨੀਲੂ, ਤੂੰ ਸੋਹਣੀ ਆ ਕਿ ਤੇਰੇ ਜਵਾਕ ਸੋਹਣੇ ਆ? ਚਾਚਾ ਤੂੰ ਤਾਂ ਫਸਾ ਲਿਆ ਨੀਲੂ ਨੂੰ। ਜੀ ਨਹੀਂ, ਮੈਂ ਵੀ ਸੋਹਣੀ ਆ, ਮੇਰੇ ਬੱਚੇ ਵੀ ਸੋਹਣੇ ਆ। ਨੀਲੂ ਮਾਂ ਦੀ ਅੱਖ ਨੂੰ ਤਾਂ ਆਪਣੇ ਬੱਚੇ ਅੱਛੇ ਲੱਗਣੇ ਹੀ ਹੁੰਦੇ ਆ, ਗੱਲ ਤਾਂ ਦੁਨੀਆ ਦੀ ਨਜ਼ਰ ਦੀ ਹੁੰਦੀ ਆ। ਇਸੇ ਤਰ੍ਹਾਂ ਇੱਕ ਵਾਰੀ ਨੀਲੂ ਵਰਗੀ ਸੋਹਣੀ ਸੁਨੱਖੀ ਜਨਾਨੀ ਨੇ ਕੁੱਛੜ ਮਰੀਅਲ ਜਿਹਾ ਜਵਾਕ ਚੱਕਿਆ ਹੋਇਆ ਤੇ ਬੱਸ ਚੜ੍ਹਨ ਲੱਗੀ ਤੇ ਚੋਰ ਅੱਖ ਨਾਲ ਡਰਾਈਵਰ ਨੇ ਵੇਖ ਲਿਆ। ਆਹੋ ਜੀ, ਇਹੋ ਚੀਜ਼ ਤੋਂ ਪਹਿਲਾਂ ਵੇਖਦੇ ਆ। ਓਏ ਭੌਂਦੂਆ, ਜਦੋਂ ਨੀਲੂ ਵਰਗੀ ਨੇ ਇੰਨਾ ਪਾਊਡਰ ਥੱਪਿਆ ਹੋਵੇ, ਸੁਰਖੀ ਲਾਈ ਹੋਵੇ, ਬਿੰਦੀ ਲਾਈ ਹੋਵੇ, ਲੱਪ ਲੱਪ ਸੁਰਮਾ ਚਾੜਿਆ ਹੋਵੇ, ਜੇ ਫਿਰ ਵੀ ਡਰਾਈਵਰ ਦੀ ਨੀਤ ਖਰਾਬ ਨਾ ਹੋਵੇ ਤਾਂ ਲੱਖ ਲਾਣ ਤਾਂ ਇਹੋ ਜਿਹੀ ਤਿਆਰੀ ਤੇ। ਉਹਨੂੰ ਬੱਸ 'ਚ ਚੜ੍ਹਦੀ ਨੂੰ ਵੇਖ ਕੇ ਕੰਡਕਟਰ ਨੂੰ ਕੂਣੀ ਜੀ ਮਾਰ ਕੇ ਪਤਾ ਕੀ ਕਹਿੰਦਾ? ਕਹਿੰਦਾ ਵੇਖ ਓਏ, ਰੱਬ ਨੇ ਜਨਾਨੀ ਕਿੱਡੀ ਸੋਹਣੀ ਬਣਾਈ ਆ ਤੇ ਅੱਗੋਂ ਸੋਹਰਦੀ ਨੇ ਜਵਾਕ ਜੰਮਿਆ ਸਾਲਾ ਬਾਂਦਰ ਜਿਹਾ। ਫਿਰ ਕੀ ਜਨਾਨੀ ਨੇ ਸੁਣ ਲਿਆ, ਉਹਨੇ ਡਰਾਈਵਰ ਨੂੰ ਤਾਂ ਕੁਛ ਨਹੀਂ ਕਿਹਾ ਪਰ ਮੂੰਹ 'ਚ ਬੁੜਬੁੜ ਕਰਦੀ, ਗਾਲਾਂ ਕੱਢਦੀ, ਕਿਸੇ ਸਰਦਾਰ ਦੇ ਨਾਲ ਲੱਗਦੀ ਸੀਟ ਤੇ ਜਾ ਕੇ ਬੈਠ ਗਈ। ਸਰਦਾਰ ਨੂੰ ਸਮਝ ਨਾ ਆਵੇ ਵੀ ਚੰਗੀ ਭਲੀ ਚੜੀ ਆ, ਇਹ ਗਾਲਾਂ ਕਿਹਨੂੰ ਕੱਢਦੀ ਆ? ਸਟੂਪਿਡ ਨੌਨਸੈਂਸ, ਬਦਤਮੀਜ਼ ਜਿਹਾ, ਕਿਸੇ ਨੇ ਅਕਲ ਹੀ ਨਹੀਂ ਸਿਖਾਈ ਕਿ ਬੱਚਿਆਂ ਬਾਰੇ ਗੱਲ ਕਿਵੇਂ ਕਰੀਦੀ ਆ। ਜੀ ਕਰਦੇ ਰਾਮਚੰਦ ਦੇ ਵੱਟ ਵਿੱਚ ਪੇੜ ਮਾਰਾ ਮੂੰਹ ਤੇ। ਨਾਲ ਬੈਠਾ ਸਰਦਾਰ ਕਹਿੰਦਾ, ਬੀਬਾ ਇਹੋ ਜਿਹੀ ਗੱਲ ਦਿਲ 'ਚ ਨਹੀਂ ਰੱਖੀ ਦੀ ਹੁੰਦੀ, ਆ ਬਾਂਦਰ ਜਿਹਾ ਮੈਨੂੰ ਫੜਾ ਤੇ ਪਹਿਲਾਂ ਚਪੇੜ ਵਾਲਾ ਕੰਮ ਨਿਬੇੜ ਹੀ ਆ। ਚਲੋ ਚਾਚਾ ਜੀ, ਇਹ ਤਾਂ ਸੀਗੇ ਭੂਤ, ਹੁਣ ਥੋੜਾ ਜਿਹਾ ਮੇਰੀ ਫਰਮਾਇਸ਼ ਬਾਰੇ ਗੌਰ ਕਰੋ, ਯਾਨੀ ਭੂਤਨੀਆਂ ਬਾਰੇ ਵੀ ਚਾਨਣਾ ਪਾ ਦਿਓ। ਮੈਂ ਜ਼ਰਾ ਪਾਣੀ ਪੀ ਕੇ ਆਵਾਂ। ਬਸ ਬਦੀਜ ਆਹੀ ਫਰਕ ਆ, ਪਿਛਲੀਆਂ ਭੂਤਨੀਆਂ ਸਿਰਫ ਖੂਨ ਪੀਂਦੀਆਂ ਹੁੰਦੀਆਂ ਸੀ। ਸ਼ਰਮਾ ਜੀ ਹੁਣ ਖੁਸ਼ ਹੋ ਮੈਨੂੰ ਭੂਤਨੀ ਕਹਾ ਕੇ? ਚੰਗੀ ਭਲੀ ਬੈਠੀ ਸੀ, ਚੰਬੇੜ ਤਾਂ ਮਗਰ ਭੂਤ। ਨੀਲੂ ਜੀ ਤੁਹਾਨੂੰ ਭੂਤ ਚਿੰਬੜਿਆ ਹੋਇਆ? ਪਤੀ ਤੈਨੂੰ ਪਤਾ ਹੀ ਨੀ, ਪਿੱਛੇ ਜੇ ਨੀਲੂ ਨੂੰ ਗਲਤੀ ਨਾਲ ਇੱਕ ਭੂਤ ਚਿੰਬੜ ਗਿਆ ਸੀ। ਫੇਰ? ਬਾ ਫੇਰ ਕੀ, ਹਾਰ ਕੇ ਕਿਸੇ ਸਿਆਣੇ ਕੋਲ ਜਾਣਾ ਪਿਆ। ਨੀਲੂ ਨੂੰ? ਓ ਨਹੀਂ, ਭੂਤ ਨੂੰ। ਜਾ ਕੇ ਸਿਆਣੇ ਨੂੰ ਕਹਿੰਦਾ, ਬਾਬਾ ਜੀ ਕੋਈ ਐਸਾ ਮੰਤਰ ਛੱਡੋ, 3 ਦਿਨ ਹੋ ਗਏ ਤੜਫਦੇ ਨੂੰ, ਮੈਨੂੰ ਨੀਲੂ ਚੋਂ ਕੱਢੋ। ਮੈਨੂੰ ਤਾਂ ਪਹਿਲਾਂ ਹੀ ਦਿੰਦਾ ਸੀ ਕਿ ਹੁਣ ਜ਼ਰੂਰ ਕੋਈ ਨਾ ਕੋਈ ਵੰਝ ਕੱਢੂਗਾ, ਲੋਕਾਂ ਦੀਆਂ ਕਸਰਾਂ ਭਾਵੇਂ ਬਾਅਦ 'ਚ ਕੱਢੇ ਪਰ ਪਹਿਲੀ ਕਸਮ ਮੇਰੀ ਕੱਢੂ। ਵੰਡਰਫੁਲ ਚਾਚਾ ਜੀ, ਇੰਸਟੈਂਟ ਕਾਫੀ। ਚਾਚਾ ਜੀ ਨੈਸਲੇ ਦੀ ਹੈ? ਨਹੀਂ ਬਾਬਾ, ਬੁੱਲੇ ਸ਼ਾਹ ਦੀ ਹੈ। ਲੈ ਪੁੱਤੀ ਤੂੰ ਛੱਕ ਬਰਫੀ। ਬਈ ਵਾਹ, ਕਿਧਰੇ ਕਾਫੀ ਕਿਧਰੇ ਬਰਫੀ, ਆਹਾ ਰਸਗੁੱਲੇ ਵੀ ਨਾਲ ਆ। ਨੀਲੂ ਆ ਚਾਚਾ ਕਿਵੇਂ ਦਿਆਲ ਆ। ਸ਼ਰਮਾ ਜੀ ਮੈਨੂੰ ਤਾਂ ਲੱਗਦਾ ਇਹਦੇ 'ਚ ਵੀ ਚਾਚੇ ਦੀ ਕੋਈ ਚਾਲ ਆ। ਓਏ ਦਿਮਾਗ ਦਿਓ, ਥੋਥੇ ਹੋ, ਚਾਲ ਚੂਲ ਕੋਈ ਨੀ, ਭੁੱਲ ਗਏ? ਓਏ ਸਪੈਸ਼ਲ ਸਾਲ ਆ। ਸਪੈਸ਼ਲ ਸਾਲ ਆ, ਯਾਨੀ ਕਿ ਜਨਮ ਦਿਨ ਆ? ਆਹੋ। ਕਿੰਨਵਾਂ? 25ਵਾਂ। 25ਵਾਂ ਚਾਚੇ ਦਾ? ਓਏ ਫੜੇ ਮੂੰਹ, ਓਏ ਛਣਕਾਟੇ ਦਾ। ਚਾਚਾ ਜੀ ਇਹਦਾ ਮਤਲਬ ਐਤਕਿ ਛਣਕਾਟਾ ਸਿਲਵਰ ਜੁਬਲੀ ਆ? ਹੋਰ ਕੀ, ਪਹਿਲਾਂ ਕਿਉਂ ਨੀ ਦੱਸਿਆ? ਨੀਲੀ ਚਲੋ ਸੈਲੀਬ੍ਰੇਟ ਕਰੀਏ, ਨਾਲੇ ਇੱਧਰ ਫੜਾ ਰਸਗੁੱਲੇ ਮੂੰਹ ਮਿੱਠਾ ਕਰੀਏ। 10.5 ਕਿਲੋ ਬਰਫੀ ਝੁਲਸ ਗਿਆ, ਹਜੇ ਕਹਿੰਦਾ ਰਸਗੁੱਲੇ ਫੜਾ ਮੂੰਹ ਮਿੱਠਾ ਕਰੀਏ। ਨਾ ਮੂੰਹ ਮਿੱਠਾ ਕਰਨ ਨੂੰ ਪਹਿਲਾਂ ਸਾਬਣ ਖਾ ਕੇ ਹਟਿਆ। ਕਰ ਲਿਆ ਸੈਲੀਬ੍ਰੇਟ। ਓਏ ਨੀਲੂ, ਖਾਣ ਪੀਣ ਦੇ ਮਾਮਲੇ 'ਚ ਕੱਲਾ ਬਾਲਾ ਹੀ ਨਹੀਂ, ਇਹਦਾ ਸਾਰਾ ਟੱਬਰ ਏ ਲਾਲਚੀ ਆ। ਕੇਰਾ ਇਹਦਾ ਦਾਦਾ ਹਲਵਾਈ ਦੀ ਦੁਕਾਨ ਤੇ ਖੜਾ ਖੜਾ ਕਿਲੋ ਜਲੇਬੀਆਂ ਡੱਫ ਗਿਆ। ਬਾਈ ਕਹਿੰਦਾ ਪੈਸੇ, ਕਹਿੰਦਾ ਜੀ ਪੈਸੇ ਤਾਂ ਮੇਰੇ ਕੋਲ ਹੈ ਨੀ। ਫੇਰ? ਬਾਈ ਫੇਰ ਕੀ, ਉਹਨੇ ਚੱਕ ਲੀਆਂ ਝਾਮ ਝਰਨੀਆਂ, ਦੇ ਜਿੱਥੇ ਪੈਂਦੀ ਆ ਪੈਣ, ਦੇ ਜਿੱਥੇ ਪੈਂਦੀ ਆ ਪੈਣ ਦੇ। ਮੈਂ ਕਿਹਾ ਜੀ ਖੁਰਚਣਿਆਂ ਨਾਲ ਐਂ ਮਾਰਿਆ, ਐਂ ਮਾਰਿਆ ਜਿਵੇਂ ਖੋਆ ਮਾਰੀ ਦਾ। ਪਰ ਪਿਓ ਦਾ ਪੁੱਤ ਐਸਾ ਢੀਠ ਦੇਖਿਆ ਕਿ ਟੱਸ ਤੋਂ ਮਸ ਨਹੀਂ ਹੋਇਆ, ਛਿੱਤਰ ਖਾ ਕੇ ਵੀ ਉੱਥੇ ਖੜਾ ਰਿਹਾ, ਹਿੱਲਿਆ ਨਹੀਂ।
ਹਲਵਾਈ ਕਹਿੰਦਾ ਹੁਣ ਕੀ ਚਾਹੀਦਾ ਓਏ ਕਹਿੰਦਾ ਜੀ ਇਸੇ ਭਾਅ ਚ ਕਿਲੋ ਜਲੇਬੀਆਂ ਪੈਕ ਕਰ ਦੋ ਸ਼ਰਮਾ ਜੀ ਸੱਚੀ ਗੱਲ ਹੈ ਨੀਲੂ ਤੂੰ ਸੁਣੀ ਚੱਲ ਜੇ ਜਿੱਦਣ ਮੈਂ ਆਪਣੀ ਇਹ ਕੋਠੀ ਦਾ ਚੱਟ ਕੀਤਾ ਬਾਲਾ ਆਪ ਤਾਂ ਆਇਆ ਨਹੀਂ ਇਹਨੇ ਆਪਣੇ ਦਾਦੇ ਨੂੰ ਭੇਜਤਾ ਤੇ ਦਾਦਾ ਆਉਂਦਾ ਹੀ ਕਹਿੰਦਾ ਕੋਠੀ ਮੈਂ ਬਾਅਦ ਚ ਦੇਖੂ ਪਹਿਲਾਂ ਬਾਥਰੂਮ ਦਿਖਾਓ ਉਹ ਕਿਉਂ ਉਹ ਜੇ ਢਿੱਡ ਖਾਲੀ ਹੋਊ ਤਾਂ ਹੀ ਕੁਝ ਖਾਊ ਆ ਗਿਆ ਦਸਾਂ ਮਿੰਟਾਂ ਬਾਅਦ ਬਾਥਰੂਮ ਚੋਂ ਮੈਂ ਕਿਹਾ ਅੰਦਰੋਂ ਕੁੰਡੀ ਲਾ ਲਈ ਸੀ ਕਹਿੰਦਾ ਕੁੰਡੀ ਲਾਉਣ ਨੂੰ ਮੈਂ ਅੰਦਰ ਮਹੀਨਾ ਰਹਿਣਾ ਸੀ ਮੈਂ ਕਿਹਾ ਫੇਰ ਵੀ ਨਵੀਂ ਕੋਠੀ ਚ ਗੰਦ ਜ਼ਰੂਰ ਪਾਉਣਾ ਸੀ ਆ ਸਾਰਾ ਕੁਝ ਬੱਸ ਸਟੈਂਡ ਤੇ ਨਿਬੇੜ ਕੇ ਆਉਣਾ ਸੀ ਥੋੜੇ ਬਾਥਰੂਮ ਨੇ ਉੱਥੇ ਕਹਿੰਦਾ ਇਹ ਸ਼ਹਿਰਾਂ ਵਾਲੇ ਸਾਡੇ ਪਿੰਡਾਂ ਵਾਲਿਆਂ ਨੂੰ ਬੇਵਕੂਫ ਬਣਾਉਂਦੇ ਆ ਉੱਥੇ ਜਿੰਨੇ ਬਾਥਰੂਮ ਸੀ ਹਰੇਕ ਦੇ ਬਾਹਰ ਲਿਖਿਆ ਹੋਇਆ ਸੀ ਜਨਾਨਾ ਮੈਂ ਕੱਲੇ ਕੱਲੇ ਅੰਦਰ ਜਾ ਕੇ ਵੇਖਿਆ ਅੰਦਰ ਕੋਈ ਵੀ ਨਹੀਂ ਸੀ ਚਾਚਾ ਜੀ ਤੁਸੀਂ ਤਾਂ ਐਵੇਂ ਗੱਲ ਚੱਕ ਲੈਂਦੇ ਹੁੰਦੇ ਹੋ ਇਸ ਉਮਰ ਚ ਬਜ਼ੁਰਗ ਬਾਰ ਬਾਰ ਬਾਥਰੂਮ ਜਾਂਦੇ ਹੀ ਹੁੰਦੇ ਆ ਡਾਕਟਰ ਦੀ ਸਲਾਹ ਲੈਣੀ ਪੈਂਦੀ ਹੈ ਮੈਂ ਵੀ ਗਿਆ ਸੀ ਬਾਲੇ ਦੇ ਦਾਦੇ ਨੂੰ ਡਾਕਟਰ ਕੋਲ ਲੈ ਕੇ ਡਾਕਟਰ ਕਹਿੰਦਾ ਹਾਂ ਵੀ ਕੀ ਤਕਲੀਫ ਆ ਕਹਿੰਦਾ ਜੀ ਮੈਨੂੰ ਸਵੇਰੇ 7 ਵਜੇ ਸੁੱਸੂ ਆਉਂਦਾ ਤੇ 8 ਵਜੇ ਪੌਟੀ ਆਉਂਦੀ ਆ ਡਾਕਟਰ ਕਹਿੰਦਾ ਫਿਰ ਇਹ ਚ ਕੀ ਪ੍ਰੋਬਲਮ ਆ ਕਹਿੰਦਾ ਜੀ ਪ੍ਰੋਬਲਮ ਤਾਂ ਇਹ ਆ ਕਿ ਮੇਰੀ ਅੱਖ ਸਵੇਰੇ 9 ਵਜੇ ਖੁੱਲਦੀ ਆ ਡਾਕਟਰ ਕਹਿੰਦਾ ਸਾਲਾ ਸਿੱਧਾ ਕਹਿ ਵੀ ਸਾਰਾ ਕੁਝ ਉਪਰੀ ਕਰ ਦੋ ਨੀਲੂ ਹੁਣ ਤੂੰ ਮੜ ਇੱਧਰ ਉੱਧਰ ਹੋ ਜਾ ਹੁਣ ਮੈਂ ਗੰਦੀਆਂ ਗਾਲਾਂ ਕੱਢਣ ਲੱਗਿਆ ਨੀਲੂ ਤੂੰ ਹੁਣ ਇੱਧਰ ਉੱਧਰ ਹੋ ਹੀ ਜਾ ਸ਼ਾਇਦ ਮੈਨੂੰ ਵੀ ਜਵਾਬ ਦੇਣਾ ਪੈ ਜਾਵੇ ਪਿਓ ਦੇ ਪੁੱਤੋ ਕੋਈ ਜਲੂਸ ਕੱਢਣ ਵਾਲੀ ਕਸਰ ਛੱਡਿਓ ਨਾ ਓਏ ਅਜੇ ਤਾਂ ਮੈਂ ਅੱਧੀ ਕਸਰ ਕੱਢੀ ਸੀ ਇਹ ਪਹਿਲਾਂ ਹੀ ਉੱਠ ਕੇ ਸੈਲੀਬ੍ਰੇਟ ਕਰਨ ਲੱਗ ਪਿਆ ਕੋਈ ਨਾ ਜਿਹੜੀ ਰਹਿੰਦੀ ਹੈ ਕਸਰ ਉਹ ਵੀ ਕੱਢ ਲਓ ਨੀਲੂ ਇਹਦੇ ਦਾਦੇ ਦੀ ਵਜ੍ਹਾ ਕਾਰਨ ਕੇਰਾਂ ਜਹਾਜ਼ ਨੂੰ ਹਾਦਸਾ ਹੋ ਗਿਆ ਉਹ ਕਿੱਦਾਂ ਕੇਰਾਂ ਬਾਲੇ ਦਾ ਦਾਦਾ ਝੋਲਾ ਚੱਕੀ 에ਅਰਪੋਰਟ ਕੋਲ ਜਾ ਰਿਹਾ ਸੀ ਉਧਰੋਂ ਜਹਾਜ਼ ਲੈਂਡ ਹੋਣ ਲੱਗਿਆ ਸੀ ਪਾਇਲਟ ਨੇ ਇਹਦੇ ਦਾਦੇ ਨੂੰ ਵੇਖ ਕੇ ਸੋਚਿਆ ਵੀ ਸ਼ਾਇਦ ਅਜੇ ਧਰਤੀ ਦੂਰ ਆ ਜਿਹੜੇ ਬੰਦੇ ਗੇਟ ਮੁੜੀ ਅਜੇ ਦੇਖਦੇ ਆ ਫੇਰ ਕੀ ਉਹਨੇ ਜਹਾਜ਼ ਦੇ ਟਾਇਰ ਨਾ ਖੋਲੇ ਫੇਰ ਕੀ ਹੋਇਆ ਫੇਰ ਕੀ ਹੋਣਾ ਸੀ ਦੜ ਦੜੇ ਜਹਾਜ਼ ਥੱਲੇ ਵੱਜਿਆ ਮੈਂ ਕਿਹਾ ਚਿੰਗਿਆਰੀਆਂ ਕਢਾਤੀਆਂ ਉਦੋਂ ਬਾਅਦ ਸਾਰੇ ਪਿੰਡ 'ਚ ਰੌਲਾ ਪੈ ਗਿਆ ਵੀ ਬੱਲੇ 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 ਬਈ ਬਾਲੇ ਦੇ ਦਾਦੇ ਨੇ ਜਹਾਜ਼ ਦੀਆਂ ਕੀਸੀਆਂ ਕਰਾਤੀਆਂ ਅਜੇ ਤਾਂ ਜਹਾਜ਼ ਦੇ ਬਾਹਰ ਖੜੇ ਸੀ ਜੇ ਕਿਧਰੇ ਵਿੱਚ ਹੁੰਦੇ ਫੇਰ ਪਤਾ ਨਹੀਂ ਕੀ ਕਰਦੇ ਲੈ ਵਿੱਚ ਦੀ ਸੁਣ ਲੈ ਜਦੋਂ ਬਾਲੇ ਦਾ ਦਾਦਾ ਪਹਿਲੀ ਵਾਰੀ ਜਹਾਜ਼ ਦਾ ਸਫ਼ਰ ਕਰਨ ਲੱਗਿਆ ਅੰਦਰ ਬੈਠਾ ਤੌਰ ਪੌਰ ਜਿਹਾ ਝਾਕੀ ਜਾਵੇ ਜਹਾਜ਼ ਉੱਡਣ ਤੋਂ ਪਹਿਲਾਂ ਹਜੇ ਰਨਵੇ ਤੇ ਦੌੜਿਆ ਹੀ ਸੀ ਕਿਹਦਾ ਦਾਦਾ ਉੱਠ ਕੇ ਪਾਇਲਟ ਕੋਲ ਆ ਗਿਆ ਕਹਿੰਦਾ ਬੰਦਾ ਬਣ ਜਹਾਜ਼ ਅੱਗੇ 2.5 ਘੰਟੇ ਲੇਟ ਆ ਤੂੰ ਸੜਕੋ ਸੜਕੀ ਪਾ ਲਿਆ ਨਾ ਭਤੀਜ ਹੁਣ ਚੁੱਪ ਕਰੀ ਬੈਠਾ ਫੋਟੋ ਲਿਖਾਉਣਾ ਆ ਨਹੀਂ ਆਪਣਾ ਸਿਰ ਦਿਖਾਉਣਾ ਆ ਨੀਲੂ ਚਾਹ ਦਾ ਕੱਪ ਬਣਾ ਕੇ ਲੈ ਕੇ ਆ ਬਿੰਦਕ ਹੋਇਆ ਜੀ ਅੰਦਰ ਕਾਫੀ ਸਿੱਟ ਕੇ ਹਟਿਆ ਹੁਣ ਚਾਹ ਮੰਗਣ ਡਿਆ 5 ਮਿੰਟਾਂ 'ਚ ਤੈਨੂੰ ਕਤੂਰੇ ਚਾਹੋਗੇ ਨਾ ਤੁਹਾਨੂੰ ਹਰ ਵਾਰੀ ਮੇਰੇ ਦਾਦੇ ਲੱਭਦਾ ਤਵੇ ਲਾਉਣ ਨੂੰ ਉਹ ਬਾਬਾ ਕਿਤੇ ਮੇਰੇ ਦਾਦੇ ਨੂੰ ਨਾ ਹੁਣ ਖੱਜਲ ਕਰਾ ਦੀ ਨੀਲੂ ਤੇਰੇ ਦਾਦੇ ਦਾ ਬਾਲੇ ਦੇ ਦਾਦੇ ਨਾਲ ਕੀ ਮੁਕਾਬਲਾ ਤੇਰਾ ਦਾਦਾ ਐਡਾ ਚਵਲ ਕੇ ਉਹਦੇ ਮੂਹਰੇ ਬਾਲੇ ਦਾ ਦਾਦਾ ਤਾਂ ਕੁਝ ਵੀ ਨਹੀਂ ਸ਼ਰਮਾ ਜੀ ਆ ਚਵਲ ਕਿਹਨੂੰ ਕਹਿੰਦੇ ਆ ਵੱਧ ਚੌਲ ਖਾਣ ਵਾਲਿਆਂ ਨੂੰ ਕਹਿੰਦੇ ਆ ਬਈ ਬਾਲੇ ਕੋਈ ਵੇਲਾ ਸੀ ਜਦੋਂ ਨੀਲੂ ਦੇ ਦਾਦੇ ਦਾ ਰੋਹ ਵੇਖਣ ਵਾਲਾ ਸੀ ਮੈਂ ਕਿਹਾ ਬੱਸ 'ਚ ਚੜ੍ਹ ਕੇ ਸਵਾਰੀਆਂ ਦਾ ਤਰਾਹ ਕੱਢ ਦਿੰਦਾ ਸੀ ਓਏ ਬੰਦੇ ਦੇ ਪੁੱਤ ਬਣ ਕੇ ਬਹਿ ਜਾਓ ਖਬਰਦਾਰ ਜੇ ਕੋਈ ਆਪਣੀ ਸੀਟ ਤੋਂ ਹਿੱਲਿਆ ਮੈਂ ਛੱਲੀਆਂ ਲੈ ਕੇ ਆਪ ਤੁਹਾਡੇ ਕੋਲ ਆਊਂਗਾ 5 ਰੁਪਏ ਛੱਲੀ 5 ਰੁਪਏ ਛੱਲੀ ਆਇਆ ਭੈਣ ਜੀ 5 ਰੁਪਏ ਛੱਲੀ ਲਓ ਭਾਈ ਸਾਹਿਬ ਤੁਸੀਂ 5 ਰੁਪਏ ਛੱਲੀ ਕਰੀ ਜਾਓ ਬਕਵਾਸ ਬਈ ਇਹਦਾ ਦਾਦਾ ਐਡਾ ਸਕੀਮੀ ਸੀ ਕਿ ਬਾਜ਼ਾਰੋਂ ਸਬਜ਼ੀ ਹਮੇਸ਼ਾ ਮੁਫ਼ਤ ਲੈ ਕੇ ਆਉਂਦਾ ਸੀ ਉਹ ਕਿਵੇਂ ਜਾ ਕੇ ਕਹਿੰਦਾ ਸੀ 3 ਰੁਪਏ ਦਾ ਧਨੀਆ ਦੇ ਦਿਓ ਨਾਲ ਥੋੜੀ ਜਿਹੀ ਸਬਜ਼ੀ ਪਾ ਦਿਓ ਹਮੇਸ਼ਾ ਉਸ ਦੁਕਾਨ ਤੇ ਜਾਂਦਾ ਸੀ ਜਿੱਥੇ ਰਸ਼ ਹੁੰਦਾ ਸੀ ਸਬਜ਼ੀ ਵਾਲਾ ਜਿਹੜੀ ਵੀ ਸਬਜ਼ੀ ਵਿਖਾਉਂਦਾ ਸੀ ਜਦੋਂ ਹੀ ਕਹਿੰਦਾ ਸੀ ਕੱਲ ਦੀ ਆ ਆ ਵੀ ਕੱਲ ਦੀ ਆ ਅਖੀਰ ਨੂੰ ਅਗਲਾ ਆ ਕੇ ਕਹਿੰਦਾ ਸੀ ਲੈ ਜਾ ਦਫਾ ਹੋ ਯਾਰ ਗਾਹਕ ਨਾ ਖਰਾਬ ਕਰ ਐਡਾ ਕੰਜੂਸ ਸੀ ਕਿ ਮੱਝ ਗੋਹਾ ਕਰਦੀ ਹੁੰਦੀ ਸੀ ਉਹਨੂੰ ਵੇਖ ਵੇਖ ਕੇ ਝੂਰੀ ਜਾਂਦਾ ਹੁੰਦਾ ਸੀ ਭੈਣ ਜੀ ਕਰਨਾ ਕਰੀ ਚੱਲੋ ਵੈਸੇ ਹੈ ਫਜ਼ੂਲ ਖਰਚੀ ਆ ਐਡਾ ਸੂਮ ਇੱਕ ਦਿਨ ਬਾਜ਼ਾਰ 'ਚ ਤੁਰਿਆ ਜਾਵੇ ਇੱਕ ਅੱਖ 'ਤੇ ਹੱਥ ਰੱਖਿਆ ਹੋਇਆ ਮੈਂ ਕਿਹਾ ਬਿਸ਼ੰਬਰ ਜੀ ਕੀ ਗੱਲ ਅੱਖ 'ਤੇ ਸੱਟ ਲੱਗੀ ਆ ਨਹੀਂ ਦੁਖਣੀ ਆਈ ਆ ਨਹੀਂ ਭੂੰਡ ਲੜਿਆ ਨਹੀਂ ਫਿਰ ਹੱਥ ਕਿਉਂ ਰੱਖਿਆ ਕਹਿੰਦਾ ਜਦੋਂ ਇੱਕ ਕੰਮ ਦੇ ਰਹੀ ਆ ਫਿਰ ਦੂਜੀ ਅੱਖ ਜ਼ਰੂਰ ਵੇਸਟ ਕਰਨੀ ਆ ਨੀਲੂ ਜੀ ਇੰਨਾ ਸਬਰ ਅਜੇ ਤੱਕ ਬੈਠੇ ਹੀ ਹੋ ਜਿਹੜਾ ਇੰਨਾ ਕੁਝ ਸੁਣ ਕੇ ਵੀ ਨਹੀਂ ਉੱਠੀ ਕਿਤੇ ਚਿੰਗਮ 'ਤੇ ਤਾਂ ਨਹੀਂ ਬੈਠੀ ਸ਼ਰਮਾ ਜੀ ਹੁਣ ਮੈਂ ਕੀ ਕਹਾਂ ਇਹਨਾਂ ਨੂੰ ਕਈ ਵਾਰੀ ਮੈਂ ਸੋਚਦੀ ਹਾਂ ਕਿ ਜਦੋਂ ਆਪਾਂ ਨੂੰ ਕੋਈ ਚਾਹੁੰਦਾ ਹੀ ਨਹੀਂ ਆਪਾਂ ਕਿਉਂ ਆ ਜਾਂਦੇ ਹਾਂ ਇੱਥੇ ਓਏ ਪੁੱਤਰ ਖੁਸ਼ਨਸੀਬ ਹੋ ਤੁਮ ਜਿਨ੍ਹੇ ਹਮ ਇਤਨੀ ਸ਼ਿੱਦਤ ਸੇ ਚਾਹਤੇ ਹੈ
वरना हम तो वो शख्स हैं जो सपने में भी अपॉइंटमेंट से आते हैं। वेख लिया तुहाडा सुक्का हेज। ओए सुक्का साका कोई नहीं, अजमा के वेख ली। नीलू तू दिल मंगे, जान मंगे, जिस्म मंगे, धड़कन मंगे, आंखें मंगे, तेरे लिए सब हाजिर है। इन्ना मेहरबान? इहदे च मेहरबानी वाली कीड़ी गल आ? पंजे फिल्मां दीआं वीसीडीआं अलमारी च पईआं, जिहड़ी मर्जी चक के लै जावे। ਤੁਸੀਂ ਸਾਨੂੰ ਵੀਸੀਡੀਆਂ ਨਾ ਚਕਾਓ, ਜੇ ਛਕਾਉਣਾ ਤਾਂ ਪ੍ਰਸ਼ਾਦਾ ਛਕਾਓ, ਰੋਟੀ ਦਾ ਟਾਈਮ ਹੋ ਗਿਆ। ਪ੍ਰਸ਼ਾਦੇ ਛਕਾਉਣ ਨੂੰ ਅੰਦਰ ਘੁੰਡ ਵਾਲੀ ਬੈਠੀ ਆ, ਪਕਾ ਲਓ ਖਾ ਲਓ। ਘੁੰਡ ਵਾਲੀ ਤੁਸੀਂ ਭਜਾਈ ਆ, ਦਾਲ ਸਬਜ਼ੀ ਕਿਹੜੀ ਆ? ਦਾਲ ਸਬਜ਼ੀ ਭਾਲ ਦਾ, ਨੀਲੂ ਦੇ ਦਾਦੇ ਵਾਂਗੂ ਮੈਨੂੰ ਮੁਫ਼ਤ ਨਹੀਂ ਮਿਲਦੀ ਸਬਜ਼ੀ, ਪੈਸੇ ਖਰਚਣੇ ਪੈਂਦੇ ਆ ਪੈਸੇ। ਪਤਾ ਕਿੰਨੀ ਮਹਿੰਗੀ ਆ ਸਬਜ਼ੀ? ਮੈਨੂੰ ਕੀ ਸੁਣਾਉਂਦੇ ਹੋ, ਜਿਹੜੀ ਮਹਿੰਗੀ ਲਾਉਂਦਾ ਮਾਰੋ ਟੱਕਰ ਉਹਦੇ ਚ। ਮਾਰੀ ਸੀ ਟੱਕਰ, ਮੈਂ ਕਿਹਾ ਕਾਕਾ ਸਬਜ਼ੀਆਂ ਨੀ ਮਹਿੰਗੀ ਕੀਤੀ ਆ? ਕਹਿੰਦਾ ਜੀ ਅਸੀਂ ਕੀਤੀ ਆ, ਮੰਡੀਓਂ ਲਿਆਈ ਦੀ ਆ, ਠੇਕੇਦਾਰਾਂ ਨੂੰ ਪੁੱਛੋ। ਮੈਂ ਮੰਡੀ ਚਲਿਆ ਗਿਆ, ਮੈਂ ਕਿਹਾ ਭਾਈ ਸਬਜ਼ੀਆਂ ਨੀ ਮਹਿੰਗੀ ਕੀਤੀ ਆ? ਕਹਿੰਦਾ ਕਿ ਸਾਨੂੰ ਕੀ ਪੁੱਛਦੇ ਹੋ, ਸਰਕਾਰ ਨੂੰ ਪੁੱਛੋ। ਮੈਂ ਸਰਕਾਰ ਕੋਲ ਚਲਿਆ ਗਿਆ, ਮੈਂ ਕਿਹਾ ਜੀ ਸਬਜ਼ੀਆਂ ਨੀ ਮਹਿੰਗੀ ਕਿਉਂ ਆ? ਕਹਿੰਦਾ ਤੂੰ ਸਬਜ਼ੀ ਨੂੰ ਰੋਈ ਜਾਂਦਾ, ਸਬਜ਼ੀ ਤਾਂ ਮਹਿੰਗੀ ਹੋਣੀ ਆ, ਇਜ਼ਰਾਈਲ ਤੇ ਲਬਨਾਨ ਦੀ ਆਪਸ ਵਿੱਚ ਲੜਾਈ ਲੱਗੀ ਹੋਈ ਆ। ਭਲਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਲੜਾਈ 'ਚ ਉੱਥੇ ਬੰਬ ਚੱਲਦੇ ਸੀ ਕਿ ਚੱਪਣ ਕੱਦੂ ਚੱਲਦੇ ਸੀ, ਕਿਹੜੀ ਸਬਜ਼ੀ ਮਹਿੰਗੀ ਕੀਤੀ ਆ? ਇਕੱਲੀ ਸਬਜ਼ੀ ਕੀ, ਸਾਰੇ ਚੀਜ਼ਾਂ ਨੂੰ ਅੱਗ ਲੱਗੀ ਪਈ ਆ। ਮੈਂ ਕਿਹਾ ਜੀ ਪੁੱਛੋ ਨਾ, 12 ਦਾ ਆਟਾ ਤੇ 17 ਦੀ ਦਾਲ ਆ, ਡੀਜ਼ਲ ਤੇ ਪੈਟਰੋਲ ਨੇ ਕਰਤੇ ਲੋਕ ਕੰਗਾਲ ਆ, ਮੁਲਕ ਆਜ਼ਾਦ ਹੋਏ ਨੂੰ 59ਵੇਂ ਸਾਲ ਆ, ਸਰਕਾਰ ਭਾਵੇਂ ਕੋਈ ਆਵੇ ਗਰੀਬ ਦਾ ਬੁਰਾ ਹਾਲ ਆ, ਫਿਰ ਵੀ ਪਤਾ ਨੀ ਕਿਵੇਂ ਕਹੀ ਜਾਂਦੇ ਆ। ਸਾਨੂੰ ਤਾਂ ਜੀ ਅਵਾਰਡ ਮਿਲਿਆ, ਸਾਨੂੰ ਤਾਂ ਇੰਨਾ ਪਤਾ ਸਾਡਾ ਸੂਬਾ ਖੁਸ਼ਹਾਲ ਆ। ਚਾਚਾ ਜੀ ਐਵੇਂ ਨੀ ਹਰ ਵਾਰੀ ਸਰਕਾਰ ਨੂੰ ਭੰਡੀ ਜਾਈਦਾ, ਜਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਨੇ ਉਹਨਾਂ ਨੂੰ ਐਪਰੀਸ਼ੀਏਟ ਕਰੀਦਾ। ਜਿਹੜੀਆਂ ਸਸਤੀਆਂ ਹੋਈਆਂ ਨੇ ਉਹਨਾਂ ਦਾ ਨੀਲੂ ਨੂੰ ਕੀ ਭਾ? ਕਿਉਂ ਭਾ ਕਿਉਂ ਨੀ, ਮੈਨੂੰ ਦੱਸੋ ਜਿਹੜੀ ਚੀਜ਼ ਸਸਤੀ ਹੋਈ ਹੈ, ਹੁਣੇ ਫੜ ਕੇ ਲਿਆਵਾਂ। ਸ਼ਰਾਬ ਸਸਤੀ ਹੋਈ ਆ, ਬੋਤਲ ਫੜ ਲਿਆ, ਨਾਲ ਦੋ ਖਾਰੇ ਵੀ ਲਈ। ਕੋਈ ਸੰਗ ਕਰੋ। ਕਿਉਂ ਮੈਂ ਕੋਈ ਝੂਠ ਬੋਲਿਆ? ਉਹ ਇੱਕ ਪਾਸੇ ਜੰਗੀ ਪੱਧਰ ਤੇ ਨਸ਼ਿਆਂ ਖਿਲਾਫ ਪ੍ਰਚਾਰ ਆ, ਦੂਜੇ ਪਾਸੇ ਅਮਲੀਆਂ ਦੀ ਜੈ ਜੈਕਾਰ ਆ, ਕਿਉਂਕਿ ਹਰ ਪਾਸੇ ਨਸ਼ਿਆਂ ਦੀ ਭਰਮਾਰ ਆ। ਇਸ ਤੋਂ ਵੱਡਾ ਹੋਰ ਕੀ ਸਬੂਤ ਮਿਲ ਜੂ? ਪਿਛਲੇ ਸਾਲ ਜਿੱਥੇ ਇੱਕ ਇੱਕ ਠੇਕਾ ਸੀ ਐਤਕੀ, ਉੱਥੇ ਚਾਰ ਚਾਰ ਆ। ਫਿਰ ਵੀ ਪਤਾ ਨੀ ਕਿਵੇਂ ਕਹੀ ਜਾਂਦੇ ਆ, ਸਾਨੂੰ ਤਾਂ ਜੀ ਅਵਾਰਡ ਮਿਲਿਆ, ਸਾਨੂੰ ਤਾਂ ਇੰਨਾ ਪਤਾ ਸਾਡਾ ਸੂਬਾ ਖੁਸ਼ਹਾਲ ਆ। ਚਾਚਾ ਜੀ ਐਸੀ ਗੱਲ ਨੀ, ਸਰਕਾਰ ਵੱਲੋਂ ਪੁਲਿਸ ਨੂੰ ਨਸ਼ਾਬੰਦੀ ਬਾਰੇ ਸਖ਼ਤ ਹਦਾਇਤਾਂ ਨੇ। ਹਾਂ ਉਹ ਤਾਂ ਦਿੰਦਾ ਹੀ ਆ, ਪਰਸੋਂ ਇੱਕ ਥਾਣੇਦਾਰ ਜਣੇ ਖਣੇ ਦੇ ਚਪੇੜਾ ਮਾਰ ਮਾਰ ਹਵਾ ਲਾ ਚ ਤੁੰਨੀ ਜਾਵੇ। ਸਾਲੇ ਉਹ ਫੀਮ ਖਾਂਦੇ ਹੋ? ਨਹੀਂ ਜੀ। ਚਲੋ ਅੰਦਰ। ਤੁਸੀਂ ਵੀ ਫੀਮ ਖਾਂਦੇ ਹੋ? ਨਹੀਂ ਜੀ। ਚਲੋ ਅੰਦਰ। ਤੂੰ ਵੀ ਖਾਂਦਾ ਹੋ? ਨਹੀਂ ਜੀ। ਚੱਲ ਅੰਦਰ। ਤੁਹਾਡੇ ਚੋਂ ਕੋਈ ਵੀ ਨਹੀਂ ਖਾਂਦਾ? ਨਹੀਂ ਜੀ। ਮੈਂ ਵੀ ਕਹਾਂ ਸਾਡੀ ਵਿਕਦੀ ਕਿਉਂ ਨੀ? ਉਹ ਮੈਨੂੰ ਦੱਸੋ ਤਾਂ ਸਹੀ ਕਿ ਸਾਡਾ ਪੰਜਾਬ ਹੁਣ ਕਿਹੜੀ ਗੱਲੋਂ ਮੋਹਰੀ ਆ? ਵਾਕਈ ਸ਼ਰਮਾ ਜੀ, ਮੋਹਰੀ ਤਾਂ ਉਦੋਂ ਸੀ ਜਦੋਂ ਪੰਜਾਬ ਦੇ ਕਿਸਾਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਦੀ ਦਿਸ਼ਾ ਥੱਲੇ ਆਪਣੀ ਸਖਤ ਮਿਹਨਤ ਨਾਲ ਹਰਾ ਇਨਕਲਾਬ ਲਿਆਉਂਦਾ ਸੀ। ਫਿਰ ਹਰਾ ਇਨਕਲਾਬ ਲਿਆ ਕੇ ਪੰਜਾਬ ਦੇ ਕਿਸਾਨਾਂ ਨੇ ਕੀ ਖੱਟਿਆ? ਓਏ ਸਾਰੇ ਮੁਲਕ ਦੀ ਸਿਹਤ ਬਣਾ ਕੇ ਤੇ ਆਪਣੀ ਧਰਤ ਦੀ ਸਿਹਤ ਗਵਾ ਕੇ ਸਿਰਫ ਇੱਕ ਨਾਂ ਹੀ ਖੱਟਿਆ, ਅੰਨਦਾਤਾ। ਬਸ ਇੱਕ ਉਹਦਾ ਫੱਟਾ ਜੜਿਆ ਤੇ ਮੁੜ ਕੇ ਕਿਸੇ ਨੇ ਉਸ ਅੰਨਦਾਤਾ ਦੀ ਸਾਰ ਲਈ ਆ ਕਿ ਉਹ ਜਿਉਂਦਾ ਕਿ ਮਰਿਆ। ਚਾਚਾ ਜੀ ਕਿਸੇ ਨੇ ਐਵੇਂ ਨਹੀਂ ਕਿਹਾ, ਹੱਥੀ ਵਣਜ ਸੁਨੇਹੀ ਖੇਤੀ, ਕਦੇ ਨਾ ਹੁੰਦੀ ਬੱਤੀਓ ਤੇਤੀ, ਸੋ ਖੇਤੀ ਖਸਮਾ ਸੇਤੀ। ਓਏ ਹੁਣ ਤਾਂ ਖੇਤੀ ਕਰਨੀ ਹੋ ਗਈ ਔਖੀ, ਗੱਲ ਵਾਧੂ ਦਾ ਜੰਜਾਲ ਆ, ਫਸ ਗਏ ਜੱਟ ਝੋਨਾ ਲਾ ਕੇ ਬਿਜਲੀ ਦਾ ਕਾਲ ਆ, ਪਾਣੀ ਇੱਥੇ ਹੋ ਗਏ ਡੂੰਘੇ, ਸੁੱਕੇ ਪਏ ਖਾਲ ਆ, ਰਿਆਂ ਸਪਰਿਆਂ ਨੇ ਜੱਟ ਕਰਤਾ ਕੰਗਾਲ ਆ, ਕਰਜ਼ੇ ਚ ਫਸ ਗਿਆ ਉਹਦਾ ਵਾਲ ਵਾਲ ਆ, ਕਿਸੇ ਨੇ ਅੱਕ ਕੇ ਫਾਹਾ ਲੈ ਲਿਆ, ਕਿਸੇ ਨੇ ਮਾਰੀ ਨਹਿਰ ਚ ਛਾਲ ਆ। ਮੈਨੂੰ ਸਮਝ ਨਹੀਂ ਆਉਂਦੀ ਇਹ ਕਿਵੇਂ ਕਹੀ ਜਾਂਦੇ ਜੀ, ਸਾਨੂੰ ਤਾਂ ਅਵਾਰਡ ਮਿਲਿਆ, ਸਾਨੂੰ ਤਾਂ ਇੰਨਾ ਪਤਾ ਕਿ ਸਾਡਾ ਸੂਬਾ ਖੁਸ਼ਹਾਲ ਆ। ਸੂਰੇ ਸਿਰ ਤੋਂ ਮੁੜ ਚੱਲਿਆ ਈ, ਮੁੜ ਚੱਲਿਆ ਸੂਰੇ ਤੇ ਮੁੜ ਜਾਂ ਤੇ ਮੈਂ ਸੂਰੇ ਨੂੰ ਰੱਸਾ ਪਾਉਣਾ ਜਾ ਕੇ ਯਾਰ। ਰੱਸਾ ਤੇ ਮੈਂ ਪਾਉ ਤੇਰੇ ਗਲ ਚ। ਵਾਹ ਜੀ ਵਾਹ, ਇੱਕ ਦੋ ਤੋਲੇ ਦੀ ਚੈਨੀ ਕਹੀ ਸੋਨੇ ਦੀ, ਉਹ ਤੇ ਅੱਜ ਤੱਕ ਤੁਹਾਡੇ ਕੋਲੋਂ ਪਈ ਨੀ, ਰੱਸਾ ਜ਼ਰੂਰ ਪਾ ਦਿਓਗੇ ਤੁਸੀਂ ਮੇਰੇ ਕੋਲ? ਬਾਈ ਕੋਟ ਜੇ ਚੁਆਇਸ ਹੁੰਦੀ ਨਾ ਤੇ ਮੈਂ ਇਹੋ ਜਿਹੇ ਕੰਜੂਸ ਮਾਂ ਪਿਓ ਦੇ ਘਰ ਕਦੀ ਵੀ ਨਾ ਜੰਮਦਾ। ਮੇਰੀ ਤੇ ਖਰੇ ਤੁਸੀਂ ਵਧਾਈ ਵੀ ਦਿੱਤੀ ਕਿ ਨਹੀਂ ਖੁਸਰਿਆਂ ਨੂੰ ਜੰਮਣ ਦੀ? ਮੈਂ ਤੇ ਅਜੇ ਵੀ ਜਦੋਂ ਕਿਤੇ ਖੁਸਰੇ ਰਾਏ ਬਰਾਏ ਮਿਲ ਪੈਂਦੇ ਮਿਹਣੇ ਮਾਰਦੇ ਆ, ਕਾਕਾ ਤੇਰੇ ਪੈਸੇ ਨੀ ਆਏ, ਤੇਰੇ ਪੈਸੇ ਨੀ ਆਏ। ਉਹ ਠੀਕਾ, ਜੇ 2 ਘੰਟੇ ਖੁਸਰਿਆਂ ਨਾਲ ਜਾ ਕੇ ਢੋਲਕੀ ਕੁੱਟੇ ਨਾ, 250 ਲੈ ਕੇ ਮੁੜੇ ਸ਼ਾਮ ਨੂੰ। ਅਦਕੇ ਜਾਵਾਂ ਇਹੋ ਜਿਹੇ ਮਾਂ ਪਿਓ ਦੇ ਖੁਸਰਿਆਂ ਨਾਲ ਭੇਜਣ ਦੇ ਨੇ ਜਵਾਨ ਜਹਾਨ ਪੁੱਤਰ ਨੂੰ? ਮੇਰੇ ਵਿਆਹ ਦੇ ਖੁਸਰੇ ਨਾ ਨਜਾਇਓ, ਮੈਨੂੰ ਭੇਜਿਓ। ਉਹ ਤੈਨੂੰ ਕਿਹੜਾ ਕੁੜੀ ਦੇ ਦੂਗਾ ਓਏ ਵਿਹਲੜ ਨੂੰ? ਅੱਛਾ ਜੀ, ਤੇ ਤੁਹਾਨੂੰ ਨਹੀਂ ਕਿਸੇ ਨੇ ਆ ਦਿੱਤੀ ਜਿਹੜੀ ਤੋਸੇ ਪਕਾਪਕਾ ਖਵਾਉਣ ਡਈ ਤੁਹਾਨੂੰ? ਬਸ਼ਰਮਾ, ਮੈਂ ਕੰਮ ਕਰਦਾ ਸੀ, ਵਿਹਲੜ ਨਹੀਂ ਸੀ ਤੇਰੇ ਵਾਂਗੂ।
ਯਾਰ ਉੱਠਣ ਤੋਂ ਪਹਿਲਾਂ ਕੋਈ ਰੋਟੀ ਪਾਣੀ ਤੇ ਖਵਾ ਦਿਆ ਕਰੋ। ਇੰਨੀ ਵੀ ਨੀ ਸਮਝ ਆਉਂਦੀ ਵੀ ਜਵਾਕ ਨੇ ਰਾਤ ਦੀ ਰੋਟੀ ਖਾਧੀ। ਬਿਨਾਂ ਰੋਟੀ ਖਾਧੇ 16-17 ਘੰਟੇ ਸੌਣਾ ਛੋਟੀ ਗੱਲ ਹੈ? ਆਹੋ ਜੀ, ਬਹੁਤ ਵੱਡੀ ਗੱਲ ਆ। ਸੁਣਦੀ ਐ, ਆਪਣੇ ਪੁੱਤ ਨੂੰ ਮੈਡਲ ਦਵਾ 26 ਜਨਵਰੀ ਤੇ, ਹਾਥੀ ਤੇ ਚੜਾ ਕੇ। ਭੁੱਖਾ ਸੁੱਤਾ ਉੱਠਿਆ ਵਿਚਾਰਾ, ਜਮਲ ਕਿਸੇ ਥਾਂ ਦਾ। ਓਏ ਮੈਂ ਕੀ ਜੰਮ ਲਿਆ, ਮੈਨੂੰ ਤੇ ਆਪ ਨਹੀਂ ਪਤਾ ਲੱਗਦਾ ਪਿਆ। ਟੈਸਟ ਕਰਾ ਕੇ ਜੰਮਣਾ ਸੀ। ਓਏ ਤੇਰਾ ਪਿਓ, ਓਏ ਪਿਓ 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 ਵੇਖ, 5 ਫੁੱਟ 5 ਇੰਚ ਦਾ ਪਿਓ ਏ ਮੇਰਾ, ਤੇ ਪਿਓ 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 ਕਹਿ ਕੇ ਕੋਠੇ ਜਿੱਡਾ ਕਰ ਦਿੰਦੇ ਹੋ ਮੰਮੀ ਜੀ ਤੁਸੀਂ। ਬੋਲੀ ਜਾਂਦੇ ਮਾਂ, ਮੇਰੇ ਜ਼ਮੀਰ ਨੂੰ ਸੁੱਤਾ ਰਹਿਣ ਦਿਓ, ਨਾ ਜਗਾਓ ਜ਼ਮੀਰ ਮੇਰਾ। ਜੇ ਮੇਰੇ ਅੰਦਰ ਦਾ ਜ਼ਮੀਰ ਜਾਗ ਗਿਆ ਨਾ ਮਾਂ, ਕਸਮ ਖਾ ਕੇ ਕਹਿੰਦਾ ਮਾਂ, ਮੇਰੀ ਸ਼ਕਲ ਵੇਖਣ ਨੂੰ ਤਰਸ ਜਾਓਗੇ ਤੁਸੀਂ। ਮੈਨੂੰ ਤਾਂ ਤੁਹਾਡੀ ਇੱਕ ਗੱਲ ਨਹੀਂ ਸਮਝ ਆਉਂਦੀ ਯਾਰ, ਤੁਹਾਡੀ ਇਕਲੌਤੀ ਸੰਤਾਨ ਆ ਮੈਂ, 24 ਘੰਟੇ ਕੰਮ 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 ਕੰਮ। ਉਹ ਕੀ ਕਰਨਾ ਤੁਸੀਂ ਮੇਰੇ ਕੋਲੋਂ ਕੰਮ ਕਰਾ ਕੇ? ਇੱਕੋ ਇੱਕ ਪੁੱਤਰ ਆ ਤੁਹਾਡਾ ਮੈਂ, ਉਹ ਤੁਸੀਂ ਤੇ ਮੇਰਾ ਲੰਘਦੇ ਵੜਦੇ ਦਾ ਬਸ ਮੂੰਹ ਚੁੰਮਿਆਂ ਚੱਟਿਆ ਕਰੋ, ਇੱਧਰੋਂ ਲੰਘਾ ਇੱਧਰੋਂ ਲੰਘਾ ਪੁੱਛ ਪੁੱਛ ਕਰਿਆ ਕਰੋ। ਤੁਸੀਂ ਮੇਰੇ ਕੋਲ ਕੰਮ ਕਰਾ ਕੇ ਕੀ ਲੈਣਾ ਮੈਂ? ਜਿੱਦਣ ਮੈਂ ਬਿਜ਼ੀ ਹੋ ਗਿਆ ਨਾ, ਜਿੱਦਣ ਮੈਂ ਕਿਸੇ ਕੰਮ ਧੰਦੇ ਲੱਗ ਗਿਆ, ਸ਼ਕਲ ਵੇਖਣ ਨੂੰ ਤਰਸ ਜਾਓਗੇ ਮੇਰੀ, ਜਹਾਜ਼ਾਂ 'ਚ ਲੰਘਿਆ ਕਰਾਂਗਾ ਉੱਪਰ ਦੀ ਮੈਂ, ਕੋਠੇ 'ਤੇ ਚੜ ਚੜ ਜਹਾਜ਼ ਵੇਖਿਆ ਕਰੋਗੇ। ਆਓ ਜਾਂਦਾ ਪੁੱਤਰ ਸਾਡੇ ਦਾ ਜਹਾਜ਼, ਡੈਡੀ ਸ਼ਬਦ ਸੁਣਨ ਨੂੰ ਤਰਸ ਜਾਓਗੇ। ਡੈਡੀ, ਉਹ ਤੂੰ ਡੈਡੀ ਛੱਡ, ਤੂੰ ਮੈਨੂੰ ਡੱਡੂ ਕਹਿ ਲਈ, ਪਰ ਕੋਈ ਕੰਮ ਧੰਦਾ ਕਰ ਮਰ। ਕਿਹੜਾ ਕੰਮ ਕਰਾਂ ਦੱਸੋ? ਇਸ ਵੇਲੇ ਮੈਂ ਜਾ ਕੇ ਸੜਕ ਦੇ ਉੱਤੇ ਬਰਫ਼ ਦਾ ਫੱਟਾ ਲਾ ਲਵਾਂ ਮੈਂ, ਅਤੇ ਸਾਈਂ ਦਾ ਸਕੂਲ ਦੇ ਬਾਹਰ ਡੋਰਾਂ ਲਾਵਾਂ ਜਾ ਕੇ, ਮੈਂ ਤਰਾਂ ਲਾ ਲਵਾਂ ਪਟੇਲ ਚੌਂਕ ਦੇ ਵਿੱਚ, ਕਿ ਚੂਚੇ ਵੇਚਾਂ ਪਿੰਡਾਂ 'ਚ ਜਾ ਕੇ ਮੈਂ। ਕਰ ਲਾਂਗੇ ਕੰਮ ਵੀ, ਕੰਮ ਤਾਂ ਮੈਂ ਐਸਾ ਕਰਾਂਗਾ ਨਾ ਡੈਡੀ, ਸਾਰੀ ਦੁਨੀਆ ਵੇਖੇਗੀ। ਐਸਾ ਕਿਹੜਾ ਕੰਮ ਹੈ ਪੁੱਤਰ? ਇਹੀ ਤੇ ਤੱਕ ਮੈਨੂੰ ਸਮਝ ਨਹੀਂ ਆਉਂਦੀ ਡੈਡੀ, ਵੀ ਐਸਾ ਕਿਹੜਾ ਕੰਮ ਕਰਾਂ ਮੈਂ। ਸੋਚੀ ਜਾਏ, ਹੱਥੀ ਨਾ ਕਰੀ ਕੁਝ। ਗੱਲਾਂ ਨਾਲ ਕੰਮ ਨਹੀਂ ਹੁੰਦੇ, ਲਿਆਓ ਪੈਸਾ, ਦੇਖਿਓ ਰਾਤੋਂ ਰਾਤ ਕਿੱਦਾਂ ਡਬਲ ਕਰਦਾ ਮੈਂ। ਪੈਸਿਆਂ ਨਾਲ ਹੀ ਕੰਮ ਖਿਲਾਵਾਂਗੇ, ਹੋਰ ਤੈਨੂੰ ਠੀਕਰੀਆਂ ਨਹੀਂ ਦੇਣ ਲੱਗੇ। ਲਿਆ ਅੰਦਰੋਂ 20,000 ਰੁਪਈਆ, ਮਾਰ ਮੱਥੇ ਇਹਦੇ। 20,000? ਇੰਨਾ ਪੈਸਾ? 20,000 ਰੁਪਏ ਦਾ ਸ਼ਟਰ ਲੱਗਦਾ ਕਿਸੇ ਦੁਕਾਨ ਨੂੰ, ਅਤੇ ਜੋ ਸ਼ਟਰ ਚੁੱਕਣਾ ਹੋਵੇ ਤਾਂ ਦੁਕਾਨ 'ਤੇ ਬੜੇ ਪੈਸੇ ਲੱਗਦੇ ਨੇ। ਉਹ ਯਾਰ, ਤੁਸੀਂ ਮੇਰੇ ਕੋਲੋਂ ਕੋਈ ਕਾਰੋਬਾਰ ਕਰਾਉਣਾ, ਬਿਜ਼ਨਸ ਕਰਾਉਣਾ, 25-30 ਲੱਖ ਰੁਪਈਏ ਤਾਂ ਦਿਓ ਮੈਨੂੰ। ਉਹ 25-30 ਲੱਖ ਰੁਪਈਏ ਦਾ ਤੂੰ ਕੀ ਗੋਲਾ ਬਰੂਦ ਲਿਆ ਕੇ ਵੇਚਣਾ ਹੋਏ? ਦਿਓ ਮੁੰਡੇ ਨੂੰ 25-30 ਲੱਖ ਰੁਪਈਆ, ਕੋਈ ਬਹੁਤਾ ਹੈ ਕੰਮ ਕਰਨ ਵਾਸਤੇ? ਦਿਓ ਉਹਨੂੰ, ਤੁਸੀਂ ਅੱਗ ਲਾ ਕੇ ਫੂਕਣੇ ਪੈਸੇ ਨੂੰ, ਦਿਓ ਉਹਨੂੰ ਕੋਈ ਕੰਮ ਕੁੰਮ ਕਰੇ। ਉਹ ਕਿਉਂ ਰਿਸਕ ਲਈ ਜਾਂਦੀ ਆ, ਕਿਉਂ ਰਿਸਕ ਲਈ ਜਾਂਦੀ ਆ? ਮੈਨੂੰ ਪੱਕਾ ਪਤਾ ਇਹਨੇ ਕੋਈ ਕੰਮ ਨਹੀਂ ਕਰਨਾ। ਜੇ ਤੁਹਾਨੂੰ ਪੱਕਾ ਹੀ ਪਤਾ ਮੈਂ ਕੋਈ ਕੰਮ ਨਹੀਂ ਕਰਨਾ, ਤਾਂ ਕਿਉਂ ਮੇਰੀ ਨੀਂਦ ਖਰਾਬ ਕਰਦੇ ਹੁੰਦੇ? ਮੈਨੂੰ ਤਾਂ ਸੌਣ ਦਿਓ। ਜੇ ਗੱਲ ਆ ਨਾ, ਤਾਂ ਮੈਂ ਅੱਜ ਹੀ ਤੇਰੇ ਅਕਾਊਂਟ 'ਚ 25 ਲੱਖ ਰੁਪਈਆ ਟ੍ਰਾਂਸਫਰ ਕਰਾ ਦੇਣਾ। ਪਰ ਮੇਰੀ ਇੱਕ ਗੱਲ ਸੁਣ ਲਾ, ਜੇ 25 'ਚੋਂ 1 54 ਵੀ ਘਟੀ ਨਾ, ਤਾਂ ਘਰ ਨਾ ਵੜੀ ਫਿਰ। ਹਾਂ ਲੈ ਦੱਸ, ਮੇਰਾ ਦਿਮਾਗ ਖਰਾਬ ਹੈ? ਮੇਰੇ ਕੋਲ 25 ਲੱਖ ਰੁਪਈਆ ਹੋਵੇ ਤਾਂ ਮੈਂ ਘਰ ਵੜਾਂ? ਮੰਮੀ ਜੀ, ਤੁਸੀਂ ਫਿਕਰ ਨਾ ਕਰਿਓ, ਮੈਂ ਹੁਣ ਉਦੋਂ ਤੱਕ ਘਰ ਨਹੀਂ ਵੜਾਂਗਾ ਜਦੋਂ ਤੱਕ 25 ਲੱਖ ਰੁਪਈਆ ਮੁੱਕ ਨਾ ਗਿਆ। ਕੋਈ ਆਊਟ ਨਹੀਂ, ਦੇਖੋ ਜੀ, ਟ੍ਰਾਈ ਬਾਲ ਸੀਗੀ, ਟ੍ਰਾਈ ਬਾਲ। ਭਾਜੀ ਤੁਸੀਂ 20 ਬਾਲਾਂ ਖੇਡ ਲਿਆ, ਹੁਣ ਕਾਹਦੀ ਟ੍ਰਾਈ ਬਾਲ? ਦੱਸ ਨਾ ਮੇਰੀ, ਮੈਨੂੰ ਪਤਾ ਕਿ ਪਹਿਲੀ ਬਾਲ ਟ੍ਰਾਈ ਬਾਲ ਹੁੰਦੀ ਹੈ, ਪਰ ਮੈਂ ਪਹਿਲੀ ਬਾਲ ਕੋਈ ਟ੍ਰਾਈ ਬਾਲ ਖੇਡਿਆ ਸੀ? ਨਹੀਂ ਖੇਡਿਆ ਸੀ ਨਾ, ਸੋ ਮੇਰੀ ਇਹ ਬਾਲ ਟ੍ਰਾਈ ਬਾਲ ਹੈ। ਹਾਂ ਹਾਂ, ਚਲੋ ਬਾਲਿੰਗ ਕਰੋ, ਬਾਲਿੰਗ, ਕੋਈ ਆਊਟ ਨਹੀਂ ਹੈਗਾ। ਤੁਸੀਂ ਭਾਜੀ ਰੋਂਦੇ ਬਾਹਰ ਹੋ, ਭਾਜੀ ਤੁਸੀਂ ਚੀਟਿੰਗ ਕਿਉਂ ਕਰਦੇ ਹੋ? ਤੁਹਾਨੂੰ ਸ਼ਰਮ ਨਹੀਂ ਆਉਂਦੀ ਬੱਚਾ ਰੋਂ ਡਿਬੜਦੇ ਹੋ? ਭਾਜੀ ਸਮਾਨ ਢੱਡੇ ਨਾਲ ਨਾ ਹੁੰਦਾ ਜੀ, ਤੁਹਾਨੂੰ ਖਿਡਾਉਣੇ ਨਾ, ਛੱਡੋ ਯਾਰ, ਘਰ ਚੱਲੀਏ। ਯਾਰ ਹੈਲੋ, ਕਮਾਲ ਦੇ ਬੰਦੇ ਯਾਰ, ਦੱਸ ਯਾਰ। ਓ ਬਿੱਲੂ, ਇੱਧਰ। ਓ ਤੂੰ ਅੱਜ ਕੱਲ ਖੇਡਣ ਨਹੀਂ ਆਉਂਦਾ ਓਏ? ਓ ਖੇਡਣ ਦੇ ਦਿਨ ਗਏ ਭਰਾ, ਕੰਮ ਤੇ ਲੱਗ ਗਿਆ ਅੱਜ ਕੱਲ ਕਿਤਾਬਾਂ ਦੀ ਦੁਕਾਨ ਤੇ। ਉਹ ਇੰਨੀਆਂ ਕਿਤਾਬਾਂ ਪੜ੍ਹ ਕੇ ਤੇ ਹੁਣ ਕਿਤਾਬਾਂ ਦੀ ਦੁਕਾਨ ਤੇ ਲੱਗ ਗਿਆ? ਇਹਨੂੰ ਗਰੀਬੀ ਕਹਿੰਦੇ ਭਰਾਵਾ, ਕਰਨਾ ਤੇ ਮੈਂ ਬਹੁਤ ਕੁਛ ਚਾਹੁੰਦਾ ਸੀ,
ਰੱਬ ਨੇ ਮੌਕਾ ਨਹੀਂ ਦਿੱਤਾ। ਦਾਦਾ ਮੈਨੂੰ ਰੱਬ ਨੇ ਮੌਕਾ ਹੀ ਬੜਾ ਦਿੱਤਾ, ਪਰ ਮੈਂ ਕਰਨਾ ਹੀ ਕੁਛ ਨਹੀਂ ਚਾਹੁੰਦਾ। ਤੂੰ ਆਪਣੇ ਡੈਡੀ ਦੇ ਰਾਜ ਚ ਐਸ਼ ਕਰ ਭਰਾ। ਹੈ ਤਾਂ ਭਰਾਵਾ ਡੈਡੀ ਦਾ ਹੀ ਰਾਜ ਹੈ, ਪਰ ਡੈਡੀ ਅੱਜ ਕੱਲ੍ਹ ਨਾਰਾਜ਼ ਹੈ। ਉਹ 25 ਲੱਖ ਰੁਪਈਆ ਮੇਰੇ ਅਕਾਊਂਟ 'ਚ ਪਵਾਤਾ ਤੇ ਕਹਿੰਦੇ ਕੋਈ ਕੰਮ ਕਰਕੇ ਵਿਖਾ। ਤੈਨੂੰ ਪਤਾ ਕੰਮ ਤਾਂ ਮੈਨੂੰ ਇੱਕੋ ਹੀ ਆਉਂਦਾ। ਉਹ ਕਿਹੜਾ ਕੰਮ ਹੈ? ਸੌਣਾ। ਸੌ ਜਾ ਕੇ ਕੰਮ ਕਰ। ਸੌ ਜਾ ਕੇ ਉਹ ਕੰਮ ਕਰ। ਸੌ ਜਾ ਕੇ ਤੂੰ ਕੰਮ ਕਰ। ਸੌ ਜਾ ਕੇ ਕੰਮ ਕਰ। ਸੌ ਜਾ ਕੇ ਬੇਟੇ ਬਾਲ ਕਰਾਏਗਾ ਬਾਲ। ਮਾਲ ਹੋ ਗਈ ਯਾਰ। ਵੇ ਕਿੱਦਾਂ ਸੁੱਤਾ ਪਿਆ, ਜਿੱਦਾਂ ਨਾ ਕਮੇਟੀ ਵਾਲਿਆਂ ਨੇ ਕੁੱਤਾ ਮਾਰ ਕੇ ਸੁੱਟਿਆ ਹੁੰਦਾ। ਵੇ ਬਸ਼ਰਮਾ ਤੂੰ ਅੱਜ ਫੇਰ ਸੁੱਤਾ ਪਿਆ। ਕੀ ਮਤਲਬ ਅੱਜ ਫੇਰ ਸੁੱਤਾ ਪਿਆ? ਤੁਸੀਂ ਮਹੀਨੇ ਚ ਇੱਕ ਦਿਨ ਸੌਂਦੇ ਹੋ। ਤੂੰ ਤੇ ਕੱਲ ਕਿਹਾ ਸੀ ਕਿ ਮੈਂ ਰਾਤੋਂ ਰਾਤ ਤੁਹਾਡਾ ਪੈਸਾ ਡਬਲ ਕਰ ਦਿਆਂਗਾ। ਅੱਜ ਰਾਤ ਪਿਆ ਤੇ ਲੈਣ ਦਿਓ, 10:30 ਸਵੇਰ ਦੇ 11:15 ਹੋਏ ਨੇ, ਤੁਸੀਂ ਮੈਨੂੰ ਹੁਣ ਠਾ ਦਿੱਤਾ ਆ ਕੇ ਰਾਤੀ ਕਰ। ਮੈਂ ਰਾਤ ਉਹਦੀ ਗੱਲ ਕਰਨੀ ਪਈ ਆ ਜਿਹੜੀ ਬੀਤ ਗਈ, ਬੀਤ ਗਈ ਉਹਦੀ। ਓਏ ਉੱਠ ਜਾ ਬਸ਼ਰਮਾ, ਉੱਠ ਜਾ। ਉਹ ਹੁਣ ਤੇ 25 ਲੱਖ ਰੁਪਈਆ ਵੀ ਤੇਰੇ ਖਾਤੇ 'ਚ ਜਮ੍ਹਾਂ ਕਰਤਾ, ਹੁਣ ਤੇ ਕਿਸੇ ਕੰਮ ਧੰਦੇ ਬਾਰੇ ਸੋਚ। ਤੇ ਕੰਮ ਧੰਦੇ ਬਾਰੇ ਸੋਚਦਾ ਰਿਹਾ ਸਾਰੀ ਰਾਤ, ਮੈਨੂੰ ਤਾਂ ਨੀਂਦ ਨਹੀਂ ਆਈ। ਹੁਣ ਮਾਸਾ ਕਿਤੇ ਅੱਖ ਲੱਗੀ ਮੇਰੀ, ਤੁਸੀਂ ਆ ਕੇ ਠਾਤਾ, ਤੁਸੀਂ ਨੀ ਬਿਜ਼ਨਸ ਚੱਲਣ ਦੇਣਾ ਮੇਰਾ ਕੋਈ। ਤੈਨੂੰ ਨੀਂਦ ਨਹੀਂ ਆਈ? ਉਹ ਟੀਠਾ, ਉਹ ਤੈਨੂੰ ਪਤਾ ਆ ਰਾਤ ਤੇਰੇ ਕਮਰੇ 'ਚ ਸੱਪ ਆ ਗਿਆ ਸੀ, ਜੋਗੀ ਨੂੰ ਬੁਲਾ ਕੇ 1.5 ਘੰਟਾ ਬੀਨ ਵਜਵਾਈ ਆ, ਤਾਂ ਜਾ ਕੇ ਸੱਪ ਫੜਿਆ ਗਿਆ, ਤੇ ਇਹਨੂੰ ਨੀਂਦ ਨਹੀਂ ਆਈ ਵੱਡੇ ਨੂੰ। ਤੁਸੀਂ ਆਪ ਦੱਸੋ, ਜਿਹਦੇ ਸਿਰਾਣੇ 1.5 ਘੰਟਾ ਬੀਣ ਵੱਜਦੀ ਰਹੀ ਹੋਵੇ, ਉਹਨੂੰ ਨੀਂਦ ਆ ਸਕਦੀ ਕਦੀ? ਇੰਨੀ ਡਿਸਟਰਬੈਂਸ ਵਿੱਚ ਕਿਹੜਾ ਸੌਵੇਂ? ਨਾਲੇ ਤੁਹਾਨੂੰ ਇੱਕ ਗੱਲ ਦਾ ਪਤਾ, ਸੱਪ ਕਿੱਥੇ ਆਉਂਦੇ ਨੇ? ਜਿੱਥੇ ਧਨ ਦੌਲਤ ਹੁੰਦੀ ਹੈ। ਉਹ ਜਿਹੜੀ ਚੀਜ਼ ਸੱਪ ਨੂੰ ਸਮਝ ਆ ਗਈ ਵੀ ਮੈਂ ਕਰੋੜਪਤੀ ਬਣਨ ਵਾਲਾ, ਮੇਰੇ ਕੋਲ ਪੈਸਾ ਆਉਣ ਵਾਲਾ, ਤੁਹਾਨੂੰ ਨੀ ਉਹ ਗੱਲ ਪਤਾ ਲੱਗੀ ਜਿਹੜੀ ਸੱਪ ਨੂੰ ਪਤਾ ਲੱਗ ਗਈ? ਹੈਂ, ਨਾਲੇ ਗੱਲ ਸੁਣੋ, ਹਰ ਵੇਲੇ ਨੀਂਦ ਦੇ ਰਹਿੰਦੇ ਹੋ, ਨੌਲਦੇ ਰਹਿੰਦੇ ਹੋ ਨਾ ਮੈਨੂੰ। ਇਹੋ ਜਿਹੀ ਔਲਾਦ, ਇਹੋ ਜਿਹੀ ਸੰਤਾਨ ਹੱਥ 'ਚ ਸੂਰਜ ਰੱਖ ਕੇ ਵੀ ਲੱਭਣ ਜਾਓਗੇ ਨਾ, ਕਦੀ ਨਹੀਂ ਲੱਭ ਸਕਦੀ। ਤੁਹਾਨੂੰ ਮੈਂ ਦੱਸਾਂ, ਨਾ ਮੈਨੂੰ ਕੋਈ ਐਬ, ਨਾ ਕੋਈ ਜੂਏਬਾਜ਼ੀ, ਨਾ ਕੋਈ ਸੱਟੇਬਾਜ਼ੀ, ਨਾ ਕੋਈ ਨਸ਼ੇਬਾਜ਼ੀ। ਹਾਏ ਮੈਂ ਮਰ ਗਈ ਵੀ, ਆ ਕੀ ਹੈ? ਸਰਾਣਾ, ਸਰਾਣਾ, ਸਰਾਣਾ ਨਹੀਂ, ਸਰਾਣੇ ਦੇ ਥੱਲੇ ਆ ਕੀ ਆ ਬੋਲ। ਸ਼ਰਾਬ ਹੈ, ਪਰ ਮੈਂ ਦੇਖੋ ਇਹ ਤਾਂ ਕੱਲ ਗਿਆ ਸੀ ਨਾ ਮੇਲੇ 'ਚ, ਮੇਲੇ 'ਚ ਉਹ ਰਿੰਗ ਪਾਈ ਦੇ ਆ 5 ਰੁਪਏ ਦੇ 3 ਰਿੰਗ, ਤੇ ਜਿਹੜੀ ਚੀਜ਼ 'ਚ ਰਿੰਗ ਪੈ ਜਾਂਦਾ ਉਹ ਚੀਜ਼ ਤੁਹਾਡੀ ਹੋ ਜਾਂਦੀ ਹੈ, ਤੇ ਮਤਲਬ ਇਹ ਰਿੰਗ ਮੈਂ ਪਾਇਆ ਤੇ ਮੇਰਾ ਇਹਦੇ 'ਤੇ ਪੈ ਗਿਆ ਰਿੰਗ, ਤੇ ਮੈਂ ਲੈ ਜਾਂਦਾ, ਮੈਂ ਚਲੋ ਇਨਾਮ ਦਾ ਤੇ ਥੱਪੜ ਹੀ ਬਹੁਤ ਹੁੰਦਾ ਹੈ। ਨਿਕਲਿਆ ਮੈਂ, ਮਤਲਬ ਪੀਤੀ ਤਾਂ ਨਹੀਂ, ਵੇਖ ਲਓ ਭਰੀ ਪਈ ਹੈ, ਮੈਂ ਨਹੀਂ ਪੀਤੀ। ਫੜ ਲਓ, ਤੁਹਾਡੇ ਪੁੱਤਰ ਦੀ ਪਹਿਲੀ ਕਮਾਈ ਹੈ। ਦੇਖ ਲਿਆ ਇਹੋ ਜਿਹੀ ਗੰਦੀ ਔਲਾਦ ਜੰਮਣ ਦਾ ਨਤੀਜਾ? ਨਾ, ਔਲਾਦ ਮੇਰੇ ਇਕੱਲੇ ਦੀ ਹੈ, ਮੈਂ ਦਾਜ 'ਚ ਲੈ ਕੇ ਆਈ ਸਾਂ ਪੇਕਿਆਂ ਤੋਂ। ਕਿਤੇ ਤੇਰੇ ਲਾਡ ਪਿਆਰ ਨੇ ਵਿਗਾੜਿਆ ਇਹਨੂੰ। ਹਾਂ, ਜੇ ਪੁੱਤ ਚੰਗਾ ਨਿਕਲਾਵੇ ਤੇ ਉਹ ਪਿਓ ਦਾ, ਜੇ ਪੁੱਤ ਮਾੜਾ ਨਿਕਲਾਵੇ ਤੇ ਉਹ ਮਾਂ ਦਾ। ਮੰਮੀ ਤੁਸੀਂ ਘਰ ਹੋਈ ਜਾਂਦੇ ਐਵੇਂ, ਤੁਹਾਨੂੰ ਤਾਂ ਪਤਾ ਡੈਡੀ ਦੀ ਆਦਤ ਹੈ ਕਿੱਦਾਂ ਦੀਆਂ ਜੱਬੜੀਆਂ ਮਾਰਨ ਦੀ। ਮੈਂ ਸਮਝਾਵਾਂਗਾ ਇਹਨਾਂ ਨੂੰ, ਫਿਕਰ ਨਾ ਕਰੋ ਤੁਸੀਂ। ਬਕਵਾਸ ਨਾ ਕਰ ਤੂੰ ਵੀ ਬੋਤੀ, ਜੇ ਤੂੰ ਕਾਸੇ ਜੋਗਾ ਹੁੰਦਾ ਤੇ ਮੇਰੇ ਸਿਰ 'ਚ ਖੇ ਕਿਉਂ ਪੈਂਦੀ? ਜਣਾ ਖਣਾ ਉੱਠ ਕੇ ਤੇ ਮੈਨੂੰ ਤੇਰੀਆਂ ਗੱਲਾਂ ਕਰਦਾ ਰਹਿੰਦਾ। ਬਸ ਕਰੋ ਯਾਰ, ਕੀ ਕਰੀ ਜਾਂਦੇ ਤੁਸੀਂ? ਅੱਛਾ ਗੱਲ ਸੁਣੋ, ਗੱਲ ਸੁਣੋ ਮੇਰੀ। ਆਹ ਦੇਖੋ, ਅੱਜ ਮੈਂ ਤੁਹਾਡੇ ਸਿਰ ਦੀ ਸੌਂ ਖਾ ਕੇ ਕਹਿੰਦਾ, ਅੱਜ ਤੋਂ ਬਾਅਦ ਇਸ ਘਰ 'ਚ ਹੁਣ ਮੈਂ ਉਦੋਂ ਹੀ ਵੜਾਂਗਾ ਜਦੋਂ ਮੈਂ ਕੁਛ ਕਰਕੇ ਵਿਖਾਵਾਂਗਾ। ਕਰਕੇ ਵਿਖਾਊਗਾ ਇਹ ਵੱਡਾ ਕੋਈ ਕਾਰਨਾਮਾ ਸ਼ੇਖ ਚਲੀ ਜਾ, ਸਾਨੂੰ ਬੁੱਢੇ ਬਾਰੇ ਅੰਦਰ ਕਰਾਊਗਾ ਤੇ ਪਿਆਊਗਾ ਦਾਲ ਜੇਲ ਦੀ। ਐਡਾ ਗਿਆ ਗੁਜ਼ਰਿਆ ਨਹੀਂ ਡੈਡੀ ਮੈਂ ਜਿੰਨਾ ਤੁਸੀਂ ਮੈਨੂੰ ਸਮਝਦੇ ਹੋ, ਤਾਂ ਮੈਂ ਜੇ ਮਾਂ ਦੇ ਸਿਰ ਦੀ ਸੌਂ ਖਾਧੀ ਹੈ ਨਾ ਤੇ ਉਹਦਾ ਕੋਈ ਮਤਲਬ ਹੈ। ਡੈਡੀ ਜੀ, ਅੱਜ ਤੁਹਾਨੂੰ ਤੁਹਾਡੇ ਪੁੱਤਰ ਦਾ ਸੀਰੀਅਸ ਚੈਲੰਜ ਹੈ, ਹੁਣ ਮੈਂ ਇਸ ਘਰ ਦੇ ਵਿੱਚ ਉਦੋਂ ਹੀ ਵੜਾਂਗਾ ਜਦੋਂ ਮੈਂ ਕੁਛ ਕਰਕੇ ਵਿਖਾ ਦਿਆਂਗਾ। ਆ ਤਾਲਾ ਲੱਗਾ ਬਈ, ਉਧਰੋਂ ਖੁੱਲਾ ਛੋਟੇ ਗੇਟ ਨੂੰ ਤਾਲਾ ਲਾਇਆ ਹੈ, ਇਹਦਾ ਮਤਲਬ ਕੋਈ ਛੋਟਾ ਮੋਟਾ ਗੈਸਟ ਅਲਾਊਡ ਨਹੀਂ ਹੋਣਾ। ਪੱਚੀ ਲੱਖ ਦਾ ਨਾਂ ਸੁਣ ਕੇ ਕੁੜੀ ਕਿਤੇ ਨਾਲ ਹੀ ਨਾ ਤੋਰ ਦੇਣ।
वेरी गुड, बहुत अच्छे भाई, बहुत अच्छा गुलदस्ता लेके आया स्वागत करने वास्ते। गुलदस्ता था मैं मंत्री लेने लेके जावा? फिकर ना कर काका, गल एक बारी पक्की जोड़न दे, तेरे को मैं सर्दियां च रूह अफजे ना बनवा बनवा के पीते तो की याद करेगा। नौकर भी बड़े सिर चढ़े ने अजकल। चलो डॉली बेटे। हाँ जी डैडी। फोन कीता उस पेंट वाले नु? हाँ जी डैडी करता सी। वो आया क्यों नहीं रंग करन? की कहंदा? वो कहंदा मुंडा भेजा होया है। हाँ तो ठीक है, पर हल तक आया क्यों नहीं? सत श्री अकाल जी। आओ बेटे आओ, अज तो तेनू सवेर दे उड़ीक रहे सी। डॉली बेटी तो तेनू फोन कर करके थक गई है। इहदा मतलब इहदे पक्की तैयारी करी बैठे है, चौरा ला के भेजणगे मैनू। बैठो। अब नहीं मैं ठीक है जी, बस अब बैठो बेटा बैठो। हाँ जी। मैं डॉली बेटी नू हुणे बुलाना, ओनू कहना तेनू सारा घर चंगी तरह दिखा दे ताकि तेनू तसली हो जाए। नहीं नहीं, घर वेखण दी की लोड़ है जी, दस जी वेखने होंदे वेख ले, घर ते वेख्या विखाया बस। ना 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 ना, कल नू एवें निक्की जी गल पिछे बंदे दा व्यार खराब हो जांदा। नहीं जी, प्यार दी केड़ी गल है, गल ते बस प्यार दी हुंदी है जी, प्यार दे रंग गूढ़े होने चाहिए है। रंग गूढ़ा होए के फिक्का, ए तेरे ते डिपेंड करदा। वैसे अच्छी गल है जे सब कुछ पहला खोलिया जावे। तू लहंगा की? नहीं बस कुछ नहीं जी, पानी दा गिलास एक मंगवा दिओ सादा जी। पानी लियाओ भाई। तुसी दस्या नहीं कि तुसी लौंगे की, आई मीन तुहाडी एक्सपेक्टेशन की है? मैनू लगता है दाज बारे पूछ रहे ने। ना परमात्मा दा दित्ता सब कुछ है जी, किसी चीज की कमी नहीं, तुसी ते बस अपनी कुड़ी तोर दियो जी तिना कपड़िया च मेरे नाल। बाले बाले। हाँ जी। बाहर दा गेट बेटे बंद है के खुला? बंद है जी। इधर आ। बेटा जी। हाँ जी। रुमाल है? नहीं रुमाल ते नहीं आगा जी मेरे को। ओ। मैं ते इस तैयारी नाल आया ही नहीं ना, पता नहीं सी के सारा कार व्यार हो जाना मेरे को है। पर ये ते चिट्टा जी रुमाल लाल हुंदा ना, सगना वाला चोली च रख के सगन पुआने हुंदे लाल रुमाल च। डरो नहीं, ये भी लाल हो जाएगा। ये किदा हो जाएगा? उठो। बड़े मजाकिया ने सारा साहब। उठो। हाँ जी। बाले। हाँ जी। इन्हां दी बावां फड़ लो। जी किदा जी, मतलब ऐ केड़ा सगन व्यार होया जी, मैं ते कदी वेख्या नहीं इदां। मैं नाले जबरदस्ती ब्याह क्यों कर रहे हो? मैं तो ब्याह कराना आया, दिलों प्यार करना, मैं तो ब्याह कराना। मुंह खोलो। छुआरा किथे है जी? आ देखो। नहीं नहीं, आ तो रुमाल है, ब्याह दे विच मुंह नूं छुआरा लगदा हुंदा, मुंह नूं रुमाल लगदा ते कदी नहीं वेख्या। मुंह खोलो बेटा जी। आ आ आ आ। गलत बंदा कुटिया गया, मेरा मतलब सही बंदा गलत कुटिया गया। मेरा कसूर ही की है? एदी शकल ही किसी लुचे लफंगे ना मिलती है। नहीं 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 डैडी, ए मुंडा बहुत चंगा है। चंगा होएगा, चंगा होएगा। पर बेटा जी, ए हिंदुस्तान है, हिंदुस्तान विच सही बंदियां नू छितर पैंदे ने। पर एक गल दी दात देनी पेगी, इन्ने छितर वजे, इन्ने छितर वजे, पर मेरे सामने कुसकिया नहीं। सॉरी। पानी पानी। तू खड़ा मुंह के देखदा पे, चल जा पानी लेके आ। सॉरी बेटा, तुहानू तकलीफ तां बहुत होई होएगी। नहीं जी, तुहाडा ते रुमाल ही बड़ा स्वाद सी। सवेरे तू छोटा डुल गया सी, मैं रुमाल नाल ही पूंछ दित्ता सी। बेटा तू कम की करना? वेखो जी, कम ते मैं बहुत सारे कर लैना, पर कली करनी नहीं आउंदी मैनू, कोठियां रंग नहीं हुंदियां मेरे को। मेरा मतलब कोई कारोबार, कोई बिजनेस? दसो जी, मैनू काम करन दी लोड़ की भला? खानदानी जायदादा ने मेरे कोल, 25 लाख रुपया मेरे कल्ले दे नाते बैंक च पिया। इत्थे आ जाओ।
ਇਹਦਾ ਮਤਲਬ ਇਹ ਆ ਕਿ ਤੁਸੀਂ ਵਿਹਲੇ ਹੋ। ਦੇਖੋ ਬੇਟਾ, ਤੁਹਾਡੇ ਕੋਲ ਜਿੰਨੀ ਮਰਜ਼ੀ ਜਾਇਦਾਦ ਹੋ ਸਕਦੀ ਹੈ, ਖਾਨਦਾਨੀ ਜਾਇਦਾਦ ਹੋ ਸਕਦੀ ਹੈ, ਪਰ ਮੇਰੇ ਵੀ ਕੁਛ ਅਸੂਲ ਨੇ। ਮੈਂ ਫੌਜ ਦੀ ਨੌਕਰੀ ਇਸ ਕਰਕੇ ਛੱਡ ਦਿੱਤੀ ਸੀ ਕਿਉਂਕਿ ਫੌਜ ਮੇਰੇ ਅਸੂਲ ਨਹੀਂ ਸੀ ਮੰਨਦੀ। ਮੈਂ ਤੁਹਾਨੂੰ 6 ਮਹੀਨੇ ਦਾ ਟਾਈਮ ਦਿਆਂਗਾ। 6 ਮਹੀਨੇ ਅੰਦਰ ਅਗਰ ਤੁਸੀਂ ਆਪਣਾ ਕਾਰੋਬਾਰ ਸੈੱਟ ਕਰ ਲੈਂਦੇ ਹੋ, ਆਪਣੇ ਪੈਰਾਂ 'ਤੇ ਖਲੋ ਜਾਂਦੇ ਹੋ, ਤਾਂ ਫਿਰ ਮੈਂ ਆਪ ਆਪਣੀ ਬੇਟੀ ਦਾ ਵਿਆਹ ਤੁਹਾਡੇ ਨਾਲ ਕਰ ਦਿਆਂਗਾ, ਨਹੀਂ ਤੇ ਇਹ ਰਿਸ਼ਤਾ ਕੈਂਸਲ। ਪਰ ਅੰਕਲ, 6 ਮਹੀਨੇ ਕੁੱਗੀ, ਯੂ ਡੋਂਟ ਵਰੀ ਡਾਲੀ, ਫਿਕਰ ਨਾ ਕਰ। 6 ਮਹੀਨੇ ਤੇ ਬਹੁਤ ਜ਼ਿਆਦਾ ਹੁੰਦੇ ਨੇ, ਮੈਂ ਤੇ 6 ਦਿਨਾਂ 'ਚ ਕੁਛ ਕਰਕੇ ਵਿਖਾ ਦਿਆਂਗਾ। ਪਹਿਲਾਂ ਕੁਛ ਕਰਕੇ ਦਿਖਾਓ, ਫਿਰ ਇਹ ਹੱਥ ਆਪਣੇ ਆਪ ਤੁਹਾਡੇ ਹੱਥ ਵਿੱਚ ਆ ਜਾਏਗਾ।